ਆਦਾਬ ਸਲਾਮ ਨਮਸਤੇ ਅਤੇ ਇੱਕ ਪਿਆਰੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਣਨ ਵਾਲੇ ਸਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ ਗੁਰਜੋਤ ਸੋਢੀ ਵੱਲੋਂ ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਲਈ ਤੁਹਾਡਾ ਆਪਣਾ ਇੱਕ ਲੋਕਲ ਟੈਲੈਂਟ ਜੀ ਹਾਂ ਜੀ ਸਾਡਾ ਆਪਣਾ ਲੋਕਲ ਟੈਲੈਂਟ ਸਾਡਾ ਉਹ ਵੀਰ ਜਿਹਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਕਾਫੀ ਅੱਛਾ ਨਾਮ ਬਣਾਇਆ ਜਿਹਨੇ ਕਾਫੀ ਇਹ ਫੇਸਬੁੱਕ ਦੇ ਉੱਤੇ ਜਾਂ ਕਹਿ ਲਈਏ ਯੂਟਿਊਬ ਦੇ ਉੱਤੇ ਇੱਕ ਐਸਾ ਨਾਂ ਇਹ ਨਿਕਲ ਕੇ ਆਇਆ ਵਾ ਜਿਹਨੂੰ ਤਕਰੀਬਨ ਹੀ ਸਾਰੇ ਲੋਕ ਹੁਣ ਇੱਕ ਪਹਿਚਾਣ ਦੇ ਤੌਰ ਦੇ ਉੱਤੇ ਜਾਣਨ ਲੱਗ ਪਏ ਨੇ ਭਾਵੇਂ ਉਹਦਾ ਆਈਫੋਨ ਹੋਵੇ ਭਾਵੇਂ ਉਹਦੇ ਔਜ਼ੀ ਟੱਪੇ ਹੋਣ ਅਤੇ ਭਾਵੇਂ ਉਹਦਾ ਉਹ ਸੰਜੀਦਾ ਗਾਣਾ ਹੋਵੇ ਬੇਬੇ ਇੱਕ ਲਾਈਵ ਪਰਫੋਰਮਰ ਮੇਰੇ ਕੋਲ ਬੈਠਾ ਜੀ ਜਿਹੜਾ ਸੌਂਗ ਰਾਈਟਰ ਵੀ ਆ ਮਿਊਜ਼ੀਸ਼ੀਅਨ ਵੀ ਆ ਕੰਪੋਜ਼ਰ ਵੀ ਆ ਨਾਲ ਨਾਲ ਗਾਉਂਦਾ ਵੀ ਆ ਆਪਣਾ ਸ਼ੋਅ ਆਪ ਕਰਦਾ ਹੈ ਜੀ ਜੇ ਮੈਂ ਗਲਤ ਨਹੀਂ ਹਾਂ ਜੀ ਇੱਕ ਫੁੱਲ ਔਨ ਪੈਕੇਜ ਮੇਰੇ ਲਾਗੇ ਬੈਠਾ ਇਸ ਵਕਤ ਸੋ ਜੀ ਅੱਜ ਦੀ ਗੱਲਬਾਤ ਅਸੀਂ ਕਰਾਉਣ ਜਾ ਰਹੇ ਹਾਂ ਸਾਡੇ ਆਪਣੇ ਲੋਕਲ ਟੈਲੈਂਟ ਮਨਦੀਪ ਹੋਣਾ ਦੇ ਨਾਲ ਮਨਦੀਪ ਖੁਰਪਾ ਜੀ ਮਨਦੀਪ ਜੀ ਇੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਜੀ ਆਇਆਂ ਜੀ ਰੇਡੀਓ ਹਾਂਜੀ ਦੇ ਉੱਤੇ ਤੁਹਾਡਾ ਬਹੁਤ ਮਿਹਰਬਾਨੀ ਮੇਰੇ ਵੱਲੋਂ ਤੁਹਾਡੇ ਸਾਰੇ ਲਿਸਨਰਸ ਨੂੰ ਸਰੋਤਿਆਂ ਨੂੰ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ ਸਾਡੇ ਜੀ ਸਰੋਤਿਆਂ ਵੱਲੋਂ ਵੀ ਤੁਹਾਨੂੰ ਪਿਆਰ ਭਰੀ ਰਿਟਰਨ ਸਤਿ ਸ਼੍ਰੀ ਅਕਾਲ ਜੀ ਬੜੀ ਮਿਹਰਬਾਨੀ ਜੀ ਸੋ ਮਨਦੀਪ ਜੀ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਹਾਡੇ ਮੈਂ ਦੋ ਗਾਣੇ ਆਲਰੇਡੀ ਪਲੇਅ ਕਰ ਚੁੱਕਿਆ ਆਈਫੋਨ ਜਿਹਨੇ ਤੁਹਾਨੂੰ ਬਹੁਤ ਮਕਬੂਲੀਅਤ ਦਿੱਤੀ ਅਤੇ ਦੂਸਰਾ ਜਿਹੜਾ ਸੀਗਾ ਇੰਡੀਆ ਦਾ ਗੇੜਾ ਹਾਂਜੀ ਸੋ ਇਹਨਾਂ ਸਾਰਿਆਂ ਤੋਂ ਜਾਂ ਜਿੰਨੇ ਵੀ ਤੁਹਾਡੇ ਯੂਟਿਊਬ ਦੇ ਉੱਤੇ ਹੁਣ ਤੱਕ ਤੁਸੀਂ ਇੱਕ ਸ਼ੋਅ ਕੀਤਾ ਹੋਇਆ ਅਤੇ ਯੂਟਿਊਬ ਦੇ ਉੱਤੇ ਤੁਸੀਂ ਛਾਏ ਹੋਏ ਹੋ ਮੈਂ ਕਈ ਵਾਰੀ ਵਿਊਜ਼ ਵੀ ਚੈੱਕ ਕਰਦਾ ਨਾ ਬੜੇ ਵਧੀਆ ਤੁਹਾਨੂੰ ਵਿਊਜ਼ ਮਿਲਿਆ ਕੋਈ ਫੇਕ ਨਹੀਂ ਆ ਕੋਈ ਕੁਛ ਨਹੀਂ ਹੈ ਸੋ ਕਿਤੇ ਨਾ ਕਿਤੇ ਮਨਦੀਪ ਜੀ ਮਨਦੀਪ ਖੁਰਪਾ ਠੀਕ ਹੈ ਜੀ ਮੈਂ ਸ਼ੁਰੂਆਤ ਇੱਥੋਂ ਕਰਨੀ ਚਾਹੂੰਗਾ ਕਿ ਪਹਿਲਾਂ ਤਾਂ ਮੈਨੂੰ ਇੱਕ ਚੀਜ਼ ਦੱਸੋ ਕਿ ਮਨਦੀਪ ਅਤੇ ਖੁਰਪਾ ਕਿਉਂਕਿ ਖੁਰਪਾ ਤਾਂ ਸਾਡੇ ਹਲਵਾਈਆਂ ਕੋ ਹੁੰਦਾ ਅਤੇ ਮੈਂ ਜੇ ਵੇਖਾਂ ਤੁਹਾਡੇ ਕੋਲ ਖੁਰਪਾ ਤਾਂ ਕਿਤੇ ਹੈ ਨਹੀਂ ਗਾ ਇਹ ਮਨਦੀਪ ਜੀ ਇਹ ਨਾਂ ਦੀ ਕੀ ਵਜ੍ਹਾ ਹੈ ਇਹਦੇ ਪਿੱਛੇ ਕੀ ਬੈਕਗਰਾਊਂਡ ਆ ਪਲੀਜ਼ ਇਹ ਸਾਡਾ ਗੋਤ ਹੈ ਜੀ ਅੱਛਾ ਜੀ ਵੈਸੇ ਗੋਤ ਸਾਡਾ ਇਹ ਮੇਰੇ ਮਦਰਲੀ ਸਾਈਡ ਦਾ ਹੈ ਜੀ ਜੀ ਮੇਰੀ ਪਰਵਰਿਸ਼ ਮੇਰੇ ਨਾਨਕਾ ਪਰਿਵਾਰ ਦੇ ਵਿੱਚ ਹੋਈ ਆ ਜੀ ਜੀ ਸੋ ਥੋੜ੍ਹਾ ਜਿਹਾ ਉੱਪਰ ਲੱਗਦਾ ਪਰ ਹੁਣ ਜਿਹੜੀ ਚੀਜ਼ ਆਪਣੀ ਆ ਉਹ ਤਾਂ ਫਿਰ ਹੈਗੀ ਹੋਈ ਆ ਨਹੀਂ ਨਹੀਂ ਜੀ ਮੈਂ ਕਈ ਵਾਰੀ ਕੀ ਹੋ ਜਾਂਦਾ ਵਾ ਮਨਦੀਪ ਜੀ ਕਿ ਕੋਈ ਚੀਜ਼ ਵੱਖਰੀ ਹੋਵੇ ਨਾ ਤੇ ਉਹ ਫਿਰ ਵਾਕਈ ਵੱਖਰੀ ਹੋ ਕੇ ਨਿਕਲ ਕੇ ਆਉਂਦੀ ਹੈ ਤੇ ਇਹ ਤੇ ਭਗਵਾਨ ਨੇ ਜਿਹੜਾ ਤੁਹਾਨੂੰ ਵੇਖੋ ਨਾ ਪਰਮਾਤਮਾ ਨੇ ਇੱਕ ਨਾਂ ਹੀ ਐਸਾ ਦਿੱਤਾ ਆ ਜਿੱਥੇ ਵੀ ਚੱਲਦਾ ਸੰਗੀਤ ਦਾ ਖੁਰਪਾ ਤੇ ਫਿਰ ਖੋਏ ਵਾਲੇ ਗੀਤ ਨਿਕਲਦੇ ਆ ਲੋਕ ਬਰਫੀ ਬੜੇ ਚਾਅ ਨਾਲ ਛਕਦੇ ਆ ਪੇੜੇ ਚਾਅ ਨਾਲ ਛਕਦੇ ਆ ਗੀਤ ਵੀ ਤੁਹਾਡੇ ਖੋਏ ਦੀਆਂ ਕਹਿੰਦਾ ਨਾ ਵੀ ਇਹ ਬਰਫੀ ਆ ਇਹ ਪੇੜੇ ਨੇ ਤੇ ਲੋਕ ਇਹਨੂੰ ਇੰਜੋਏ ਕਰਦੇ ਆ ਮਨਦੀਪ ਜੀ ਚਲੋ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਮੁੰਡਲੀ ਜਿਹੜਾ ਤੁਸੀਂ ਕਿੱਥੋਂ ਐਜੂਕੇਸ਼ਨ ਲਈ ਤੁਸੀਂ ਪੰਜਾਬ ਤੋਂ ਨਾ ਤੁਸੀਂ ਮਨਦੀਪ ਜੀ ਹਾਂਜੀ ਹਾਂਜੀ ਮੈਂ ਮੇਰੀ ਪਰਵਰਿਸ਼ ਤਾਂ ਵੈਸੇ ਚੰਡੀਗੜ੍ਹ ਦੀ ਆ ਜੀ ਜੀ ਪਰ ਸਾਡਾ ਤਲਕ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਵਾਨੀਗੜ੍ਹ ਤੋਂ ਹੈ ਜੀ 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 ਪਰ ਮਾਪਿਆਂ ਦੀਆਂ ਜੋਬਸ 1960s ਦੇ ਵਿੱਚੋਂ ਚੰਡੀਗੜ੍ਹ ਆ ਗਏ ਸੀਗੇ ਜੀ ਜੀ ਅਤੇ ਉਹ ਸਰਕਾਰੀ ਜੋਬ ਕਰਦੇ ਸੀਗੇ ਜੀ ਅਤੇ ਮੇਰਾ ਜਨਮ ਮੇਰੀ ਸਾਰੀ ਪਰਵਰਿਸ਼ ਚੰਡੀਗੜ੍ਹ ਹੀ ਹੋਈ ਹੈ ਜੀ ਜੀ ਅਤੇ ਮੈਂ ਉੱਥੇ ਦੇ ਖਾਲਸਾ ਕਾਲਜ ਦਾ ਪੜਿਆ ਹੋਇਆ ਉੱਥੋਂ ਦੀ ਮੈਂ ਗ੍ਰੈਜੂਏਸ਼ਨ ਕੀਤੀ ਆ ਫਿਰ ਉਹ ਤੋਂ ਬਾਅਦ ਵਿੱਚ IT ਦੀ ਮੇਰੀ ਬੈਕਗ੍ਰਾਊਂਡ ਆ ਜੀ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਜੋਬਸ ਕਰਦਾ ਰਿਹਾ ਉੱਥੇ SD ਕਾਲਜ ਦੇ ਵਿੱਚ ਬਤੌਰ ਲੈਕਚਰਰ ਪੜ੍ਹਾਉਂਦਾ ਵੀ ਰਿਹਾ ਜੀ ਫਿਰ ਦਿੱਲੀ ਦੇ ਵਿੱਚ ਮੈਂ ਕੰਪਿਊਟਰ ਨੈਟਵਰਕ ਇੰਜੀਨੀਅਰ ਦੀ ਜੋਬ ਕਰਦਾ ਰਿਹਾ ਕਿਆ ਬਾਤ ਤੇ ਉਦੋਂ ਮਗਰੋਂ ਫਿਰ ਆਸਟ੍ਰੇਲੀਆ ਆਉਣ ਦਾ ਸਬੱਬ ਬਣ ਗਿਆ ਜੀ 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 ਤੇ ਫਿਰ ਆਪਾਂ ਇੱਥੇ ਆ ਗਏ ਮੈਂ ਵੀ ਜਿਵੇਂ ਬਾਕੀ ਹੋਰ ਮੇਰੇ ਪੰਜਾਬੀ ਆਪਣੇ ਵੀਰ ਭਾਈ ਜੀ ਸਾਰੇ ਜਿਵੇਂ ਸਟੂਡੈਂਟ ਆਉਂਦੇ ਨੇ ਜੀ 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 ਤੇ ਉਹ ਜੋ ਇੱਕ ਸੰਘਰਸ਼ ਦੀ ਪ੍ਰੋਸੈਸ ਚੋਂ ਨਿਕਲਦੇ ਨੇ ਜੀ 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 ਮੈਂ ਵੀ ਉਹਨਾਂ ਚੋਂ ਨਿਕਲੇ ਹਾਂ ਆਪਾਂ ਆਪਣੀ ਡਿਗਰੀ ਕੀਤੀ ਫੀਸਾਂ ਕੱਢੀਆਂ ਆਪ ਕੱਢੀਆਂ ਨੇ ਜੀ 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 ਤੇ ਉਸ ਤੋਂ ਬਾਅਦ ਦੇ ਵਿੱਚੋਂ ਪੱਕੇ ਹੋਣਾ ਬੈਂਡ ਬੂੰਡ ਸਾਰਾ ਕੁਝ ਜੋ ਵੀ ਹੁੰਦਾ ਜੀ 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 ਤੇ ਫਿਰ ਸਾਡੀ ਹੁਣ ਤਸਵੀਰ ਹੈ ਜਦੋਂ ਬੰਦਾ ਥੋੜਾ ਜਿਹਾ ਸੁਖਾਲਾ ਹੁੰਦਾ ਜੀ ਜੀ ਫਿਰ ਆਖਿਰ ਨੂੰ ਉਹ ਜਿਹੜੀ ਚੀਜ਼ ਨੂੰ ਮੁਹੱਬਤ ਕਰਦਾ ਆਖਿਰ ਨੂੰ ਫਿਰ ਉਦੋਂ ਨਹੀਂ ਆਉਂਦਾ ਜੀ ਜੀ ਸੋ ਮੈਂ ਬੜਾ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਜੀ ਕਿ ਮੈਨੂੰ ਜੋ ਪਰਮਾਤਮਾ ਨੇ ਜੋ ਇਸ ਚੀਜ਼ ਦੇ ਵੱਲ ਦਿੱਤੀ ਹੈ ਮੁਹੱਬਤ ਜੀ ਤੇ ਮੈਂ ਉਹਨੂੰ ਅੱਗੇ ਲੋਕਾਂ ਦੇ ਵਿੱਚ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਕਿਆ ਬਾਤ ਹੈ ਮਨਦੀਪ ਜੀ ਇਹ ਵਾਕਈ ਇਹ ਬੜਾ ਇੱਕ ਕਿਉਂਕਿ ਇੱਥੇ ਜਦੋਂ ਵੀ ਕੋਈ ਸਾਡੇ ਕੋਲ ਲੋਕਲ ਟੈਲੈਂਟ ਜਿਵੇਂ ਵੀ ਸਾਨੂੰ ਕਿਤੇ ਪਤਾ ਲੱਗਦਾ ਨਾ ਜੀ ਸਾਡੇ ਰੇਡੀਓ ਨੂੰ ਸਾਡੀ ਟੀਮ ਨੂੰ ਹਮੇਸ਼ਾ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਕ ਪਲੇਟਫਾਰਮ ਦੇ ਉੱਤੇ ਲੈ ਕੇ ਆਉਂਦਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਇੱਥੇ ਦੀ ਜਿਹੜੀ ਲਾਈਫ ਆ ਉਹ ਇੰਨੀ ਕੁ ਔਖੀ ਆ ਕਿ ਉਹਦੇ ਵਿੱਚੋਂ ਆਪਣੇ ਪੈਸ਼ਨ ਲਈ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ ਜੀ ਇਹ ਕੋਈ ਸੌਖੀ ਗੱਲ ਨਹੀਂ ਆ ਤੁਸੀਂ ਤੇ ਵਧਾਈ ਦੇ ਹੱਕਦਾਰ ਜੀ ਤੁਸੀਂ ਬੜੀ ਮਿਹਰਬਾਨੀ ਤੁਸੀਂ ਇਸ ਕਾਬਿਲ ਸਮਝਦੇ ਹੋ ਜੀ ਤੇ ਮੈਂ ਰੇਡੀਓ ਹਾਂਜੀ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਲੋਕਲ ਟੈਲੈਂਟ ਨੂੰ ਅੱਗੇ ਲੈ ਕੇ ਆਉਂਦੇ ਹੋ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਧੰਨਵਾਦ ਆ ਜੀ ਧੰਨਵਾਦ ਆ ਇਹ ਸਾਡੇ ਜਿਹੜੇ ਸਰੋਤੇ ਨੇ ਜੀ ਇਹ ਸੁਣਨਾ ਚਾਹੁੰਦੇ ਨੇ ਜਿਹੜਾ ਲੋਕਲ ਟੈਲੈਂਟ ਆ ਇੱਥੇ ਦਾ ਉਹਦੇ ਬਾਰੇ ਜਾਣਨਾ ਚਾਹੁੰਦੇ ਨੇ ਉਹਦੇ ਕਰਕੇ ਜਿਹੜਾ ਸਾਡਾ ਸੋਮਵਾਰ ਦਾ ਪ੍ਰੋਗਰਾਮ ਹੁੰਦਾ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਲੋਕਲ ਟੈਲੈਂਟ ਜਿਹੜਾ ਆ ਇਹਨੂੰ ਹੀ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦਾ ਜਾਵੇ ਮਨਦੀਪ ਜੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਹੁਣ ਤੁਸੀਂ ਜਦੋਂ ਆਸਟ੍ਰੇਲੀਆ ਆ ਗਏ ਠੀਕ ਹੈ ਜੀ ਸੋ ਆਸਟ੍ਰੇਲੀਆ ਆਉਣ ਤੋਂ ਪਰ ਇਸ ਤੋਂ ਪਹਿਲਾਂ ਨਾ ਮੈਂ ਇੱਕ ਚੀਜ਼ ਤੁਹਾਡੇ ਕੋਲ ਜਾਣਨਾ ਚਾਹੂੰਗਾ
ਇਹ ਮਿਊਜ਼ਿਕ ਦਾ ਸ਼ੌਂਕ ਤੁਸੀਂ ਆਸਟ੍ਰੇਲੀਆ ਆਪਣੇ ਨਾਲ ਲੈ ਕੇ ਆਏ ਸੀ ਕਿ ਜਾਂ ਇੱਥੇ ਆਉਂਦਿਆਂ ਕਿਤੇ ਗਏ ਅਤੇ ਤੁਹਾਨੂੰ ਲੱਗਾ ਕਿ ਨਹੀਂ ਯਾਰ ਮੈਂ ਵੀ ਇਹ ਚੀਜ਼ ਕਰਨਾ ਚਾਹੁੰਦਾ, ਇਹ ਨਾਲ ਲੈ ਕੇ ਆਏ ਸੀ ਤੁਸੀਂ ਇੰਡੀਆ ਤੋਂ, ਇਹ ਕਿੱਦਾਂ ਤੁਸੀਂ ਇਸ ਪਾਸੇ ਜੁੜੇ? ਦੇਖੋ ਜੀ, ਬੰਦੇ ਦੀ ਤਸੀਰ ਹੁੰਦੀ ਆ, ਜਿਹੜੇ ਸ਼ੌਂਕ ਹੁੰਦੇ ਨੇ ਨਾ ਉਹਦੀ ਤਸੀਰ ਦਾ ਹਿੱਸਾ ਹੁੰਦੇ ਨੇ ਜੀ ਜੀ। ਸੋ ਸ਼ਾਇਰੀ ਔਰ ਸੰਗੀਤ ਮੇਰੀ ਤਸੀਰ ਦਾ ਹਿੱਸੇ ਰਹੇ ਨੇ ਜੀ ਜੀ। ਮਤਲਬ ਮੈਨੂੰ ਯਾਦ ਹੈ 7ਵੀਂ ਕਲਾਸ ਦੇ ਵਿੱਚ ਮੈਂ ਜਾਵੇਦ ਅਖਤਰ ਹੋਣਾ ਦੀ ਇੱਕ ਕੈਸਟ ਲਿਆ ਕੇ ਸੁਣੀ ਸੀਗੀ, ਉਹਨਾਂ ਦੀ ਸ਼ਾਇਰੀ ਦੀ, ਉਹ ਹਿੰਦੀ ਵਿੱਚ ਸੀ ਜੀ, ਤੇ ਉਦੋਂ ਦੀ ਉਹ ਕੈਸਟ ਮੇਰੇ ਕੋਲ ਹਜੇ ਵੀ ਸਾਂਭੀ ਪਈ ਹੈ ਇੰਡੀਆ 'ਚ ਮੇਰੇ ਕਮਰੇ ਦੇ ਵਿੱਚ। ਅੱਛਾ ਜੀ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚੋਂ ਹੌਲੀ ਹੌਲੀ ਕਰਕੇ ਪੰਜਾਬੀ ਸ਼ਾਇਰੀ ਦੀਆਂ ਕਿਤਾਬਾਂ ਜੀ, ਸ਼ਿਵ ਕੁਮਾਰ ਬਟਾਲਵੀ, ਪੌਸ਼, ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਜੀ, ਉਹ ਸਾਰਿਆਂ ਨੂੰ ਪੜ੍ਹਦੇ ਹੋਏ ਗ੍ਰੈਜੂਅਲੀ ਜੀ, ਤੇ ਅਲੱਗ ਅਲੱਗ ਤਰੀਕੇ ਦਾ ਸੰਗੀਤ ਸੁਣਦੇ ਹੋਏ ਜੀ, ਉਹ ਆਪਣੇ ਆਪ ਹੀ ਕਿਸ ਤਰੀਕੇ ਨਾਲ ਤਸੀਰ ਦਾ ਹਿੱਸਾ ਹੋ ਗਿਆ ਜੀ। ਤਾਂ ਮੈਨੂੰ ਇਸ ਗੱਲ ਦੀ, ਮਤਲਬ ਤੁਸੀਂ ਮੈਨੂੰ ਕੋਈ ਪਹਿਲਾ ਇੰਸੀਡੈਂਟ ਪੁੱਛੋ ਜੀ, ਤਾਂ ਮੇਰੀ ਯਾਦਾਸ਼ਤ ਉਹ ਵਾਕਿਆ ਨਹੀਂ ਆਉਂਦਾ ਜੀ। ਸੋ ਇਹ ਸ਼ੁਰੂ ਤੋਂ ਹੀ ਇੰਡੀਆ ਤੋਂ ਨਾਲ ਸੀਗਾ ਜੀ। ਪਹਿਲਾਂ ਉਹਨੂੰ ਤੁਸੀਂ ਪਹਿਲਾਂ ਉਹਦੇ ਇੱਕ ਐਡਮਾਇਰਰ ਬਣਦੇ ਹੋ ਜੀ, ਇੱਕ ਉਹਨੂੰ ਐਪਰੀਸ਼ੀਏਟ ਕਰਨ ਵਾਲੇ ਬਣਦੇ ਹੋ ਜੀ, ਫਿਰ ਤੁਸੀਂ ਹੌਲੀ ਹੌਲੀ ਕਰਕੇ ਉਹਦੇ ਵਿੱਚ ਜਦੋਂ ਤੁਸੀਂ ਆਪਣਾ ਕੁਛ ਤੁਹਾਨੂੰ ਲੱਗਦਾ ਵੀ ਇਸ ਚੀਜ਼ ਦਾ ਵੈਕਿਊਮ ਹੈ ਜੀ, ਵੀ ਇਸ ਤਰੀਕੇ ਦੀ ਸ਼ਾਇਰੀ ਹੋਣੀ ਚਾਹੀਦੀ ਹੈ ਜਾਂ ਇਸ ਤਰੀਕੇ ਦੇ ਸੰਗੀਤ ਦਾ ਵੈਕਿਊਮ ਹੈ ਜੀ, ਤੇ ਫਿਰ ਤੁਸੀਂ ਉਹਨੂੰ ਆਪਣੇ ਆਪ ਫਿਲ ਕਰਨ ਦੀ ਕੋਸ਼ਿਸ਼ ਕਰਦੇ ਹੋ ਜੀ, ਜੋ ਤੁਹਾਡੀ ਆਪਦਾ ਇੰਟਲੈਕਟ ਹੈ ਉਹਦੇ ਅਕੋਰਡਿੰਗਲੀ ਜੀ। ਸੋ ਇਹ ਸੀਗਾ ਤਾਂ ਮਤਲਬ ਇੰਡੀਆ ਤੋਂ ਹੀ ਨਾਲ, ਪਰ ਜੇ ਆਪਾਂ ਖਾਸ ਤੌਰ ਤੇ ਉਹਨੂੰ ਦੁਨਿਆਵੀ ਤਰੀਕੇ ਨਾਲ ਕਰਨ ਦੀ ਗੱਲ ਕਰੀਏ ਜੀ, ਉਹ ਆਸਟ੍ਰੇਲੀਆ ਆ ਕੇ ਸੰਭਵ ਹੋਇਆ। ਕਿਆ ਬਾਤ ਹੈ ਜੀ। ਇੱਕ ਚੀਜ਼ ਮੈਂ ਆਪਣੇ ਸਰੋਤਿਆਂ ਨੇ ਇੱਥੇ ਜ਼ਰੂਰ ਦੱਸਣੀ ਚਾਹੁੰਦਾ ਜੀ, ਉਹ ਤੋਂ ਪਹਿਲਾਂ ਵੀ ਇੱਕ ਚੀਜ਼ ਹੋਰ ਜਿਹੜੀ ਮੈਂ ਮਿਸ ਕਰ ਗਿਆ ਵਾਂ, ਉਹ ਹੈ ਜੀ ਸਾਡੇ ਫੋਨ ਨੰਬਰ, ਕਿਉਂਕਿ ਮੈਂ ਮਨਦੀਪ ਹੋਣਾ ਦੇ ਨਾਲ ਪਹਿਲਾਂ ਹੀ ਗੱਲਬਾਤ ਚੱਲ ਰਹੀ ਸੀ ਸਾਡੀ ਔਫ ਏਅਰ, ਅਤੇ ਸਾਨੂੰ ਪਤਾ ਨਹੀਂ ਲੱਗਾ ਗੱਲਾਂ ਬਾਤਾਂ ਦੇ ਵਿੱਚ, ਕਿਉਂਕਿ ਬੜੀ ਅੱਛੀ ਸਾਡੀ ਦੋਵਾਂ ਦੀ ਤਸੀਰ ਜੁੜ ਗਈ ਜੀ। ਹਾਂਜੀ, ਗੱਲਾਂ ਬਾਤਾਂ ਦੇ ਵਿੱਚ ਸਾਨੂੰ ਵੀ ਨਹੀਂ ਪਤਾ ਲੱਗਾ ਕਿ ਕਦੋਂ 6:30 ਹੋ ਗਿਆ ਅਤੇ ਉਹ ਜੀ ਆਪਾਂ 'ਤੇ ਔਨ ਏਅਰ ਹੋਣਾ ਵਾ। ਸੋ ਮੈਂ ਸਭ ਤੋਂ ਪਹਿਲਾਂ ਜੀ ਮਾਫੀ ਚਾਹੁੰਦਾ ਆਪਣੇ ਸਰੋਤਿਆਂ ਕੋਲ, ਪਹਿਲਾਂ ਤਾਂ ਤੁਸੀਂ ਨੰਬਰ ਨੋਟ ਕਰੋ ਜਿਹਦੇ ਉੱਤੇ ਤੁਸੀਂ ਸਾਨੂੰ SMS ਕਰਨਾ, ਜਾਂ ਬਿਹਤਰ ਇਹ ਆ ਕਿ ਜਿਵੇਂ ਕਿ ਰੋਜ਼ ਦੀ ਤਰ੍ਹਾਂ ਤੁਸੀਂ ਸਾਨੂੰ ਮੈਸੇਜ ਕਰਦੇ ਹੋ ਫੇਸਬੁੱਕ ਪੇਜ ਦੇ ਉੱਤੇ, ਅਗਰ ਤੁਸੀਂ ਮਨਦੀਪ ਹੋਣਾ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਜੀ। ਫੇਸਬੁੱਕ ਪੇਜ ਹੈ ਜੀ ਸਾਡਾ ਹਾਂਜੀ ਹਾਂਜੀ 1674 AM ਹੈ ਜੀ, ਹਾਂਜੀ ਰੇਡੀਓ, ਰੇਡੀਓ ਹਾਂਜੀ ਦਾ ਇਹ ਫੇਸਬੁੱਕ ਪੇਜ ਆ, ਹਾਂਜੀ ਦੇ ਵਿੱਚ ਡਬਲ ਏ ਜ਼ਰੂਰ ਪਾ ਲਿਓ ਜੀ, ਇੱਕ ਏ ਤੁਹਾਡੀ ਇੱਕ ਏ ਸਾਡੀ, ਸੋ ਡਬਲ ਏ ਦੇ ਨਾਲ ਇਹ ਤੁਹਾਨੂੰ ਹਾਂਜੀ ਦਾ ਜਿਹੜਾ ਪੇਜ ਆ ਇਹ ਲੱਭ ਜਾਏਗਾ, ਇਹਨੂੰ ਲਾਈਕ ਕਰੋ, ਨਾਲੇ ਮੈਸੇਜ ਕਰੋ ਸਾਨੂੰ, ਤੁਸੀਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਮਨਦੀਪ ਜੀ ਹੋਣਾ ਕੋ, ਪਲੀਜ਼ ਸਾਨੂੰ ਤੁਸੀਂ ਮੈਸੇਜ ਕਰ ਦਿਓ ਜੀ ਫੇਸਬੁੱਕ ਦੇ ਉੱਤੇ। ਅਗਰ ਤੁਸੀਂ ਇਹਨਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਜਿਹੜੀਆਂ ਕਿ ਅਸੀਂ ਥੋੜ੍ਹੀ ਦੇਰ ਨੂੰ ਲਾਈਨਾਂ ਖੋਲ੍ਹ ਦੇਣੀਆਂ ਨੇ, ਅਤੇ ਸਾਡਾ ਨੰਬਰ ਹੈ ਜੀ 9395603444। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਤੁਸੀਂ ਮਨਦੀਪ ਹੋਣਾ ਨੂੰ ਸਵਾਲ ਪੁੱਛ ਸਕਦੇ ਹੋ ਜੀ, ਜਾਂ ਇਹਨਾਂ ਦੇ ਕੁਛ ਵੀ ਇਹ ਲਿਖਦੇ ਨੇ ਕੁਛ ਵੀ ਇਹਨਾਂ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਇਹਨਾਂ ਕੋਲੋਂ ਜ਼ਰੂਰ ਤੁਹਾਡੇ ਸਵਾਲਾਂ ਦਾ ਜਵਾਬ ਦੇਣਗੇ ਜੀ। SMS ਦੇ ਲਈ, ਸਾਂਝ ਪਾਉਣ ਦੇ ਲਈ ਨੰਬਰ ਹੈ ਜੀ 0447171674, 0447171674, 1674 ਤੁਹਾਡੇ ਆਪਣੇ ਰੇਡੀਓ ਦੀ ਫ੍ਰੀਕੁਐਂਸੀ, AM ਫ੍ਰੀਕੁਐਂਸੀ ਹੈ ਜੀ। ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਫ੍ਰੀਕੁਐਂਸੀ ਦੇ ਵਿੱਚ ਵੀ। ਇੱਕ ਹੋਰ ਨੰਬਰ ਹੈ ਜੀ ਨੋਟ ਕਰੋ, ਜਿਹਨੂੰ ਡਾਇਲ ਅਪ, ਡਾਇਲ ਟੂ ਲਿਸਨ ਨੰਬਰ ਹੈ, ਇਹਨੂੰ ਤੁਸੀਂ ਡਾਇਲ ਕਰਕੇ ਰੇਡੀਓ ਸੁਣ ਸਕਦੇ ਹੋ ਜੀ। ਇਹ ਨੰਬਰ ਹੈ ਜੀ 02807251166। ਸੋ 02807251166, ਇਸ ਨੰਬਰ ਨੂੰ ਡਾਇਲ ਕਰੋ ਅਤੇ ਸੁਣੋ ਨਿਰਵਿਘਨ ਰੇਡੀਓ। ਇਸ ਤੋਂ ਇਲਾਵਾ ਐਂਡਰੋਇਡ ਦੇ ਉੱਤੇ ਵੀ ਐਪ ਹੈਗੀ ਹੈ ਜੀ, ਅਤੇ ਐਪ ਆਈਫੋਨ ਦੇ ਉੱਤੇ ਵੀ ਹੈਗੀ ਆ। ਸੋ ਹਰ ਜਗ੍ਹਾ ਐਪ ਮੌਜੂਦ ਹੈ ਜੀ, ਤੁਸੀਂ ਹਾਂਜੀ ਰੇਡੀਓ ਦੀ ਐਪ ਵੀ ਡਾਊਨਲੋਡ ਕਰਕੇ ਸੁਣ ਸਕਦੇ ਹੋ। ਹਾਂਜੀ ਦੇ ਵਿੱਚ ਡਬਲ ਏ ਜ਼ਰੂਰ ਪਾ ਲਿਓ, ਕਿਉਂਕਿ ਅਕਸਰ ਹੀ ਸਰੋਤੇ ਇਹ ਗੱਲ ਕਹਿ ਦਿੰਦੇ ਆ ਕਿ ਜੀ ਉਹ ਸਾਨੂੰ ਹਾਂਜੀ ਨਹੀਂ ਲੱਭਦਾ ਜੀ ਤੁਹਾਡਾ, ਅਤੇ ਜਦੋਂ ਉਹਨਾਂ ਨੂੰ ਲਾਗੇ ਖਿਲਾਰ ਕੇ ਕਹਿੰਦੇ ਜੀ ਡਬਲ ਏ ਪਾਓ ਹਾਂ, ਤਾਂ ਨਾਲੇ ਕਹਿੰਦੇ ਉਹ ਯਾਰਾ ਦੇ ਉੱਤੇ ਆ ਗਿਆ। ਸੋ ਪਲੀਜ਼ ਡਬਲ ਏ ਦਾ ਜ਼ਰੂਰ ਧਿਆਨ ਰੱਖਿਓ। ਬਾਕੀ ਫੇਸਬੁੱਕ ਦੇ ਉੱਤੇ ਸਾਡੀ ਨਿਗਾਹ ਹੈ ਜੀ, ਮੈਸੇਜ ਅਗਰ ਤੁਸੀਂ ਕਰਨੇ ਆ ਤਾਂ ਫੇਸਬੁੱਕ ਦੇ ਉੱਤੇ ਪਲੀਜ਼ ਕਰੋ ਜੀ, ਹਾਂਜੀ ਰੇਡੀਓ ਦੀ ਫੇਸਬੁੱਕ ਦੇ ਉੱਤੇ। ਹੁਣ ਆਪਾਂ ਗੱਲਬਾਤ ਦਾ ਸਿਲਸਿਲਾ, ਮੇਰੀਆਂ ਗੱਲਾਂ ਬਹੁਤ ਹੋ ਗਈਆਂ, ਹੁਣ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਦੇ ਹਾਂ ਮਨਦੀਪ ਜੀ ਹੋਣਾਂ ਦੇ ਨਾਲ। ਸੋ ਮਨਦੀਪ ਜੀ, ਕਦੋਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਦੋਂ ਆਏ? ਮੈਂ ਜੀ ਸੰਨ 2006 'ਚ ਆਇਆ ਸੀ ਜੀ। ਹਾਂਜੀ ਜੀ, ਐਜ਼ ਆ ਸਟੂਡੈਂਟ ਆਏ? ਹਾਂਜੀ ਹਾਂਜੀ, ਮੈਂ ਆਪਣੀ ਮਾਸਟਰਸ ਕੰਪਿਊਟਰ ਨੈਟਵਰਕਸ ਦੀ ਐਡਮਿਸ਼ਨ ਲੈ ਕੇ ਆਇਆ ਸੀਗਾ ਇੱਥੇ ਸਵਿਨਬਰਨ ਯੂਨੀਵਰਸਿਟੀ ਤੋਂ ਜੀ, ਅਤੇ ਉਹ 2 ਸਾਲ ਦੀ ਡਿਗਰੀ ਸੀ ਜੀ, ਅਤੇ ਇਸ ਤਰੀਕੇ ਨਾਲ ਸਬੱਬ ਬਣਿਆ ਆਉਣ ਦਾ ਜੀ। ਉਹ ਫਿਰ ਤੁਸੀਂ ਡਿਗਰੀ ਫਿਰ ਮਾਸਟਰ ਹੀ ਕੀਤੀ ਕਿ ਤੁਸੀਂ ਆ ਕੇ ਕੁੱਕਰੀ ਨਹੀਂ ਚੇਂਜ ਕੀਤੀ? ਨਹੀਂ ਜੀ ਨਹੀਂ, ਸਾਡੇ ਘਰ ਦੇ ਉਹ ਮਤਲਬ ਕਿ ਥੋੜ੍ਹਾ ਜਿਹਾ ਸਰਵਿਸ ਕਲਾਸ ਤੋਂ ਹੋਣ ਕਰਕੇ ਨਾ ਜੀ ਜੀ ਜੀ, ਪੰਜਾਬ ਮਤਲਬ ਆਪਾਂ ਇੰਡੀਆ 'ਚ ਜਿਹੜੀ ਸਾਡੀ ਦੇਸੀ ਮਾਨਸਿਕਤਾ ਹੈ, ਦੇਸੀ ਸਾਡੀ ਉਹ ਹੈ ਜੀ ਜੀ, ਖਾਸ ਤੌਰ 'ਤੇ ਜੇ ਤੁਹਾਡੇ ਘਰ ਦੇ ਸਰਵਿਸ ਕਲਾਸ 'ਚ ਰਹੇ ਹੋਣ, ਉਹਨਾਂ ਨੂੰ ਇਹੀ ਹੁੰਦਾ ਵੀ ਕਾਕਾ ਕੁਛ ਮਤਲਬ ਪੜ੍ਹ ਪੁੜ ਜਾਓ ਯਾਰ, ਕੁਛ ਹੈਗਾ ਕਿਸੇ ਪਾਸੇ ਨੌਕਰੀ ਲੱਗ ਜਾਓਗੇ। ਹਾਂਜੀ ਹਾਂਜੀ, ਅਤੇ ਉਹ ਥੋੜ੍ਹਾ ਜਿਹਾ ਕਿਉਂਕਿ ਆਪ ਉਹ ਕਲਾਸ 1 ਆਫਿਸਰਸ ਰਹੇ ਨੇ ਜੀ ਜੀ, ਸਟੇਟ ਆਫਿਸ 'ਚ ਸੀਗੇ, ਮਦਰ ਮੇਰੇ ਸਕੂਲ ਤੋਂ ਹੈੱਡ ਮਾਸਟਰ ਰਿਟਾਇਰ ਹੋਏ ਨੇ ਜੀ ਜੀ, ਅਤੇ ਉਹ ਸਾਰੇ ਘਰੇ ਕੋਈ ਡਾਕਟਰ ਕੋਈ ਕੁਛ ਇਹ ਉਹ ਹੈ ਨਾ ਜੀ, ਅਤੇ ਉਹ ਕਹਿੰਦੇ ਨੇ ਵੀ ਹਾਂਜੀ ਵੀ ਨਹੀਂ ਤੁਸੀਂ ਕੋਈ ਪ੍ਰੋਫੈਸ਼ਨਲ ਡਿਗਰੀ ਕਰੋ ਜਾ ਕੇ ਜੀ ਜੀ ਜੀ, ਅਤੇ
ਸੰਗੀਤ ਦੇ ਨਾਲ ਤੁਸੀਂ ਕਦੋਂ ਜੁੜੇ? ਇਹ ਤੋਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਇੱਥੇ ਦੱਸਣੀ ਚਾਹੂੰਗਾ ਜੀ, ਇਹ ਮਨਦੀਪ ਜੀ ਇੱਕ ਜੈਜ਼ ਇੰਸਟਰੂਮੈਂਟ ਦੇ ਨਾਲ ਜੀ, ਜੈਜ਼ ਮਿਊਜ਼ਿਕ ਦੇ ਨਾਲ ਜੁੜਿਆ ਹੋਇਆ ਇੱਕ ਇੰਸਟਰੂਮੈਂਟ ਆ ਜੀ, ਸੈਕਸੋਫੋਨ, ਇਹੋ ਜੀ? ਹਾਂਜੀ ਹਾਂਜੀ, ਸੈਕਸੋਫੋਨ, ਹਾਂ ਸੈਕਸੋਫੋਨ ਇਹ ਵਜਾਉਂਦੇ ਨੇ ਜੀ, ਔਰ ਇਹ ਨਾਲ ਵੀ ਲੈ ਕੇ ਆਏ ਨੇ, ਇਹ ਬਰਾਸ ਦਾ ਬਣਿਆ ਹੋਇਆ ਇੰਸਟਰੂਮੈਂਟ ਆ ਜੀ, ਬੜਾ ਸ਼ਾਨਦਾਰ, ਜੇ ਕਿਤੇ ਤੁਸੀਂ ਇਹਨਾਂ ਦੇ ਜਾ ਕੇ ਪੇਜ ਦੇ ਉੱਤੇ ਚੈੱਕ ਵੀ ਕਰੋ, ਬੜਾ ਸੋਹਣਾ ਸੋਨੇ ਦਾ ਇਹ ਬੜਾ ਅੱਛਾ ਇਹ ਇੰਸਟਰੂਮੈਂਟ ਆ, ਇਹ ਵੀ ਆਪਾਂ ਇਹਨਾਂ ਕੋਲ ਸੁਣਨਾ ਆ, ਬੜਾ ਅੱਛਾ ਵਜਾਉਂਦੇ ਨੇ, ਔਰ ਇਹਨਾਂ ਦੀ ਖਾਸੀਅਤ ਇਹ ਆ ਕਿ ਇਹ ਪਹਿਲੇ ਸਾਡੇ ਪੰਜਾਬੀ ਵੀਰ ਨੇ ਜਿਨ੍ਹਾਂ ਨੇ ਇਹ ਜੈਜ਼ ਦਾ ਜਿਹੜਾ ਇੰਸਟਰੂਮੈਂਟ ਆ ਉਹਨੂੰ ਉਹਦੇ ਤੋਂ ਪੰਜਾਬੀ ਧੁਨਾਂ ਵੀ ਤੁਸੀਂ ਕੰਪੋਜ਼ ਕੀਤੀਆਂ ਨੇ, ਤੁਸੀਂ ਕੋਸ਼ਿਸ਼ ਕੀਤੀ ਆ ਕਿ ਉਹਨੂੰ ਪੰਜਾਬੀ ਰੰਗ 'ਚ ਰੰਗਿਆ ਜਾਵੇ। ਹਾਂਜੀ, ਸੋ ਉਹ ਜਿਹੜੀ ਡਿਚਕ ਡਿਚਕ ਆ ਜੀ, ਇਹਨਾਂ ਨੇ ਉਹਨੂੰ ਤੁਤਕ ਤੁਤਕ ਤੂਤੀਆਂ 'ਚ ਬਦਲਿਆ ਵਾ, ਸੋ ਇਸ ਚੀਜ਼ ਦੇ ਵਿੱਚ ਵੀ ਇਹ ਵਧਾਈ ਦੇ ਪਾਤਰ ਨੇ। ਸੋ ਮਨਦੀਪ ਜੀ, ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਤੁਸੀਂ ਇੱਥੇ ਆ ਕੇ ਕਿਵੇਂ ਇਸ ਸ਼ੌਂਕ ਦੇ ਵੱਲ ਮੁੜਨਾ ਸ਼ੁਰੂ ਕੀਤਾ? ਹਾਂਜੀ, ਮੈਂ ਪਹਿਲਾਂ ਤਾਂ ਜਦੋਂ ਡਿਗਰੀ ਕੰਪਲੀਟ ਹੋ ਗਈ ਜੀ, ਸੋ ਜੋ ਇੱਕ ਆਮ ਸੰਘਰਸ਼ ਦਾ ਹਿੱਸਾ ਹੁੰਦਾ, ਤੁਸੀਂ ਪੱਕੇ ਹੋਣ ਬਾਰੇ ਸੋਚਦੇ ਹੋ ਜੀ, ਅਤੇ ਉਸ ਤੋਂ ਬਾਅਦ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਮਤਲਬ ਇਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ, ਘਰ ਘੁਰ ਲਓ, ਜਿਸ ਤਰੀਕੇ ਨਾਲ ਜ਼ਿੰਦਗੀ ਦਾ ਜੋ ਦਾਰੋ ਮਦਾਰ ਹੈ ਜੀ ਜੀ, ਅਤੇ ਉਸ ਦੌਰਾਨ ਥੋੜ੍ਹਾ ਜਿਹਾ ਸਾਡੇ ਘਰੇ ਮਤਲਬ ਮੇਰੇ ਸਾਡੇ ਘਰ ਦੇ ਬਜ਼ੁਰਗ ਢਿੱਲੇ ਸੀ ਜੀ ਜੀ, ਸੋ ਮੈਨੂੰ ਇੰਡੀਆ ਦੇ ਕਾਫੀ ਗੇੜੇ ਮਾਰਨੇ ਪਏ ਜੀ, ਕਿਉਂਕਿ ਮੈਂ ਇਕੱਲਾ ਇਕੱਲਾ ਹੀ ਹਾਂ ਜੀ, ਮੇਰਾ ਕੋਈ ਬ੍ਰਦਰ ਸਿਸਟਰ ਨਹੀਂ ਹੈਗਾ, ਓਕੇ ਜੀ ਓਕੇ, ਸੋ ਇੱਕ ਮੋਰਲ ਆਬਲੀਗੇਸ਼ਨ ਵੀ ਸੀ ਜੀ, ਸੋ ਉਹ ਗੇੜੇ ਗੁੜੇ ਮਾਰਦੇ ਰਹੇ, ਉਹਨਾਂ ਦੇ ਵਿੱਚ ਦੋ ਤਿੰਨ ਸਾਲ ਇੱਦਾਂ ਕਰਕੇ ਬੀਤ ਗਏ ਜੀ, ਤੇ ਉਹ ਜਿਵੇਂ ਤੁਸੀਂ ਥੋੜੇ ਜਿਹੇ ਘਬਰਾ ਜਾਂਦੇ ਹੋ ਜ਼ਿੰਦਗੀ ਦੇ ਵਿੱਚ ਇਕੱਲੇ ਰਾਹਾਂ ਦੇ ਉੱਤੇ, ਕਈ ਵਾਰ ਤੁਹਾਡੇ ਕੋਲ ਕਦੇ ਤੁਹਾਡੇ ਇਮੋਸ਼ਨਲ ਫਾਈਨੈਂਸਿਸ, ਤੁਹਾਡੇ ਇਮੋਸ਼ਨਲ ਕ੍ਰਾਈਸਿਸ ਆ ਗਏ, ਕਦੇ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਏ ਜੀ, ਤੋ ਕਰਦੇ ਕਰਦੇ ਜਦੋਂ ਮੈਂ 2010 ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੈਨੂੰ ਨਿਜ਼ਾਤ ਮਿਲੀ 2011 ਦੇ ਵਿੱਚ ਜੀ, ਉਦੋਂ ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਕੁਛ ਰੂਹ ਦੀ ਖੁਰਾਕ ਵਾਲਾ ਕੰਮ ਕਰਨਾ ਚਾਹੀਦਾ ਜੀ ਜੀ, ਜੇ ਤੁਸੀਂ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਕਿਸੇ ਚੀਜ਼ ਨੂੰ ਵੀ ਪਰਸਿਊ ਕਰੋ ਜੀ, ਤੇ ਅੱਜ ਨਹੀਂ ਤਾਂ ਕੱਲ ਉਹਦੇ ਵਿੱਚ ਤੁਸੀਂ ਆਪਣਾ ਰੋਜ਼ਗਾਰ ਦਾ ਸਾਧਨ ਲੱਭ ਸਕਦੇ ਹੋ, ਉਹਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ। ਕਿਆ ਬਾਤ ਹੈ। ਸੋ 2012 ਤੋਂ ਮੈਂ ਇਸ ਚੀਜ਼ ਨੂੰ ਸੋਚਣਾ ਸ਼ੁਰੂ ਕੀਤਾ ਜੀ, ਕਿ ਵੀ ਕਿਸ ਤਰੀਕੇ ਦੇ ਨਾਲ ਸੰਗੀਤ ਨੂੰ ਆਪਾਂ ਆਪਣੀ ਜ਼ਿੰਦਗੀ ਵਿੱਚ ਢਾਲਿਆ ਜਾਏ ਜੀ। ਮੈਂ ਥੋੜ੍ਹਾ ਜਿਹਾ ਔਰਥੋਡੋਕਸ ਉਹਨਾਂ ਨਹੀਂ ਸੋਚਦਾ ਸੰਗੀਤ ਨੂੰ ਲੈ ਕੇ ਜੀ, ਮੈਨੂੰ ਕ੍ਰੀਏਟੀਵਿਟੀ ਦਾ ਬਹੁਤ ਜ਼ਿਆਦਾ ਸ਼ੌਂਕ ਕਹਿ ਲਓ ਜਾਂ ਮੇਰੀ ਪਰਸਨੈਲਿਟੀ ਦਾ ਹਿੱਸਾ ਕਹਿ ਲਓ, ਕੋਈ ਵੀ ਚੀਜ਼ ਹੁੰਦੀ ਹੈ, ਕੋਈ ਗੀਤ ਦਾ ਖਿਆਲ ਹੁੰਦਾ, ਕੋਈ ਪਰਫਾਰਮੈਂਸ ਦਾ ਸਟਾਈਲ ਹੁੰਦਾ ਜੀ, ਸਾਜ਼ ਹੈ, ਅਤੇ ਉਹ ਮੈਨੂੰ ਇੱਦਾਂ ਲੱਗਦਾ ਸੀ ਵੀ ਕੁਛ ਨਵੇਕਲਾ, ਕੁਛ ਵੱਖਰਾ ਕਰਨਾ ਚਾਹੀਦਾ ਜੀ ਜੀ। ਸੋ ਸੈਕਸੋਫੋਨ ਦਾ ਮੈਨੂੰ ਕਾਫੀ ਸ਼ੌਂਕ ਸੀਗਾ ਉਸ ਸਮੇਂ ਦਾ, ਮੈਂ ਆਸਟ੍ਰੇਲੀਆ ਆ ਕੇ ਇਹ ਚੀਜ਼ ਸੰਭਵ ਹੋ ਪਾਈ, ਕਿਉਂਕਿ ਇੰਡੀਆ ਦੇ ਵਿੱਚ ਤਾਂ ਬਹੁਤ ਮਹਿੰਗਾ ਆਉਂਦਾ, 3 ਲੱਖ ਦਾ ਆਉਂਦਾ ਜਾ ਕੇ। ਅੱਛਾ ਜੀ। ਹਾਂਜੀ ਹਾਂਜੀ। ਸੋ ਇੱਥੇ ਜਦੋਂ ਥੋੜ੍ਹੀ ਬਹੁਤੀ ਮਤਲਬ ਮੈਂ ਸੋਚਿਆ, ਮੈਂ ਕਿਹਾ ਵੀ ਚਲੋ ਇਸ ਸ਼ੌਂਕ ਨੂੰ ਪੂਰਾ ਕੀਤਾ ਜਾਏ ਜੀ ਜੀ। ਸੋ ਮੈਂ ਆਪਣੇ ਆਪ ਹੀ ਉਹ ਸਾਜ਼ ਨੂੰ ਖਰੀਦ ਕੇ ਵਜਾਉਣਾ ਸ਼ੁਰੂ ਕੀਤਾ, ਆਪਣੇ ਆਪ ਹੀ ਮੈਂ ਸੈਲਫ ਟੌਟ ਹਾਂ, ਮੈਂ ਇਹਦੇ ਬਾਰੇ ਕੋਈ ਕਿਤੋਂ ਲੈਸਨ ਨਹੀਂ ਲਿਆ, ਕੁਛ ਨਹੀਂ, ਤੁਸੀਂ ਕਿਸੇ ਕੋਲੋਂ ਮੈਂ ਕੋਈ ਲੈਸਨ ਨਹੀਂ ਲਿੱਤਾ ਹੈਗਾ ਜੀ, ਤੇ ਮੇਰੀ ਜਿੰਨੀ ਵੀ ਸੰਗੀਤ ਦੀ ਨੌਲੇਜ ਹੈ ਉਹ ਸਾਰੀ ਮੇਰੀ ਸੈਲਫ ਟੌਟ ਹੈ ਜੀ, ਮੈਂ ਆਪਣੇ ਆਪ ਹੀ ਉਹਨੂੰ ਐਕਸਪੈਰੀਮੈਂਟਸ ਕਰ ਕਰਕੇ ਜੀ, ਸੁਰਾਂ ਦੇ ਨਾਲ, ਕੰਪੋਜੀਸ਼ਨਸ ਦੇ ਨਾਲ, ਸਕੇਲਸ ਦੇ ਨਾਲ ਜੀ ਜੀ, ਥੋੜੀ ਬਹੁਤੀ ਯੂਟਿਊਬ ਤੋਂ ਹੈਲਪ ਕਈ ਵਾਰੀ ਲੈ ਲਈਦੀ ਆ ਬਿਲਕੁਲ, ਪਰ ਜ਼ਿਆਦਾ ਮਤਲਬ ਮੈਂ ਕੋਈ ਫਾਰਮਲ, ਕੋਈ ਡਿਗਰੀ ਜਾਂ ਕੋਈ ਡਿਪਲੋਮਾ ਇੱਦਾਂ ਨਹੀਂ ਕੀਤਾ ਜੀ। ਇਹ ਤੁਸੀਂ ਇਹ ਕਿਉਂ ਨਹੀਂ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਬਾਹਰ ਜਾ ਕੇ ਸਿੱਖ ਲਵਾਂ, ਕੀ ਇਹਦਾ ਕੀ ਇਹਦੇ ਪਿੱਛੇ ਕੀ ਕਾਰਨ ਹੈ? ਇਹਦੇ 2 ਕਾਰਨ ਨੇ ਜੀ ਜੀ। ਪਹਿਲਾ ਕਾਰਨ ਤਾਂ ਇਹ ਸੀਗਾ ਕਿ ਮਹਿੰਗਾ ਬਹੁਤ ਸੀ। ਅੱਛਾ ਜੀ। ਅੱਛਾ, ਮਤਲਬ ਇਹਦੇ ਲੈਸਨ ਲੈਣੇ ਬਹੁਤ ਮਹਿੰਗੇ, ਇਹਦੇ ਲੈਸਨਸ ਬਹੁਤ ਮਹਿੰਗੇ ਨੇ ਜੀ, $100, $125, $150 ਘੰਟੇ ਦਾ ਇਹ। ਅੱਛਾ ਜੀ। ਹਾਂਜੀ, ਕਿਆ ਬਾਤ ਹੈ ਜੀ। ਹਾਂਜੀ ਜੀ। ਅਤੇ ਦੂਸਰਾ ਇੱਕ ਇਹ ਸੀਗਾ ਕਿ ਮੇਰੀ ਕੋਸ਼ਿਸ਼ ਇਹ ਸੀ ਕਿ ਜਦੋਂ ਤੁਸੀਂ ਕਿਸੇ ਸਾਜ਼ ਨੂੰ ਸਿੱਖੋ ਜੀ, ਤਾਂ ਉਹਨੂੰ ਆਪਣੇ ਅੰਦਾਜ਼ 'ਚ ਹੀ ਸਿੱਖੋ ਜੀ। ਮਤਲਬ ਆਪਾਂ ਕੋਈ ਤੁਸੀਂ ਪੇਂਟਿੰਗ ਕਰਨੀ ਸਿੱਖੋਗੇ ਜੀ ਜੀ, ਉਹ ਤੁਹਾਨੂੰ ਦੱਸ ਦੇਣਗੇ ਵੀ ਹਾਂਜੀ ਵੀ ਇਸ ਤਰੀਕੇ ਨਾਲ ਲਾਈਨਾਂ ਵਾਹੀਦੀਆਂ ਨੇ ਜੀ, ਇਸ ਤਰੀਕੇ ਨਾਲ ਉਹਦਾ, ਮਾਫ ਕਰਨਾ ਜੀ ਜੀ, ਉਹਦਾ ਤੁਸੀਂ ਰੰਗਾਂ ਦਾ ਸਮੇਲ ਕਰ ਸਕਦੇ ਹੋ ਜੀ ਜੀ। ਅਤੇ ਉਸੇ ਤਰੀਕੇ ਨਾਲ ਸਾਜ਼ ਹੁੰਦਾ ਜੀ, ਤੁਸੀਂ ਗਿਟਾਰ ਸਿੱਖੋਗੇ ਜੀ, ਤੁਹਾਡੇ ਟੀਚਰ 'ਤੇ ਡਿਪੈਂਡ ਕਰਦਾ ਤੁਹਾਨੂੰ ਕਿਹੜੇ ਰੰਗ ਦਾ ਗਿਟਾਰ ਸਿਖਾਉਂਦਾ। ਓਕੇ ਓਕੇ ਜੀ। ਤੁਸੀਂ ਹਾਰਮੋਨੀਅਮ ਸਿੱਖੋਗੇ, ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਹਾਰਮੋਨੀਅਮ ਸਿੱਖੋਗੇ ਜੀ, ਉਹਨਾਂ ਨੇ ਤੁਹਾਨੂੰ ਉਹ ਰਾਗ ਸਿਖਾਉਣੇ ਨੇ ਜਿਹਨਾਂ 'ਚ ਸ਼ਬਦ ਗਾਏ ਜਾਂਦੇ ਨੇ। ਕਿਆ ਬਾਤ ਹੈ ਜੀ ਜੀ, ਠੀਕ ਹੈ ਜੀ ਜੀ। ਤੋ ਉਹ ਅੰਦਾਜ਼ ਤੁਸੀਂ ਉੱਥੋਂ ਹੀ ਸਿੱਖੋਗੇ ਜੀ ਜੀ। ਜੇ ਤੁਸੀਂ ਉਸ ਤੋਂ ਬਾਅਦ ਦੇ ਵਿੱਚੋਂ ਉਹ ਸਕੇਲ ਦੇ ਉੱਤੇ ਗੀਤ ਗਾਓਗੇ ਜੀ, ਤੇ ਉਹ ਤੁਹਾਡਾ ਸ਼ਬਦ ਵਾਂਗੂ ਹੀ ਲੱਗਣਾ ਜੀ ਜੀ ਜੀ, ਉਹ ਇੱਕ ਅੰਦਾਜ਼ ਬਣ ਜਾਂਦਾ ਜੀ। ਸੋ ਦੂਸਰਾ ਕਾਰਨ ਇਹ ਸੀਗਾ ਕਿ ਵੀ ਜੇ ਮੈਂ ਸਾਜ਼ ਸਿੱਖਾਂ ਤਾਂ ਮੈਂ ਉਹਨੂੰ ਆਪਣੇ ਅੰਦਾਜ਼ ਦੇ ਵਿੱਚ ਸਿੱਖਾਂ, ਜਿਵੇਂ ਮੈਂ ਵਜਾਉਣਾ ਚਾਹੁੰਦਾ ਜੀ ਜੀ ਜੀ, ਤਾਂ ਜੋ ਮੈਂ ਉਹਨੂੰ ਕਿਸੇ ਵੀ ਤਰੀਕੇ ਨਾਲ ਮੋਲਡ ਕਰ ਸਕਾਂ। ਕਿਆ ਬਾਤ ਜੀ। ਸੋ ਇਹ 2 ਕਾਰਨ ਸੀ ਜੀ। ਨਹੀਂ, ਇਹ ਵਾਕਈ ਜੀ ਇਹ ਬੜੀ ਇੱਕ ਵੱਖਰੀ ਗੱਲਬਾਤ ਆਉਂਦੀ ਆ, ਕਿਉਂਕਿ ਇਹ ਇੱਕ ਐਸਾ ਸਾਜ਼ ਆ ਜੇ ਆਪਾਂ ਪਹਿਲਾਂ ਵੀ ਇਹੀ ਗੱਲਬਾਤ ਕਰ ਰਹੇ ਹਾਂ ਕਿ
ਇਹ ਬਹੁਤ ਔਖਾ ਆ। ਪਹਿਲੀ ਗੱਲ ਤਾਂ ਹੈ ਜੀ ਇਹ ਮਹਿੰਗਾ ਬਹੁਤ ਆਉਂਦਾ, ਇਹ ਤਾਂ ਵਾਕਈ, ਕਿਉਂਕਿ ਜਿਸ ਢੰਗ ਦੇ ਨਾਲ ਤੁਸੀਂ ਇਹਨੂੰ ਲੈ ਕੇ ਆਏ ਹੋ ਅੰਦਰ, ਮੈਨੂੰ ਉਦੋਂ ਲੱਗਾ ਜੀ ਵੀ ਇਹ ਤਾਂ ਤੁਸੀਂ ਇੰਨਾ ਸੰਭਾਲ ਕੇ ਰੱਖਿਆ ਹੋਇਆ ਸਾਜ਼ ਆ, ਅਤੇ ਉਸ ਤੋਂ ਬਾਅਦ ਲੈਸਨ ਵੀ ਲੈਣੇ, ਅਤੇ ਨਾਲ ਨਾਲ ਤੁਸੀਂ, ਕਿਉਂਕਿ ਜਦੋਂ ਬੰਦਾ ਉਦੋਂ ਤੁਸੀਂ ਸਟੂਡੈਂਟ ਸੀਗੇ, ਇਹ ਜਦੋਂ ਤੁਸੀਂ ਸਾਜ਼ ਖਰੀਦਿਆ ਹੋਇਆ ਸੀ, ਸੈਕਸੋਫੋਨ ਤੁਸੀਂ ਜਦੋਂ ਖਰੀਦਦੇ ਹੋ, ਅਤੇ ਇਹ ਤੁਸੀਂ ਉਦੋਂ ਸਟੂਡੈਂਟ ਸੀਗੇ ਜਦੋਂ ਤੁਸੀਂ ਖਰੀਦ ਲਿਆ ਸੀ, ਜਾਂ ਤੁਸੀਂ ਪਰਮਾਨੈਂਟ ਹੋ ਚੁੱਕੇ ਸੀਗੇ? ਨਹੀਂ, ਮੈਂ ਉਦੋਂ ਪਰਮਾਨੈਂਟ ਤਾਂ ਨਹੀਂ ਸੀ ਹੋਇਆ, ਪਰ ਮੇਰੀ ਡਿਗਰੀ ਵੀ ਖਤਮ ਹੋ ਗਈ ਸੀ ਜੀ। ਮੈਂ ਉਦੋਂ ਟੈਂਪਰੇਰੀ ਰੈਜ਼ੀਡੈਂਟ ਸੀ ਜੀ ਜੀ, ਅਤੇ ਜਦੋਂ ਮੈਂ ਫੀਸਾਂ ਕੱਢੀਆਂ, ਮੈਂ ਉਦੋਂ ਆਪਣੇ ਮਨ 'ਚ ਸੋਚ ਕੇ ਰੱਖਿਆ ਹੋਇਆ ਸੀਗਾ ਵੀ ਇੱਕ ਸਮੈਸਟਰ ਦੀ ਫੀਸ ਹਜੇ ਬਾਕੀ ਹੈ ਅੱਗੇ। ਕਿਆ ਬਾਤ ਹੈ, ਕਿਆ ਬਾਤ ਹੈ! ਨਹੀਂ, ਇਹ ਵੀ ਇੱਕ ਇੱਕ ਇਹਨੂੰ ਵੀ ਜੀ ਪਾਗਲਪਨ ਹੋਵੇ ਇੱਕ ਆਰਟਿਸਟ ਦੇ ਵਿੱਚ, ਤਾਂ ਹੀ ਸ਼ਾਇਦ ਉਹ ਅੱਗੇ ਜਾ ਸਕਦਾ। ਨਹੀਂ ਤਾਂ ਆਪਾਂ ਜੇ ਗੱਲ ਕਰੀਏ ਕਿ ਆਮ ਜ਼ਿੰਦਗੀ ਦੇ ਵਿੱਚ ਜੇ ਇਹਨੂੰ ਨਾਲ ਲੈ ਕੇ ਜਾਣਾ, ਅਤੇ ਨਾਲ ਬੰਦਾ ਸੋਚੇ ਕਿ ਮੈਂ ਆਰਟਿਸਟ ਵੀ ਬਣ ਜਾਣਾ, ਬੜਾ ਔਖਾ ਹੋ ਜਾਂਦਾ ਇਹ ਰਾਹ ਦੇ ਉੱਤੇ ਜੇ ਤੁਰਨਾ ਹੋਵੇ ਤਾਂ ਪੈਂਦਾ ਬੜਾ ਔਖਾ। ਹਾਂਜੀ ਜੀ, ਮਨਦੀਪ ਜੀ ਹੁਣ ਮੈਨੂੰ ਕੋਈ ਗੀਤ ਸੁਣਾਓ ਤੁਸੀਂ ਆਪਣਾ, ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ, ਕਿਉਂਕਿ ਇੱਦਾਂ ਤਾਂ ਆਪਾਂ ਜਾਣ ਨਹੀਂ ਦੇਣਾ, ਅਤੇ ਇੱਦਾਂ ਗੱਲਾਂ ਬਾਤਾਂ ਤਾਂ ਆਪਣੀਆਂ ਚੱਲਦੀਆਂ ਰਹਿਣੀਆਂ। ਪਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਇੱਕ ਤੁਹਾਡਾ ਗੀਤ ਬੜਾ ਉਦੋਂ ਫੇਮਸ ਹੋਇਆ ਸੀਗਾ, ਬੇਬੇ। ਹਾਂਜੀ, ਬੜਾ ਇੱਕ ਇੰਟਲੈਕਚੁਅਲ ਗੀਤ ਆ, ਅਤੇ ਉਹਦੇ ਵਿੱਚ ਤੁਸੀਂ ਜਦੋਂ ਪਰਫੋਰਮੈਂਸ ਦਿੱਤੀ ਇਹਨਾਂ ਨੇ, ਸਭ ਤੋਂ ਪਹਿਲਾਂ ਆਪਣੇ ਸਰੋਤਿਆਂ ਨੇ ਇਹ ਚੀਜ਼ ਦੱਸਦਿਆਂ ਕਿ ਇਹਨਾਂ ਨੇ ਇੱਕ ਪਰਫੋਰਮੈਂਸ ਦਿੱਤੀ ਸੀਗੀ ਜੀ, ਪਰਫੋਰਮੈਂਸ ਇਹਨਾਂ ਨੇ ਇਸ ਢੰਗ ਨਾਲ ਦਿੱਤੀ ਸੀ, ਉਹਦੇ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ ਕਿ ਉਹ ਪਰਫੋਰਮੈਂਸ ਦਾ ਕੀ ਜ਼ਰੀਆ ਬਣਿਆ, ਅਤੇ ਕਿਉਂ ਇਹਨਾਂ ਨੇ ਸੋਚਿਆ ਕਿ ਮੈਂ ਇੱਕ ਲਾਈਵ ਪਰਫੋਰਮਰ ਦੇ ਤੌਰ ਦੇ ਉੱਤੇ ਆਪਣੇ ਆਪ ਨੂੰ ਪੇਸ਼ ਕਰਾਂ। ਪਰ ਉਹ ਤੋਂ ਪਹਿਲਾਂ ਇਹ ਤੁਹਾਡਾ ਜਿਹੜਾ ਗੀਤ ਆ ਬੇਬੇ, ਕਿਉਂਕਿ ਇੱਕ ਚੀਜ਼ ਮੈਂ ਜ਼ਰੂਰ ਦੱਸਦਾਂ ਕਿ ਇਹ ਗਾਇਕ ਨਹੀਂ ਹੈਗੇ ਜੀ, ਇਹ ਕੰਪੋਜ਼ਰ ਨੇ, ਠੀਕ ਹੈ, ਇਹ ਗੀਤਕਾਰ ਨੇ, ਆਪਣੇ ਆਪ ਨੂੰ ਪੋਇਟਿਕ ਹੋਣਾ ਜ਼ਿਆਦਾ ਪਸੰਦ ਕਰਦੇ ਨੇ, ਕੰਪੋਜ਼ ਕਰਨਾ ਪਸੰਦ ਕਰਦੇ ਨੇ, ਕਿਉਂਕਿ ਹਰ ਨਜ਼ਮ ਆਪਣੇ ਆਪ ਦੇ ਵਿੱਚ ਜਦੋਂ ਬੰਦਾ ਲਿਖਦਾ ਹੈ ਤਾਂ ਉਹਦਾ ਇੱਕ ਨਾਲ ਮਿਊਜ਼ਿਕ ਵੀ ਲਿਖਿਆ ਜਾਂਦਾ। ਸੋ ਜੀ ਪਹਿਲਾਂ ਤਾਂ ਮਨਦੀਪ ਜੀ ਮੈਨੂੰ ਜਿਹੜਾ ਤੁਹਾਡਾ ਗੀਤ ਆ ਜੀ ਬੇਬੇ, ਉਹ ਜ਼ਰੂਰ ਸੁਣਾਓ, ਬਹੁਤ ਬਹੁਤ ਅੱਛਾ ਤੁਹਾਡਾ, ਬਹੁਤ ਸੰਜੀਦਾ ਉਹ ਗੀਤ ਆ। ਹਾਂਜੀ, ਉਹ ਬਹੁਤ ਭਾਵੁਕ ਗੀਤ ਆ ਜੀ, ਉਹ ਦਰਅਸਲ ਮੇਰੀ ਪਰਵਰਿਸ਼ ਮੇਰੇ ਗ੍ਰੈਂਡ ਮਦਰ ਨੇ ਕੀਤੀ ਆ ਜੀ, ਮੇਰੇ ਨਾਨੀ ਮਾਂ ਉਹਨਾਂ ਨੇ ਜੀ, ਅਤੇ ਉਹ ਕਾਫੀ ਬਿਰਧ ਸਨ ਜਦੋਂ ਪੂਰੇ ਹੋ ਗਏ ਉਹ ਜੀ, ਅਤੇ ਮੈਂ ਉਦੋਂ ਇੰਡੀਆ ਤੋਂ ਜਦੋਂ ਵਾਪਸ ਆ ਰਿਹਾ ਸੀ ਭੋਗ ਤੋਂ, ਅਤੇ ਮੈਂ ਪਲੇਨ ਦੇ ਵਿੱਚ ਬਹੁਤ ਭਾਵੁਕ ਹੋਇਆ ਬੈਠਾ ਸੀ ਜੀ। ਜੀ, ਤੁਹਾਡੇ ਜੋ ਕਰੀਬੀ ਲੋਕ ਹੁੰਦੇ ਨੇ ਜਿਨ੍ਹਾਂ ਨੇ ਖਾਸ ਤੌਰ 'ਤੇ ਮਾਂ ਬਾਪ ਜਿਨ੍ਹਾਂ ਨੇ ਤੁਹਾਡਾ ਤੁਸੀਂ ਦੇਣਾ ਦੇ ਨਹੀਂ ਸਕਦੇ ਜੀ, ਜਦੋਂ ਤੁਹਾਡੇ ਨਹੀਂ ਰਹਿੰਦੇ ਉਹ ਜੀ, ਤਾਂ ਤੁਸੀਂ ਇੱਕ ਬਹੁਤ ਵੈਕਿਊਮ ਫੀਲ ਕਰਦੇ ਹੋ ਜੀ, ਤੁਸੀਂ ਉਦੋਂ ਇਹ ਸੋਚਦੇ ਹੋ ਯਾਰ ਮੈਂ ਤਾਂ ਸੇਵਾ ਵੀ ਨਹੀਂ ਕਰ ਸਕਿਆ ਜੀ ਜੀ, ਮੈਂ ਤਾਂ ਕਿਸੇ ਕੰਮ ਵੀ ਨਹੀਂ ਆ ਸਕਿਆ ਜੀ ਜੀ, ਸੋ ਮੈਨੂੰ ਇੱਦਾਂ ਦੀਆਂ ਕਾਫੀ ਭਾਵਨਾਵਾਂ ਸੀ ਉਸ ਵੇਲੇ, ਤਾਂ ਮੈਂ ਬਹੁਤ ਜ਼ਿਆਦਾ ਮਤਲਬ ਭਾਵੁਕ ਸੀਗਾ ਜਦੋਂ ਮੈਂ ਲਿਖਿਆ ਸੀ, ਪਲੇਨ 'ਚ ਲਿਖਿਆ ਸੀ ਮੈਂ ਆਉਂਦੇ ਹੋਏ ਨੇ ਇੰਡੀਆ ਤੋਂ ਜੀ ਜੀ, ਅਤੇ ਉਹਦੀਆਂ ਮੈਂ ਤੁਹਾਨੂੰ ਦੋ ਲਾਈਨਾਂ ਸੁਣਾ ਜੀ 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 ਪਲੀਜ਼। ਸੋਚਾਂ ਰੱਬ ਤੋਂ ਵੀ ਜ਼ਿਆਦਾ ਬੇਬੇ ਦਿਲੋਂ ਤੇਰਾ ਦਰਜਾ, ਕਿਵੇਂ ਗੀਤਾਂ 'ਚ ਚੁਕਾਵਾਂ ਤੇਰੀ ਚੂਰੀਆਂ ਦਾ ਕਰਜ਼ਾ। ਸੋਚਾਂ ਰੱਬ ਤੋਂ ਵੀ ਜ਼ਿਆਦਾ। ਇੱਕ ਛੋਟੀ ਜਿਹੀ ਗੁਫ਼ਤਗੂ ਹੈ ਮੇਰੀ ਆਪਣੇ ਆਪ ਦੇ ਨਾਲ ਜੀ, ਉਹ ਗੁਫ਼ਤਗੂ ਇਹ ਸੀ ਕਿ ਮੈਂ ਉਹਨਾਂ ਦੀ ਜ਼ਿਆਦਾ ਸੇਵਾ ਨਹੀਂ ਕਰ ਸਕਿਆ ਜੀ, ਸੋ ਮੈਂ ਸੋਚਦਾ ਸੀ ਵੀ ਇਹ ਮੇਰੇ ਕੋਲੋਂ ਵੇਲਾ ਖੁੰਝ ਗਿਆ ਜੀ, ਮੈਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਦੇ ਨਾਲ ਇਨਸਾਫ ਕਰਾਂ ਜੀ, ਅਤੇ ਆਪਣੇ ਆਪ ਦੇ ਨਾਲ ਇਨਸਾਫ ਕਰਦੇ ਹੋਏ ਉਹ ਦੋ ਲਾਈਨਾਂ ਮੈਂ ਲਿਖੀਆਂ ਜੀ। ਕੱਟ ਕੇ 84 ਲੱਖ ਜੂਨਾ ਫੇਰਾ ਪਾਵੇਂ, ਦਿਲੀ ਹੈ ਤਮੰਨਾ ਮੇਰੀ ਧੀ ਬਣ ਆਵੇਂ, ਸ਼ਾਇਦ ਪਿਓ ਹੀ ਉਤਾਰ ਸਕੇ ਪੁੱਤ ਦਾ ਜੋ ਕਰਜ਼ਾ, ਨਹੀਂ ਤੇ ਗੀਤਾਂ 'ਚ ਨਹੀਂ ਚੁੱਕਣਾ ਤੇਰੀ ਚੂਰੀਆਂ ਦਾ ਕਰਜ਼ਾ। ਸੋਚਾਂ ਰੱਬ ਤੋਂ ਵੀ ਜ਼ਿਆਦਾ। ਕਿਆ ਬਾਤ ਹੈ, ਤੇ ਮੈਂ ਜਵਾਬ ਲਿਖਿਆ ਜੀ ਜੀ। ਹਾਂਜੀ ਜੀ, ਨਹੀਂ ਬਹੁਤ ਵਧੀਆ ਮਨਦੀਪ ਜੀ, ਇਹ ਕਿਉਂਕਿ ਇੱਥੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਨਾ ਸਿਰਫ, ਕਿਉਂਕਿ ਤੁਹਾਡਾ ਇੱਕ ਜਿਹੜਾ ਗੀਤ ਸੀਗਾ ਆਈਫੋਨ, ਉਹਨੇ ਤੁਹਾਨੂੰ ਇੱਕ ਵੱਖਰੀ ਪਛਾਣ ਦਿੱਤੀ। ਹਾਂਜੀ, ਉਹਦਾ ਕਾਰਨ ਕਿਤੇ ਨਾ ਕਿਤੇ ਇਹ ਵੀ ਸੀਗਾ ਕਿ ਇੱਕ ਚੀਜ਼ ਤਾਂ ਤੁਹਾਡੇ ਬਾਰੇ ਮਸ਼ਹੂਰ ਆ ਕਿ ਜਿੰਨਾ ਵੀ ਤੁਸੀਂ ਲਿਖਦੇ ਹੋ ਉਹ ਸਾਡੇ ਆਲੇ ਦੁਆਲੇ ਦਾ ਹੁੰਦਾ। ਹਾਂਜੀ, ਪਰ ਹੁਣ ਆਲੇ ਦੁਆਲੇ ਦੇ ਵਿੱਚੋਂ ਸੰਜੀਦਗੀ ਵੀ ਹੁੰਦੀ ਹੈ ਜੀ, ਦਰਦ ਵੀ ਆ ਅਤੇ ਖੁਸ਼ੀ ਵੀ ਆ, ਤੁਸੀਂ ਦੋਵਾਂ ਦੇ ਉੱਤੇ ਬੜਾ ਵਧੀਆ ਲਿਖਦੇ ਹੋ। ਮਨਦੀਪ ਜੀ, ਥੋੜ੍ਹਾ ਜਿਹਾ ਉਹ ਆਈਫੋਨ ਜ਼ਰੂਰ ਸੁਣਾਓ, ਕਿਉਂਕਿ ਬਿਲਕੁਲ ਬਿਲਕੁਲ ਤੁਹਾਡਾ ਉਹ ਇੱਕ ਗੀਤ ਸੀਗਾ ਜਿਹਨੇ ਤੁਹਾਨੂੰ ਇੰਨੀ ਜ਼ਿਆਦਾ ਮਕਬੂਲੀਅਤ ਦਿੱਤੀ ਆਈਫੋਨ, ਉਹ ਜ਼ਰੂਰ ਪਲੀਜ਼। ਹਾਂਜੀ ਹਾਂਜੀ, ਕਿਉਂਕਿ ਮੈਂ ਜਿਹੜਾ ਮਾਹੌਲ ਆ, ਮੈਂ ਕਿਹਾ ਵੀ ਬੜਾ ਅੱਛਾ ਤੁਸੀਂ ਇਹ ਗੀਤ ਗਾਇਆ, ਪਰ ਇਹਦੇ ਨਾਲ ਨਾਲ ਥੋੜ੍ਹਾ ਥੋੜ੍ਹਾ ਜਿਹੜਾ ਨਾ ਮਾਹੌਲ ਵੀ ਜਿਹੜਾ ਵਾ ਉਹਨੂੰ ਨਾਲ ਨਾਲ ਜਿਹੜਾ ਆਪਾਂ ਖੁਸ਼ਗਵਾਰ ਵੀ ਰੱਖੀ। ਹਾਂਜੀ ਹਾਂਜੀ ਹਾਂਜੀ, ਜੋ ਇੱਕ ਸ਼ਾਇਰ ਹੁੰਦਾ ਨਾ ਜੀ, ਸ਼ਾਇਰ ਇੱਕ ਚੰਗਾ ਸ਼ਾਇਰ, ਉਹਦੀ ਓਬਜ਼ਰਵੇਸ਼ਨ ਪਾਵਰ ਬਹੁਤ ਜ਼ਿਆਦਾ ਹੁੰਦੀ ਆ ਜੀ ਜੀ, ਉਹ ਹਰ ਚੀਜ਼ ਨੂੰ ਮੁਹੱਬਤ ਕਰਦਾ ਹੁੰਦਾ ਜੀ। ਸ਼ਾਇਰ ਨੂੰ ਪਤਾ ਨਹੀਂ ਹੁੰਦਾ ਕਿ ਉਹ ਮੁਹੱਬਤ ਕਰਦਾ ਜੀ,
ਕੋਈ ਸਿਆਣਾ ਸ਼ਾਇਰ ਹੋਏਗਾ ਉਹਨੂੰ ਪਤਾ ਹੋਏਗਾ, ਨਹੀਂ ਜ਼ਿਆਦਾਤਰ ਸ਼ਾਇਰਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੂੰ ਬਹੁਤ ਮੁਹੱਬਤ ਹੁੰਦੀ ਹੈ ਹਰ ਸ਼ਹਿਰ ਦੇ ਨਾਲ, ਲੋਕਾਂ ਦੇ ਨਾਲ, ਚਿਹਰਿਆਂ ਦੇ ਨਾਲ, ਰੁੱਖਾਂ ਦੇ ਨਾਲ, ਸੜਕਾਂ ਦੇ ਨਾਲ ਜੀ ਜੀ। ਅਤੇ ਉਹ ਜਿਹੜੀ ਮੁਹੱਬਤ ਹੈ ਉਹ ਮੁਹੱਬਤ ਨੂੰ ਦਿਖਾਉਣ ਦਾ ਹੀ ਅੰਦਾਜ਼ ਸ਼ਾਇਰੀ ਹੈ ਜੀ ਜੀ। ਅਤੇ ਇਹ ਸ਼ਾਇਰੀ ਦੇ ਅੰਦਾਜ਼ ਨੇ ਕਿ ਉਹ ਚਾਹੇ ਉਹ ਬੇਬੇ ਦਾ ਗੀਤ ਬਣ ਜਾਂਦਾ ਜੀ, ਚਾਹੇ ਆਈਫੋਨ ਬਣ ਜਾਂਦਾ ਜੀ। ਹੁਣ ਜੋ ਆਈਫੋਨ ਦਾ ਜੋ ਗੀਤ ਆ ਉਹ ਗੀਤ ਕਾਹਦਾ ਗੱਲਾਂ ਨੇ ਜੀ ਜੀ। ਮੇਰੇ ਦੋ ਖਾਸ ਮਿੱਤਰ ਇੰਡੀਆ ਤੋਂ, ਬਹੁਤ ਸਾਡਾ ਪਿਆਰ ਭਾਵ, ਅਤੇ ਉਹ ਮੈਨੂੰ ਅਕਸਰ ਇਹ ਪੁੱਛਦੇ ਰਹਿੰਦੇ ਸੀ ਕਿ ਬਾਈ ਯਾਰ ਕਿੱਦਾਂ ਆਸਟ੍ਰੇਲੀਆ ਦੇ ਕੀ ਕਿੰਨੇ ਕੁ ਡਾਲਰ ਬਣਦੇ ਨੇ ਜੀ ਜੀ ਜੀ, ਅਤੇ ਕਿੱਦਾਂ ਫਿਰ ਹੈ ਨਾ, ਜਿਵੇਂ ਮਤਲਬ ਹੁੰਦਾ ਹੀ ਹੈ ਸਾਰਿਆਂ ਨੂੰ ਜੀ ਜੀ। ਅਤੇ ਮੈਂ ਆਪਣੇ ਵੱਲੋਂ ਤਰਕ ਦਿੰਦਾ ਰਹਿੰਦਾ ਸੀਗਾ ਜੀ ਜੀ, ਉਹ ਮੈਂ ਕਿਹਾ ਯਾਰ ਵੀ ਬਹੁਤ ਔਖਾ ਹੈ ਜੀ, ਬਹੁਤ ਤੁਹਾਨੂੰ ਡਿਸਿਪਲਿਨ ਰੱਖਣਾ ਪੈਂਦਾ ਜੀ, ਟ੍ਰੇਨ 7 ਵਜੇ ਔਰ 7:02 ਦਾ ਜਿਹੜਾ ਫਰਕ ਹੈ ਜੀ, ਉਹ ਤੁਹਾਨੂੰ ਆਸਟ੍ਰੇਲੀਆ ਆ ਕੇ ਪਤਾ ਲੱਗਦਾ ਵੀ ਜੇ 2 ਮਿੰਟ ਲੇਟ ਹੋ ਗਏ ਤਾਂ ਟ੍ਰੇਨ ਮਿਸ ਹੋ ਜਾਣੀ ਹੈ, ਅਤੇ 1 ਮਿਸ ਹੋ ਗਈ ਤਾਂ ਅੱਗੇ ਹੋਰ 20 ਮਿੰਟ ਲੱਗ ਜਾਣੇ ਜੀ ਜੀ ਜੀ। ਅਤੇ ਸੋ ਜਿਹੜੀਆਂ ਗੱਲਾਂ ਸੀ ਉਹ ਜਿਹੜੇ ਤਰਕ ਸੀ ਉਹ ਮੈਂ ਦਿੰਦਾ ਰਿਹਾ ਜੀ, ਵੀ ਬਾਹਰਲੀ ਜ਼ਿੰਦਗੀ ਔਰ ਸਾਡੀ ਇੰਡੀਆ ਦੀ ਜ਼ਿੰਦਗੀ ਬਾਰੇ ਜੀ, ਅਤੇ ਉਹ ਕੁਛ ਉਹ ਤਰਕ ਜੇ ਇਕੱਠੇ ਹੋ ਗਏ ਜੀ, ਅਤੇ ਉਹ ਗੀਤ ਦੀ ਸ਼ਕਤ ਹੁਣ ਇਹ ਇਖਤਿਆਰ ਕਰ ਲਈ ਜੀ ਜੀ। ਸੋ ਉਹਦੀਆਂ ਮੈਂ 2 ਲਾਈਨਾਂ ਤੁਹਾਨੂੰ ਸੁਣਾਉਣਾ ਕਿ ਜੀ ਪਲੀਜ਼। ਤੂੰ ਵੀ ਦੇਖ ਪਰਦੇਸ ਜੇ ਮੌਕਾ ਮਿਲਦਾ ਏ, ਬਸ ਆਈਫੋਨ ਹੀ ਹੈ ਜਿਹੜਾ ਸੌਖਾ ਮਿਲਦਾ ਏ। ਕਿਆ ਬਾਤ, ਕੱਢੀ ਦੀਆਂ ਫੀਸਾਂ ਕਿਵੇਂ, ਕਰਜ਼ਾ ਉਤਾਰੀ ਦਾ, ਦੁੱਕੀ ਦਿੱਕੀਆਂ ਦਾ ਕਿੱਦਾਂ ਰੋਬ ਸਹਾਰੀ ਦਾ ਜੀ, ਉਹ ਤੈਨੂੰ ਪਤਾ ਲੱਗੇ ਕਿੱਥੇ ਕਿਵੇਂ ਧੋਖਾ ਮਿਲਦਾ ਏ, ਬਸ ਆਈਫੋਨ ਹੀ ਹੈ ਜਿਹੜਾ ਸੌਖਾ ਮਿਲਦਾ ਏ। ਕਿਆ ਬਾਤ, ਗੱਡੀ ਵਿੱਚ ਪੈ ਗਈ ਇੱਥੇ ਲਾਇਆ ਨਹੀਂਓ ਜਾਣਾ, ਸੜਕਾਂ ਤੇ ਭੰਗੜਾ ਪਾਇਆ ਨਹੀਂਓ ਜਾਣਾ। ਕਿਆ ਬਾਤ, ਹੋ ਕੇਰਾਂ ਗਿਆ ਜੇ ਲਸੰਸ ਫੇਰ ਔਖਾ ਮਿਲਦਾ ਏ, ਬਸ ਆਈਫੋਨ ਹੀ ਹੈ ਜਿਹੜਾ ਸੌਖਾ ਮਿਲਦਾ ਏ। ਇੱਕੋ ਘਰ ਪਾਉਂਦੇ ਦੀ ਘਸ ਜਾਊ ਜਵਾਨੀ, ਹੋਇਆ ਜੇ ਤਲਾਕ ਉਹ ਵੀ ਲੈ ਜੂਗੀ ਜਨਾਨੀ। ਜੀ, ਉਹ ਜਿਵੇਂ ਕਹਿੰਦੇ ਨੇ ਪੰਜਾਬੀ 'ਚ ਡੋਕਾ ਮਿਲਦਾ ਏ, ਬਸ ਆਈਫੋਨ ਹੀ ਹੈ ਜਿਹੜਾ ਸੌਖਾ ਮਿਲਦਾ ਏ। ਕਿਆ ਬਾਤ ਹੈ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਕਿਉਂਕਿ ਇਹ ਹਾਸੇ ਹਾਸੇ ਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਫਿਰ ਵੀ ਸਿਆਣੀਆਂ ਸਿਆਣੀਆਂ ਹੋਰ ਸੱਚਾਈਆਂ ਜੀ ਜੀ ਬਣੀਆਂ, ਵਾਕਈ ਸਾਡੇ ਸੱਚ ਨੇ, ਸਾਡੇ ਬਾਹਰ ਦੇ ਸੱਚ ਨੇ, ਅਤੇ ਜਿਹੜੇ ਸਾਡੇ ਵੀਰ ਸਾਡੀਆਂ ਭੈਣਾਂ ਜਿਹੜੇ ਪਾਰ ਸਾਡੇ ਵਤਨ ਦੇ ਵਿੱਚ ਬੈਠੇ ਆ ਇੰਡੀਆ ਦੇ ਵਿੱਚ, ਉਹਨਾਂ ਨੂੰ ਕਿਤੇ ਨਾ ਕਿਤੇ ਇਹ ਗੱਲ ਬੜੀ ਲੱਗਦੀ ਆ ਵੀ ਨਹੀਂ ਯਾਰ ਇਹ ਤਾਂ ਝੱਟ ਹੀ ਆਈਫੋਨ ਲੈ ਲੈਂਦੇ ਆ ਜਾਂਦੇ। ਹਾਂਜੀ ਹਾਂਜੀ, ਜੇ 5 ਇੰਡੀਆ 'ਤੇ ਜੇ 5 ਨਹੀਂ ਲਾਂਚ ਹੋਇਆ ਤਾਂ ਇਹਨਾਂ ਕੋਲ 6 ਆ ਗਿਆ, ਉਹਨਾਂ ਨੂੰ ਪਤਾ ਨਹੀਂ ਹੁੰਦਾ ਜੀ ਕਿ 2 ਸਾਲ ਦੇ ਪਲਾਨ 'ਤੇ ਫ੍ਰੀ ਮਿਲ ਜਾਂਦਾ। ਸੋ ਬਿਲਕੁਲ ਤੁਸੀਂ ਇਹ ਸੱਚ ਦੱਸਿਆ, ਅਤੇ ਪਰ ਇਹ ਜਿਹੜੀਆਂ ਚੀਜ਼ਾਂ ਨੇ ਇਹੀ ਚੀਜ਼ਾਂ ਉਹਨਾਂ ਨੂੰ ਬਹੁਤ ਜ਼ਿਆਦਾ ਅਟਰੈਕਟ ਕਰਦੀਆਂ ਹਾਂਜੀ ਇੱਥੇ ਆਉਣ ਦੇ ਲਈ। ਸੋ ਤੁਸੀਂ ਨਾਲ ਨਾਲ ਸੱਚ ਵੀ ਦੱਸਿਆ ਜੀ, ਅਤੇ ਆਸ ਕਰਦੇ ਹਾਂ ਕਿ ਤੁਹਾਡੇ ਸੱਚ ਨੂੰ ਜਿਹੜਾ ਆ ਸਾਡੇ ਜਿਹੜੇ ਸਰੋਤੇ ਨੇ ਜਿਹੜੇ ਸਾਡੇ ਇੰਡੀਆ ਤੋਂ ਵੀ ਸੁਣਦੇ ਨੇ ਉਹਨਾਂ ਨੂੰ ਵੀ ਇਹ ਚੀਜ਼ ਦਾ ਭਲੀ ਭਾਂਤੀ ਪਤਾ ਲੱਗਾ ਹੋਊਗਾ ਵੀ ਨਹੀਂ ਆਈਫੋਨ ਹੀ ਆ ਜਿਹੜਾ ਇੱਥੇ ਸੌਖਾ ਮਿਲਦਾ, ਬਾਕੀ ਚੀਜ਼ਾਂ ਬੜੀਆਂ ਔਖੀਆਂ ਮਿਲਦੀਆਂ ਜੀ। ਇੱਕ ਨਾ ਸਰੋਤੇ ਸਾਨੂੰ ਕਾਫੀ ਦੇਰ ਤੋਂ ਕਾਲ ਕਰ ਰਹੇ ਨੇ, ਆਪਾਂ ਇਹਨਾਂ ਨੂੰ ਔਨ ਏਅਰ ਕਰ ਲੈਂਦੇ ਹਾਂ ਅਤੇ ਇਹਨਾਂ ਨੂੰ ਪੁੱਛਦੇ ਹਾਂ ਜੀ ਇਹ ਤੁਹਾਡੇ ਕੋਲੋਂ ਕੀ ਸਵਾਲ ਪੁੱਛਣਾ ਚਾਹੁੰਦੇ ਆ। ਤੁਸੀਂ ਔਨ ਏਅਰ ਹੋ ਜੀ, ਕੀ ਨਾਂ ਤੁਹਾਡਾ? ਹਾਂਜੀ ਮਨਦੀਪ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਜਗਜੀਤ ਸਿੰਘ ਬੋਲਦਾ ਨਿਊ ਸਾਊਥ ਵੇਲ ਤੋਂ ਜੀ, ਨਿਊ ਕਾਸਲ ਤੋਂ। ਕਿਆ ਬਾਤ ਹੈ, ਸਤਿ ਸ੍ਰੀ ਅਕਾਲ ਜਗਜੀਤ ਸਿੰਘ ਜੀ। ਹਾਂਜੀ ਭਾਜੀ, ਹੁਣੇ ਕੰਮ ਸ਼ੁਰੂ ਕੀਤਾ ਸੀਗਾ ਤੇ ਜਿੱਦਾਂ ਸ਼ਿਫਟ ਸ਼ੁਰੂ ਕੀਤੀ ਉਦਾਂ ਜੀ ਨੰਬਰ ਤੁਹਾਡਾ ਡਾਇਲ ਆਪਣਾ ਰੇਡੀਓ ਆਨ ਕਰ ਲਿਆ ਜੀ। ਕਿਆ ਬਾਤ ਹੈ, ਮੇਰੇ ਧੰਨ ਭਾਗ ਜੀ। ਹਾਂਜੀ, ਤੇ ਮੈਂ ਹਲੇ ਪਿਛਲੇ ਵੀਕ ਹੀ ਫੇਸਬੁੱਕ ਤੇ ਕਿਸੇ ਨੇ ਸ਼ਾਇਦ ਤੁਹਾਡਾ ਆਈਫੋਨ ਜਿਹੜਾ ਸੌਂਗ ਸੀ ਤੁਸੀਂ ਮੇਰੇ ਖਿਆਲ ਨਾਲ ਲਾਈਵ ਕਿਤੇ ਗਾਇਆ ਤੇ ਸ਼ੇਅਰ ਕੀਤਾ ਸੀ ਕਿਸੇ ਫਰੈਂਡ ਨੇ, ਤਾਂ ਮੈਂ ਸੁਣੀ ਲਿਆ ਸੀਗਾ ਜੀ। ਹਾਂਜੀ, ਤੇ ਉਹ ਮੈਨੂੰ ਬਹੁਤ ਵਧੀਆ ਲੱਗਾ ਤੇ ਜੀ ਮੈਂ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਜਿੱਦਾਂ ਤੁਹਾਡੇ ਜਿਹੜੇ ਟੌਪਿਕ ਨੇ ਉਹ ਬਹੁਤ ਹੀ ਸੱਚਾਈਆਂ ਨੇ ਜਿਹੜੀਆਂ ਕਿ ਜਿੱਦਾਂ ਕਿ ਮੈਂ ਇੰਡੀਆ ਗਿਆ ਜਾਂ ਬੇਬੇ, ਇਹ ਕਾਮਨ ਸੱਚਾਈਆਂ ਨੇ ਤੇ ਇੱਕ ਪਰਦੇਸੀ ਲਈ, ਤੇ ਇੱਕ ਸਿਰਫ ਹੱਥ ਜੋੜ ਕੇ ਬੇਨਤੀ ਜੇ ਤੁਸੀਂ ਇੱਕ ਸ਼ਾਇਦ ਤੁਸੀਂ ਜੇ ਏਦਾਂ ਦੀ ਸੱਚਾਈ ਤੇ ਗੀਤ ਲਿਖਦੇ ਹੋ ਜਿੱਦਾਂ ਕਿ ਫੋਰ ਐਗਜਾਮਪਲ ਇੱਕ ਮੈਂ ਜਿੱਦਾਂ ਗੋਰੀ ਕਹਿ ਰਹੀ ਆ ਮੈਂ ਦੇਸ਼ ਪੰਜਾਬ ਚੱਲੀ ਦੇਸ਼ ਪੰਜਾਬ, ਜਿੱਦਾਂ ਕਿ ਆਸਟ੍ਰੇਲੀਅਨ ਗੋਰੀ ਕਿਸੇ ਮੁੰਡੇ ਨਾਲ ਵਿਆਹ ਕਰਾਇਆ ਤੇ ਜੀ ਦੇਸ਼ ਪੰਜਾਬ ਜਾ ਰਹੀ ਹੈ, ਤੇ ਉਹਦੇ ਬਾਰੇ ਜੇ ਕੁਛ ਲਿਖ ਦੋ ਤਾਂ ਬਹੁਤ ਬਹੁਤ ਧੰਨਵਾਦ ਹੋਏਗਾ ਜੀ। ਹਾਂਜੀ ਜ਼ਰੂਰ ਬਿਲਕੁਲ। ਇਹ ਜਗਜੀਤ ਜੀ ਤੁਹਾਡੇ ਨਾਲ ਕੋਈ ਜਾ ਤੇ ਨਹੀਂ ਰਿਹਾ ਪਹਿਲਾਂ ਮੈਨੂੰ ਦੱਸੋ।
ਮਤਲਬ ਕੋਈ ਗੋਰਾ ਪੰਜਾਬ ਜਾ ਰਿਹਾ ਤੇ ਉੱਥੇ ਜਾ ਕੇ ਉਹਨੂੰ ਬਹੁਤ ਜੀ ਲੱਗਿਆ ਉਹਦਾ ਤੇ ਉੱਥੇ ਦੀ ਖੂਬਸੂਰਤੀ ਨੂੰ ਇੱਕ ਗੋਰੇ ਦੇ ਨਜ਼ਰੀਏ ਦੇ ਨਾਲ ਬਿਆਨ ਕੀਤਾ ਜਾਏ ਜੀ। ਅੱਛਾ ਜੀ ਜੀ ਨਹੀਂ ਤੁਸੀਂ ਇਹ ਚਾਹੁੰਦੇ ਹੋ ਜਗਜੀਤ ਜੀ ਰੇਡੀਓ ਸੁਣਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਜੀਤ ਜੀ ਸ਼ੁਕਰੀਆ ਸ਼ੁਕਰੀਆ ਬਹੁਤ ਬਹੁਤ ਜੀ ਵੇਖ ਲਓ ਇਹ ਸਾਡੇ ਲਿਸਨਰ ਨੇ ਜੀ ਨਿਊ ਕੈਸਲ ਤੋਂ ਇਹ ਅਕਸਰ ਹੀ ਮੈਸੇਜ ਵੀ ਕਰ ਦਿੰਦੇ ਹੁੰਦੇ ਆ ਕਿ ਹਾਂਜੀ ਹੁਣ ਬਹਿ ਗਏ ਹਾਂ ਜੀ ਸ਼ਿਫਟ ਸ਼ੁਰੂ ਹੋ ਗਈ ਹੈ ਅਤੇ ਲੱਗ ਗਿਆ ਰੇਡੀਓ ਸੋ ਹਾਂਜੀ ਰੇਡੀਓ ਚੱਲ ਪਿਆ ਵਾ ਹੁਣ ਜੇ ਆਪਾਂ ਗੱਲਬਾਤ ਕਰਦੇ ਹਾਂ ਇਸ ਇੰਸਟਰੂਮੈਂਟ ਦੇ ਬਾਰੇ ਆਪਣੀ ਗੱਲਬਾਤ ਚੱਲ ਰਹੀ ਸੀਗੀ ਹਾਂਜੀ ਕਿਉਂਕਿ ਇੰਸਟਰੂਮੈਂਟ ਇਹ ਬਹੁਤ ਔਖਾ ਹੈ ਜਿਵੇਂ ਤੁਸੀਂ ਗੱਲ ਕਹੀ ਅਤੇ ਪਰ ਇੱਕ ਚੀਜ਼ ਤੁਸੀਂ ਮੈਨੂੰ ਪਹਿਲਾਂ ਵੀ ਕਹੀ ਕਿ ਤੁਸੀਂ ਇੱਕ ਤੋਂ ਸਿੱਖਿਆ ਨਹੀਂ ਸੋ ਇਹ ਕਿੰਨੀ ਕੁ ਮਿਹਨਤ ਲੱਗੀ ਤੁਹਾਨੂੰ ਕਿੰਨਾ ਕੁ ਸਮਾਂ ਲੱਗ ਗਿਆ ਇਹਦੇ ਉੱਤੇ ਜਿੰਨੀ ਕੁ ਤੁਸੀਂ ਮੁਹਾਰਤ ਹਾਸਲ ਕਰ ਚੁੱਕੇ ਹੋ ਕਿੰਨਾ ਕੁ ਤੁਹਾਨੂੰ ਇਹਦੇ ਉੱਤੇ ਸਮਾਂ ਲੱਗਾ ਜੀ ਸਮਾਂ ਤਾਂ ਮੈਂ ਕਦੇ ਕੈਲਕੂਲੇਟ ਨਹੀਂ ਕੀਤਾ ਜੀ ਜੀ ਮੈਂ ਕਈ ਵਾਰੀ ਜਦੋਂ ਰਿਆਜ਼ ਕਰਨ ਲੱਗਦਾ ਜੀ ਜੀ ਜਾਂ ਉਹ ਇੱਕ ਨਾ ਬੜੀ ਪਾਗਲ ਮੰਜਾ ਹੋ ਜਾਂਦਾ ਉਹ ਇੱਕ ਜੀ 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 ਕਈ ਵਾਰੀ ਮੇਰਾ ਕੱਲ੍ਹ ਸ਼ਾਮੀ ਮੈਂ ਜਦੋਂ ਰਿਆਜ਼ ਕਰਦਾ ਸੀ ਜੀ ਕੋਈ ਮੈਨੂੰ ਦੱਸ 3 ਘੰਟੇ ਹੋਏ ਜੀ ਅਤੇ ਮੇਰਾ ਨਾ ਨੀਚੇ ਵਾਲਾ ਜਿਹੜਾ ਬੁੱਲ ਹੈ ਜੀ ਉਹ ਦੁਖਣ ਲੱਗ ਜਾਂਦਾ ਜੀ ਜੀ ਜਦੋਂ ਤੱਕ ਉਹ ਦੁਖਣ ਨਾ ਲੱਗਿਆ ਹੋਵੇ ਉਦੋਂ ਤੱਕ ਮੈਨੂੰ ਲੱਗਦਾ ਨਹੀਂ ਵੀ ਅੱਜ ਕੁਛ ਕੀਤਾ ਸੋ ਇਹ ਇੱਕ ਦਿਨ ਦੀ ਗੱਲ ਹੈ ਜੀ ਜੀ ਇਸੇ ਤਰੀਕੇ ਨਾਲ ਕਾਫੀ ਸਮੇਂ ਤੋਂ ਮੈਂ ਜਦੋਂ ਜਦੋਂ ਵੀ ਕਰਦਾ ਆਇਆ ਜੀ ਸੋ ਮੈਨੂੰ ਲੱਗਦਾ ਵੀ ਤਕਰੀਬਨ ਕੋਈ 4-5 ਸਾਲ ਤੋਂ ਜੀ ਮੈਂ ਉਹਨੂੰ ਵਜਾਉਣ ਦੀ ਕੋਸ਼ਿਸ਼ ਕਰਦਾ ਆਇਆ ਜੀ ਅਤੇ ਪਹਿਲਾਂ ਸ਼ੁਰੂਆਤੀ ਜੋ ਦਿਨ ਸੀਗੇ ਉਹ ਸ਼ੁਰੂਆਤੀ ਦਿਨ ਤਾਂ ਇਹੀ ਸੀ ਵੀ ਜੋ ਸਾਡੇ ਬੇਸਿਕ ਸਕੇਲਸ ਹੁੰਦੇ ਨੇ ਜੀ ਸਾਰੇ ਗਾਵਾਂ ਪਾ ਦਾ ਨੀ ਸਾ ਨੀ ਦਾ ਪਾ ਮਾ ਗਾ ਰੇ ਸਾ ਜੀ ਜੀ ਸਾਰੇ ਸਾਰੇ ਗਾ ਰੇ ਗਾਵਾਂ ਗਾਵਾਂ ਪਾ ਇੱਦਾਂ ਕਰਕੇ ਜਿਹੜੀਆਂ ਉਹਦੀਆਂ ਆਰਪੇਜੀਏਟਰਸ ਹੁੰਦੇ ਨੇ ਅੰਗਰੇਜ਼ੀ ਦੇ ਵਿੱਚ ਜੀ ਅਤੇ ਉਹ ਤੁਸੀਂ ਉਹਨਾਂ ਨੂੰ ਇੱਕ ਰਿਆਜ਼ ਦੇ ਵਜੋਂ ਵਜਾਉਂਦੇ ਹੋ ਜੀ ਜੀ ਫਿਰ ਜਿਹੜੀ ਮੇਰੀ ਦੂਜੀ ਪੌੜੀ ਸੀ ਜੀ ਉਹ ਇਹ ਸੀ ਕਿ ਗੋਰੇ ਕਿੱਦਾਂ ਵਜਾਉਂਦੇ ਨੇ ਅੱਛਾ ਜੀ ਵੀ ਜੈਜ਼ ਕਿਸ ਤਰੀਕੇ ਨਾਲ ਵੱਜਦਾ ਜੀ ਫਿਰ ਜਿਹੜੀ ਤੀਜੀ ਪੌੜੀ ਸੀ ਉਹ ਇਹ ਸੀ ਵੀ ਮੈਂ ਇਹ ਨਹੀਂ ਸੀ ਚਾਹੁੰਦਾ ਕਿ ਵੀ ਮੈਂ ਇਹ ਸਾਜ਼ ਵਜਾ ਕੇ ਗੋਰਿਆਂ ਦਾ ਹਿੱਸਾ ਹੋਵਾਂ ਅੱਛਾ ਜੀ ਮੈਂ ਇਹ ਚਾਹੁੰਦਾ ਸੀ ਇਹ ਸਾਜ਼ ਨੂੰ ਮੈਂ ਲੈ ਕੇ ਆ ਕੇ ਪੰਜਾਬੀ ਦਾ ਹਿੱਸਾ ਹੋਵਾਂ ਮੈਂ ਆਪਣੀ ਕੰਟਰੀਬਿਊਸ਼ਨ ਪਾਵਾਂ ਆਪਣੇ ਵੱਲੋਂ ਬਤੌਰ ਐਜ਼ ਅ ਆਰਟਿਸਟ ਜੀ ਜੀ ਸੋ ਉਹ ਸਭ ਤੋਂ ਲੰਬਾ ਸੀ ਅੱਛਾ ਉਹ 3 ਸਾਲ ਮੈਂ ਸਿਰਫ ਇਹੀ ਸੋਚਦਾ ਰਿਹਾ ਜੀ ਉਹਨੂੰ ਵਰਕਆਊਟ ਕਰਦਾ ਰਿਹਾ ਜੀ ਵੀ ਇਹਨੂੰ ਕਿਸ ਤਰੀਕੇ ਨਾਲ ਸਕੇਲਸ ਨੂੰ ਜੀ ਅਸੀਂ ਆਪਣੇ ਜੋ ਸਾਡਾ ਜੋ ਸੰਗੀਤ ਆ ਢੋਲ ਤੇ ਹੈ ਜੀ ਜੀ ਢੋਲਕੀਆਂ ਤੇ ਹੈ ਤੂੰਬੀ ਛੈਣੇ ਅਲਗੋਜ਼ੇ ਜੀ ਉਹਨਾਂ ਦੇ ਨਾਲ ਕਿੱਦਾਂ ਕੰਬਾਈਨ ਕੀਤਾ ਜਾਵੇ ਜੀ ਤੇ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਟੈਂਪਰਰੀ ਮਿਊਜ਼ਿਕ ਇਲੈਕਟ੍ਰੋਨਿਕ ਮਿਊਜ਼ਿਕ ਜੀ ਪਰ ਪੰਜਾਬੀ ਅੰਦਾਜ਼ 'ਚ ਤੇ ਇਹ ਸਭ ਤੋਂ ਵੱਡਾ ਮੇਰੇ ਲਈ ਜਿਹੜਾ ਮੁਸ਼ਕਿਲ ਕੰਮ ਸੀ ਜੀ ਪਿਛਲੇ ਜਿਹੜੇ 3-4 ਸਾਲ ਲੱਗੇ ਜ਼ਿਆਦਾ ਲੱਗੇ ਉਹ ਜ਼ਿਆਦਾ ਜ਼ੋਰ ਮੇਰਾ ਇਸ ਚੀਜ਼ 'ਤੇ ਲੱਗਿਆ ਜੀ ਕਿਆ ਬਾਤ ਹੈ ਹਾਂਜੀ ਅਤੇ ਇਹ ਜਦੋਂ ਤੁਸੀਂ ਇੰਸਟਰੂਮੈਂਟ ਤੁਸੀਂ ਹੁਣ ਇੰਨਾ ਟਾਈਮ ਇਹਨੂੰ ਦਿੰਦੇ ਹੋ ਅਤੇ ਇਸ ਦੇ ਨਾਲ ਕੀ ਪੈਰਲਰ ਕੀ ਕਿਹੜੀ ਜੋਬ ਕਰਦੇ ਹੋ ਤੁਸੀਂ ਇਹਦੇ ਬਾਰੇ ਮੈਂ ਟੈਕਸੀ ਚਲਾਉਂਦਾ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਕਿਉਂਕਿ ਤੁਸੀਂ ਦੱਸਿਆ ਆਈ ਟੀ ਬੈਕਗਰਾਉਂਡ ਪਿੱਛੇ ਵੀ ਤੁਸੀਂ ਇੰਡੀਆ 'ਚ ਵੀ ਆਈ ਟੀ 'ਚ ਕੰਮ ਕੀਤਾ ਇੱਥੇ ਆ ਕੇ ਤੁਸੀਂ ਆਈ ਟੀ ਨੂੰ ਕਿਉਂ ਨਹੀਂ ਸ਼ੁਰੂ ਕੀਤਾ ਟੈਕਸੀ ਕਿਉਂ ਉਹਦੇ ਕਈ ਕਾਰਨ ਨੇ ਪਹਿਲਾ ਕਾਰਨ ਤਾਂ ਇੱਕ ਇਹ ਜੀ ਵੀ ਆ ਕੇ ਸ਼ੁਰੂ ਕੀਤਾ ਸੀਗਾ ਜੀ ਜੀ ਕੋਈ ਮਾੜੀ ਮੋਟੀ ਕੰਟਰੈਕਚੁਅਲ ਜੋਬ ਜਾਂ ਕੁਛ ਹੋਰ ਜੀ ਅਤੇ ਉਸ ਤੋਂ ਬਾਅਦ ਵਿੱਚੋਂ ਥੋੜ੍ਹਾ ਜਿਹਾ ਜ਼ਿੰਦਗੀ ਦੇ ਵਿੱਚ ਭੁਚਾਲ ਹੀ ਕਹਾਂ ਮੈਂ ਆ ਗਿਆ ਜੀ ਜੀ ਸਾਡੇ ਬੇਬੇ ਜੀ ਪੂਰੇ ਹੋ ਗਏ ਜੀ ਸਾਡੇ ਘਰੇ ਸਾਰੇ ਬਜ਼ੁਰਗ ਢਿੱਲੇ ਹੋ ਗਏ ਮੈਂ ਇਕੱਲਾ ਇਕੱਲੀ ਹਾਂ ਕੋਈ ਮੇਰਾ ਭੈਣ ਭਰਾ ਨਹੀਂ ਜੀ ਜੀ ਸੋ ਆਈ ਐਂਡਡ ਅਪ ਗੋਇੰਗ ਟੂ ਇੰਡੀਆ ਜੀ ਅਤੇ ਉੱਥੇ ਮੇਰਾ 1.5-1.5 ਸਾਲ ਲੱਗ ਗਿਆ ਜੀ ਉਹ ਇੱਕ ਬਹੁਤ ਜ਼ਿੰਦਗੀ ਦੀ ਕਰਵ ਚੇਂਜ ਹੋ ਗਈ ਜੀ ਜੀ ਅਤੇ ਜਦੋਂ ਮੈਂ ਵਾਪਸ ਆਇਆ ਜੀ ਉਦੋਂ ਮੇਰੇ ਦਿਮਾਗ ਦੇ ਵਿੱਚ ਇਹ ਨਹੀਂ ਸੀਗਾ ਕਿ ਆਈ ਟੀ ਦੀ ਜੋਬ ਕਰਨੀ ਆ ਜੀ ਜਾਂ ਕੋਈ ਘਰ ਲੈਣਾ ਜਾਂ ਕੋਈ ਵਿਆਹ ਕਰਾਉਣਾ ਉਦੋਂ ਮੇਰੇ ਦਿਮਾਗ ਦੇ ਵਿੱਚ ਇਹ ਸੀਗਾ ਵੀ ਜ਼ਿੰਦਗੀ ਦਾ ਕੀ ਭਰੋਸਾ ਜੀ ਕਦੋਂ ਮੁੱਕ ਜਾਏ ਜੀ ਇੱਕੋ ਜ਼ਿੰਦਗੀ ਹੈ ਜੀ ਜੋ ਦਿਲ ਕੀਤਾ ਜੇ ਉਹ ਨਾ ਕੀਤਾ ਫਿਰ ਕੀ ਕੀਤਾ ਕਿਆ ਬਾਤ ਇਹ ਮੈਂ ਗੀਤ ਵੀ ਲਿਖਿਆ ਇਸ ਗੱਲ ਦੇ ਉੱਤੇ ਜੀ ਅਤੇ ਉਸ ਤੋਂ ਬਾਅਦ ਦੇ ਵਿੱਚੋਂ ਫਿਰ ਮਤਲਬ ਕਿ ਮੈਂ ਜਿਹੜੀ ਟੇਕ ਇਟ ਈਜ਼ੀ ਜੋਬਸ ਹੁੰਦੀਆਂ ਨੇ ਹੁਣ ਸਾਡਾ ਜ਼ਿਆਦਾਤਰ ਭਾਈਚਾਰਾ ਆਪਾਂ ਡਰਾਈਵਰ ਮਹਿਕਮੇ ਤੋਂ ਹੈ ਠੀਕ ਹੈ ਨਾ ਘਰੇ ਬੈਠੇ ਹਾਂ ਆਪਾਂ ਮਹੀਨਾ ਹੋ ਗਿਆ ਕੋਈ ਯਾਰ ਮਿੱਤਰ ਕਹਿੰਦਾ ਕਿ ਲੈ ਯਾਰ ਗੱਲ ਕਿਹੜੀ ਆ ਤੂੰ ਲਾਇਸੈਂਸ ਬਣਾ ਤੈਨੂੰ ਗੱਡੀ ਦਵਾ ਦਿੰਦੇ ਹਾਂ ਜੀ ਜੀ ਠੀਕ ਹੈ ਜੀ ਸੋ ਇੱਦਾਂ ਕਰਕੇ ਟੈਕਸੀ ਦੀ ਸ਼ੁਰੂਆਤ ਹੋਈ ਜੀ ਜੀ ਅਤੇ ਉਸ ਤੋਂ ਬਾਅਦ ਦੇ ਵਿੱਚੋਂ ਟੈਕਸੀ ਦੇ ਨਾਲ ਇੱਕ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਡਾ ਜਿਹੜਾ ਮਾਇੰਡ ਹੈ ਉਹ ਫਰੀ ਹੁੰਦਾ ਜਦੋਂ ਤੁਸੀਂ ਆਈ ਟੀ ਦੀ ਜੋਬ ਕਰਦੇ ਹੋ ਤੁਹਾਡਾ ਮਾਇੰਡ ਫਰੀ ਨਹੀਂ ਹੁੰਦਾ ਜੀ ਤੁਹਾਨੂੰ ਉੱਥੇ ਸਵੇਰੇ ਫੈਕਸ ਆ ਜਾਂਦਾ
ਤੁਹਾਡੀਆਂ ਡੇਜ਼ ਦੀਆਂ ਕੀ ਰਿਸਪੋਨਸੀਬਿਲਿਟੀਜ਼ ਨੇ ਜੀ ਜੀ ਤੁਸੀਂ ਉਹਦੇ ਨਾਲ ਗਿੱਜੇ ਰਹਿੰਦੇ ਹੋ ਜੀ ਪਰ ਜੋ ਤੁਸੀਂ ਗੱਡੀ ਚਲਾਉਂਦੇ ਹੋ ਗੱਡੀ ਚਲਾ ਕੇ ਸਵਾਰੀ ਛੱਡੀ ਆ ਤੇ ਹੁਣ ਤੁਸੀਂ ਵਾਪਸ ਆ ਰਹੇ ਹੋ ਜੇ ਵਧੀਆ ਜੋਬ ਲੱਗੀ ਹੋਵੇ 20 ਮਿੰਟ ਦੀ ਉਹ 20 ਮਿੰਟ ਦੇ ਵਿੱਚ ਜ਼ਿਆਦਾਤਰ ਤਾਂ ਕੀ ਕਰੀਦਾ ਕਿ ਫੋਨ ਲਾ ਲਈਦਾ ਗੱਲਾਂ ਬਾਤਾਂ ਮਾਰਨ ਨੂੰ ਜੀ ਪਰਚਾਉਣ ਨੂੰ ਜੀ ਪਰ ਉਹਦਾ ਇਹ ਫਾਇਦਾ ਵੀ ਆ ਜੇ ਤੁਸੀਂ ਸ਼ਾਇਰ ਮਿਜਾਜ਼ ਬੰਦੇ ਹੋ ਜੀ ਤੁਸੀਂ ਕੋਈ ਗੀਤ ਪੂਰਾ ਕਰ ਲੈਂਦੇ ਹੋ ਕਿਆ ਆ ਤੁਹਾਡੇ ਹੁਣ ਜਦੋਂ ਮੈਂ ਸਟੂਡੀਓ ਆਉਂਦਾ ਸੀਗਾ ਤਾਂ ਫ੍ਰੀ ਵੇ ਉੱਤੇ ਮੈਨੂੰ ਇੱਕ ਖਿਆਲ ਆਇਆ ਜੀ ਠੀਕ ਹੈ ਨਾ ਜੀ ਤੇ ਉਹ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਣਾ ਕਿ ਵੀ ਰੱਬ ਜਾਣੇ ਕੀ ਚਾਹੁੰਦੀ ਆ ਜੀ ਸੁਰਮਾ ਇੱਕੋ ਅੱਖ ਚ ਪਾਉਂਦੀ ਆ ਕਿਆ ਬਾਤ ਹੈ ਰੱਬ ਜਾਣੇ ਕੀ ਚਾਹੁੰਦੀ ਆ ਜੀ ਸੁਰਮਾ ਇੱਕੋ ਅੱਖ ਚ ਪਾਉਂਦੀ ਆ ਜੀ ਸ਼ਾਇਦ ਇੱਕ ਅੱਖ ਨਾਰਾਜ਼ ਹੈ ਜੀ ਦੂਜੀ ਨਾਲ ਮਨਾਉਂਦੀ ਆ ਜੀ ਸ਼ਾਇਦ ਇੱਕ ਦੇ ਖਾਬ ਨੇ ਜੀ ਦੂਜੀ ਨਾਲ ਦਿਖਾਉਂਦੀ ਆ ਜੀ ਉਹ ਕਾਫੀ ਲੰਮਾ ਚੌੜਾ ਏ ਜੀ ਤੇ ਉਹਦਾ ਅੰਤ ਏਦਾਂ ਹੁੰਦਾ ਕਿ ਵੀ ਹਰ ਔਰਤ ਦੋ ਹਿੱਸਿਆਂ ਚ ਜਿਉਂਦੀ ਆ ਇੱਕ ਅਸਲ ਚ ਜੋ ਉਹ ਹੈ ਇੱਕ ਉਹ ਜੋ ਦੁਨੀਆਂ ਨੂੰ ਨਜ਼ਰ ਆਉਂਦੀ ਆ ਕਿਆ ਬਾਤ ਰੱਬ ਜਾਣੇ ਕੀ ਚਾਹੁੰਦੀ ਆ ਸੁਰਮਾ ਇੱਕੋ ਅੱਖ ਚ ਪਾਉਂਦੀ ਆ ਸੋ ਇਹ ਹੁਣ ਆਈਟੀ ਦੀ ਜੌਬ ਦੇ ਨਾਲ ਮੇਲ ਨਹੀਂ ਖਾਂਦਾ ਉਹ ਮਤਲਬ ਤੁਹਾਨੂੰ ਜਿਹੜੇ ਸਟ੍ਰੈਸਿਸ ਨੇ ਜ਼ਿੰਦਗੀ ਦੇ ਉਹਦੇ ਨਾਲ ਮੇਲ ਨਹੀਂ ਖਾਂਦਾ ਗੱਡੀ ਦੇ ਵਿੱਚ ਬਹੁਤ ਈਜ਼ੀ ਹੈ ਸੋ ਸ਼ੁਰੂਆਤ ਗੱਡੀ ਦੀ ਬੇਸ਼ੱਕ ਉਸ ਸਬਬ ਦੇ ਨਾਲ ਹੋ ਗਈ ਪਰ ਉਹ ਮੇਰੀ ਤਾਸੀਰ ਦੇ ਉੱਤੇ ਫਿੱਟ ਬੜਾ ਬਹਿੰਦਾ ਸੀ ਮਤਲਬ ਮੈਨੂੰ ਈਜ਼ੀ ਬੜਾ ਲੱਗਦਾ ਸੀ ਤੁਸੀਂ ਉਹਦੇ ਵਿੱਚ ਆਪਣਾ ਕੋਈ ਧੁਨਾਂ ਨੇ ਕੰਪੋਜ਼ ਵੀ ਕਰ ਲੈਂਦੇ ਹੋ ਠੀਕ ਹੈ ਨਾ ਅੱਜ ਕੱਲ੍ਹ ਤਾਂ ਟੈਕਨੋਲੋਜੀ ਦਾ ਤੁਸੀਂ ਸਹਾਰਾ ਵੀ ਲੈ ਸਕਦੇ ਹੋ ਆਈਫੋਨ ਦੀਆਂ ਐਪਸ ਹੈਗੀਆਂ ਨੇ ਤੁਸੀਂ ਮਾੜਾ ਮੋਟਾ ਉਹਦੇ ਵਿੱਚ ਆਪਣਾ ਆਪਣੀ ਤਸੱਲੀ ਕਰ ਲੈਂਦੇ ਹੋ ਜੀ ਜੀ ਸੋ ਇਸ ਕਰਕੇ ਇੱਦਾਂ ਦਾ ਮਤਲਬ ਲਾਈਫ ਸਟਾਈਲ ਜਾਂ ਹਿੱਸਾ ਬਣ ਗਿਆ ਜੀ ਹੁਣ ਤੁਸੀਂ ਹੁਣ ਟੈਕਸੀ ਦੀ ਗੱਲ ਵੀ ਕੀਤੀ ਆ ਅਤੇ ਟੈਕਸੀ ਦੇ ਨਾਲ ਵੀ ਕੁਛ ਲਿਖਿਆ ਗੀਤ ਜੀ ਤੁਹਾਡਾ ਕਾਫੀ ਮਸ਼ਹੂਰ ਆ ਤੁਸੀਂ ਮੈਨੂੰ ਕਿਹਾ ਕਿ ਮੈਂ ਟੈਕਸੀ ਇੰਡਸਟਰੀ ਨੂੰ ਉਹ ਚੀਜ਼ ਆ ਜਿਹੜੀ ਡੈਡੀਕੇਟ ਸਾਡਾ ਮਹਿਕਮਾ ਤੁਹਾਡਾ ਮਹਿਕਮਾ ਜੀ ਸੋ ਮਹਿਕਮੇ ਦੇ ਉੱਤੇ ਸਾਡਾ ਵੀ ਮਹਿਕਮਾ ਰਿਹਾ ਅਤੇ ਹੁਣ ਵੀ ਜਦੋਂ ਕਿਤੇ ਮੌਕਾ ਮਿਲੇ ਤਾਂ ਮਹਿਕਮੇ ਵੱਲ ਜਾ ਵੜੀ ਦਾ ਅਤੇ ਉਹ ਮਹਿਕਮੇ ਦੇ ਬਾਰੇ ਕੋਈ ਗੀਤ ਜਿਹੜਾ ਲਿਖਿਆ ਵਾ ਉਹ ਜੇ ਉਹਦੀਆਂ ਚਾਰ ਬਿਲਕੁਲ ਬਿਲਕੁਲ ਮੈਂ ਪੂਰਾ ਸ਼ੋਅ ਦੇ ਵਿੱਚ ਇੱਕ ਗੀਤ ਬਕਾਇਦਾ ਪੂਰਾ ਪੇਸ਼ ਕੀਤਾ ਸੀਗਾ ਜੀ ਜੀ ਤੇ ਦਰਅਸਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਕੋਈ ਵੀ ਸ਼ਾਇਰ ਜਦੋਂ ਕੁਛ ਲਿਖਦਾ ਜੀ ਉਹ ਆਪਣੇ ਵੱਲੋਂ ਇੱਕ ਤੋਹਫਾ ਦੇ ਰਿਹਾ ਹੁੰਦਾ ਜੀ ਜੀ ਉਹਨੂੰ ਚਾਹੇ ਪਤਾ ਹੋਵੇ ਚਾਹੇ ਨਾ ਹੋਵੇ ਜੀ ਜੀ ਉਹ ਚਾਹੇ ਆਪਣੇ ਮਹਿਕਮੇ ਬਾਰੇ ਲਿਖਦਾ ਉਹ ਚਾਹੇ ਆਪਣੇ ਲੋਕਾਂ ਬਾਰੇ ਲਿਖਦਾ ਬੋਲੀ ਬਾਰੇ ਲਿਖਦਾ ਜੀ ਉਹ ਕਿਸੇ ਵੀ ਚੀਜ਼ ਬਾਰੇ ਲਿਖਦਾ ਉਹ ਆਪਣੇ ਵੱਲੋਂ ਇੱਕ ਤੋਹਫਾ ਦੇ ਰਿਹਾ ਹੁੰਦਾ ਜੀ ਜੀ ਸੋ ਮੇਰੇ ਵੱਲੋਂ ਵੀ ਇਹ ਇੱਕ ਤੋਹਫਾ ਸੀ ਕਿਆ ਬਾਤ ਹੈ ਟੈਕਸੀ ਇੰਡਸਟਰੀ ਨੂੰ ਹਾਂਜੀ ਜੀ ਆਉਣ ਦਿਓ ਜੀ ਫਿਰ ਥੋੜਾ ਜਿਹਾ ਸ਼ਾਇਦ ਤੁਹਾਨੂੰ ਡਿਫਰੈਂਟ ਲੱਗੇ ਮੈਂ ਥੋੜੀ ਜਿਹੀ ਇੰਟਰੋਡਕਸ਼ਨ ਦੇ ਦਿੰਦਾ ਜੀ ਕਿ ਅਸੀਂ ਸਾਰੇ ਪਿੰਡਾਂ ਚੋਂ ਆਏ ਹਾਂ ਕਿਸਾਨੀ ਪਰਿਵਾਰਾਂ ਚੋਂ ਡੰਗਰ ਮੱਝਾਂ ਸਾਰਿਆਂ ਦੇ ਘਰੇ ਹੁੰਦੇ ਸੀਗੇ ਕਾਫੀ ਜੇ ਨਹੀਂ ਵੀ ਆ ਤੇ ਸਾਡੀ ਕਿਤੇ ਨਾ ਕਿਤੇ ਬੈਕਗ੍ਰਾਉਂਡ ਪਿੰਡ ਦੇ ਨਾਲ ਜੁੜੀ ਹੋਈ ਹੈ ਤੇ ਹੁਣ ਜਦੋਂ ਆਪਾਂ ਇੱਥੇ ਆਉਂਦੇ ਹਾਂ ਕੰਮ ਧੰਦਾ ਕਰਦੇ ਹਾਂ ਹੁਣ ਸਾਡਾ ਰੋਜ਼ੀ ਰੋਟੀ ਦਾ ਸਾਧਨ ਟੈਕਸੀ ਹੈ ਜੀ ਸੋ ਉਸ ਉਹਨੂੰ ਆਧਾਰ ਬਣਾਉਂਦੇ ਹੋਏ ਜੀ ਇਹ ਦੋ ਲਾਈਨਾਂ ਜੀ ਇਹ ਟੈਕਸੀ ਨਹੀਂ ਮਿੱਤਰਾਂ ਦੀ ਮੌਜ ਹੈ ਕਿਆ ਬਾਤ ਇਹ ਟੈਕਸੀ ਨਹੀਂ ਮਿੱਤਰਾਂ ਦੀ ਮੱਝ ਹੈ ਸਾਂਭਦੇ ਨੇ ਉਹੀ ਜਿਨ੍ਹਾਂ ਨੂੰ ਚੱਜ ਹੈ ਇਹ ਟੈਕਸੀ ਨਹੀਂ ਮਿੱਤਰਾਂ ਦੀ ਮੱਝ ਹੈ ਕਿਆ ਬਾਤ ਜੀ ਸੋ ਇਹ ਇਹਦੇ ਵਿੱਚ ਜਿਹੜੀ ਅੱਗੇ ਉਹਦੀ ਫਿਰ ਮੈਂ ਗੀਤ ਦੇ ਵਿੱਚ ਮੈਂ ਇੱਕ ਆਮ ਪੰਜਾਬੀ ਮੁੰਡੇ ਦਾ ਜੋ ਸਟਰਗਲ ਹੈ ਜੋ ਖਾਸ ਤੌਰ ਤੇ ਆਪਣੇ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਆਪਾਂ ਸਾਰੇ ਤੁਸੀਂ ਵੀ ਮੈਂ ਵੀ ਅਸੀਂ ਸਾਰੇ ਉਸ ਸੰਘਰਸ਼ ਚੋਂ ਨਿਕਲੇ ਹਾਂ ਠੀਕ ਹੈ ਨਾ ਫੀਸਾਂ ਕੱਢੀਆਂ ਨੇ ਡਿਗਰੀਆਂ ਕੀਤੀਆਂ ਨੇ ਫਿਰ ਉਦੋਂ ਬਾਅਦ ਚ ਆਪਾਂ ਪੱਕੇ ਹੋਏ ਹਾਂ ਘਰ ਬਾਰ ਬਣਾਏ ਨੇ ਤੇ ਉਹ ਫਿਰ ਜੋ ਸੰਘਰਸ਼ ਹੈ ਉਹ ਗੀਤ ਦੇ ਵਿੱਚ ਮੈਂ ਦੱਸਿਆ ਹੋਇਆ ਕਿ ਖੂਨ ਸੀ ਉਦੋਂ ਗਰਮ ਸੋਲਾਂ ਸੋਲਾਂ ਘੰਟੇ ਕੰਮ ਸਿਰੀ ਉੱਤੋਂ ਫੀਸਾਂ ਆਪਾਂ ਲਾ ਲਈਆਂ ਇੰਡੀਆ ਦੇ ਗੇੜੇ ਮਾਰ ਸਾਲ ਵਿੱਚ ਦੋ ਦੋ ਵਾਰ ਉੱਥੇ ਦੀਆਂ ਦੇਸਣਾ ਫਸਾ ਲੀਆਂ ਫੋਨ ਉੱਤੇ ਗੱਲਾਂ ਮਾਰੋ ਦਿਲ ਜਾਂਦਾ ਲੱਗ ਗਿਆ ਕਿਆ ਬਾਤ ਸਾਂਭਦੇ ਨੇ ਉਹੀ ਜਿਨ੍ਹਾਂ ਨੂੰ ਚੱਜ ਹੈ ਕਿਆ ਬਾਤ ਜੀ ਫਿਰ ਆਪਾਂ ਉਸ ਤੋਂ ਬਾਅਦ ਵਿੱਚੋਂ ਜੀ ਮਤਲਬ ਕਈ ਆਪਣੇ ਟੈਕਸੀ ਵਾਲੇ ਵੀਰ ਉਹਨਾਂ ਨੇ ਆਪਣੇ ਵੱਲੋਂ ਮਿਹਨਤ ਕਰਕੇ ਘਰ ਬਣਾਏ ਨੇ ਕੰਮ ਸੈੱਟ ਕੀਤੇ ਨੇ ਵੱਡੇ ਵੱਡੇ ਬਿਜ਼ਨਸ ਲੋਡ ਕੀਤੇ ਨੇ ਫਿਰ ਉਹ ਜ਼ਿੰਦਗੀ ਦਾ ਇੱਕ ਅਲੱਗ ਪਹਿਲੂ ਆ ਜਾਂਦਾ ਜੀ ਟੈਕਸੀ ਤੋਂ ਟਰੱਕ ਚਾ ਗੱਡੀ ਆਪਣੀ ਲਈ ਪਾ ਬਾਬੇ ਕੋਲੇ ਮੱਥਾ ਟੇਕ ਆਈਦਾ ਸ਼ਾਮ ਨੂੰ ਮੂਡ ਬਣਾ ਲਵਲੀ ਜੇ ਦੋ ਦੋ ਲਾ ਵੀ ਕੈਂਡੀ ਉੱਤੇ ਖਾਰੂ ਪਾਈਦਾ ਆਉਣਾ ਨਹੀਂ ਉਹ ਮੁੜ ਕੇ ਸਮਾਂ ਜਿਹੜਾ ਅੱਜ ਹੈ ਸਾਂਭਦੇ ਨੇ ਉਹੀ ਜਿਨ੍ਹਾਂ ਨੂੰ ਚੱਜ ਹੈ ਕਿਆ ਬਾਤ ਹੈ ਜੀ ਕਿਆ ਬਾਤ ਸੋ ਜ਼ਿੰਦਗੀ ਦਾ ਉਹ ਸਫ਼ਰ ਗੀਤ ਦੇ ਰਾਹੀਂ ਮੈਂ ਉਹਨੂੰ ਬਿਆਨ ਕਰ ਦਿੱਤਾ ਹੈਗਾ ਤੇ ਇਸੇ ਤਰੀਕੇ ਦੇ ਨਾਲ ਜਦੋਂ ਉਹਦਾ ਇੱਕ ਜਿਹੜਾ ਸਾਰ ਵੀ ਹੈ ਕਿ ਉਹਦਾ ਸਾਰ ਵੀ ਮੈਂ ਗੀਤ ਦੇ ਅਖੀਰ ਦੇ ਵਿੱਚ ਕੱਢ ਦਿੱਤਾ ਕਿ ਮੁਲਕ ਬਗਾਨਾ ਵੀਰੇ ਸ਼ਾਤਿਰ ਜ਼ਮਾਨਾ ਵੀਰੇ ਦੇਸੀਆਂ 'ਚ ਏਕਾ ਰਹਿਣਾ ਚਾਹੀਦਾ ਇੱਕ ਪਰਿਵਾਰ ਹਾਂ ਆਪਾਂ ਮੌਕੇ 'ਤੇ ਤਿਆਰ ਹਾਂ ਆਪਾਂ ਇਕੱਠੇ ਹੋ ਕੇ ਪੇਚਾ ਲੈਣਾ ਚਾਹੀਦਾ
ਉਂਗਲਾਂ ਤਾਂ ਕੱਲੀਆਂ ਨੇ ਕਸੁੰਨ ਜਾਂਦਾ ਬਾਜਿਆ ਸਾਂਭਦੇ ਨੇ ਉਹੀ ਜਿਨ੍ਹਾਂ ਨੂੰ ਚੱਜਿਆ ਕਿਆ ਬਾਤ ਸੋ ਇਹ ਟੈਕਸੀ ਦੇ ਉੱਤੇ ਸੀ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਤੁਹਾਡੀ ਲਿਖਣੀ ਤੋਂ ਤੁਹਾਨੂੰ ਇਹ ਇਹ ਚੀਜ਼ ਜ਼ਰੂਰ ਕਲੀਅਰ ਹੋ ਕੇ ਆਉਂਦੀ ਆ ਮਨਦੀਪ ਜੀ ਸਾਨੂੰ ਸਾਰਿਆਂ ਨੂੰ ਕਿ ਕਿਤੇ ਨਾ ਕਿਤੇ ਤੁਸੀਂ ਜਿਹੜੀ ਇੰਡਸਟਰੀ ਨਾਲ ਜੁੜੇ ਜੇ ਅਤੇ ਬੜੇ ਸੋਹਣੇ ਅਤੇ ਸੁਜੱਜੇ ਢੰਗ ਦੇ ਨਾਲ ਤੁਸੀਂ ਉਹਦੀ ਸਿਫਤ ਵੀ ਕੀਤੀ ਆ ਅਤੇ ਨਾਲ ਨਾਲ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਨੂੰ ਵੀ ਇਹ ਚੀਜ਼ ਦੱਸੀ ਆ ਕਿ ਜੇ ਤੁਸੀਂ ਇਸੇ ਚੀਜ਼ ਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਂਦੇ ਹੋ ਅਤੇ ਇਹਦੇ ਵਿੱਚ ਇੱਕ ਚੀਜ਼ ਇਹਦੇ ਵਿੱਚ ਇੱਕ ਅੱਛਾ ਫਿਊਚਰ ਆ ਇੱਕ ਚੀਜ਼ ਦੀ ਤਾਂ ਮੈਂ ਦੱਸ ਦਿੰਦਾ ਕਿਉਂਕਿ ਅਕਸਰ ਹੀ ਇਹ ਗੱਲ ਸਾਡੇ ਜਿਹੜੇ ਮਿੱਤਰ ਪਿਆਰੇ ਕਈ ਐਸੀ ਗੱਲ ਕਹਿ ਦਿੰਦੇ ਉਹ ਯਾਰ ਟੈਕਸੀ ਚਲਾ ਚਲਾ ਕੇ ਨਾ ਦਿਮਾਗ ਚੱਲਣੋਂ ਬੰਦ ਹੋ ਗਿਆ ਉਹ ਹੋਇਆ ਇਹ ਆ ਕਿ ਹੁਣ ਜੇ ਮੈਂ ਤੁਹਾਡੀ ਐਗਜ਼ਾਮਪਲ ਲਾਉਂਦਾ ਅਤੇ ਟੈਕਸੀ ਚਲਾ ਕੇ ਤਾਂ ਮੇਰੇ ਖਿਆਲ ਨਾਲ ਤੁਹਾਡਾ ਜ਼ਿਆਦਾ ਦਿਮਾਗ ਚੱਲਦਾ ਉਹ ਮੇਰੇ ਨਾਲ ਤਾਂ ਲੋਟ ਹੀ ਬੜਾ ਜੀ ਤੁਹਾਡੀ ਟਿਊਨਿੰਗ ਹੀ ਬੜੀ ਅੱਛੀ ਹੋਈ ਆ ਹਾਂਜੀ ਥੋੜ੍ਹਾ ਹੁਣ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਪ੍ਰੋਗਰਾਮ ਨੂੰ ਤੁਸੀਂ ਸ਼ੋਅ ਕੀਤਾ ਸੀਗਾ ਪਿੱਛੇ ਜੇ ਹਾਂਜੀ ਹਾਂਜੀ ਜੀ ਉਹ ਸ਼ੋਅ ਬਾਰੇ ਥੋੜ੍ਹਾ ਜਿਹਾ ਮੈਨੂੰ ਚਾਨਣਾ ਦਿਓ ਕਿਉਂਕਿ ਮੈਨੂੰ ਇੰਨਾ ਕੁ ਸੁਣਨ 'ਚ ਆਇਆ ਸੀਗਾ ਕਿ ਉਹ ਸ਼ੋਅ ਤੁਸੀਂ ਆਪ ਸਾਰਾ ਔਰਗਨਾਈਜ਼ ਕੀਤਾ ਸਾਰਾ ਕੁਛ ਆਪ ਕੀਤਾ ਇਹ ਸ਼ੋਅ ਦਾ ਖਿਆਲ ਕਿੱਥੋਂ ਆਇਆ ਕਿੱਥੋਂ ਮਨਦੀਪ ਨੇ ਇਹ ਚੀਜ਼ ਸੋਚੀ ਕਿ ਨਹੀਂ ਹੁਣ ਮੈਂ ਇਹ ਚੀਜ਼ ਸ਼ੋਅ ਜਿਹੜਾ ਸ਼ੋਅ ਵਾਲਾ ਖੁਰਪਾ ਫੇਰ ਸਕਦਾ ਹਾਂਜੀ ਹਾਂਜੀ ਇਹ ਦਰਅਸਲ ਸਭ ਤੋਂ ਪਹਿਲਾਂ ਮੈਂ ਕੋਈ ਸਾਲ ਕੁ ਸਵਾ ਕੁ ਸਾਲ ਪਹਿਲਾਂ ਮੈਂ ਇੱਕ ਆਪਣੀ ਪੰਜਾਬੀ ਦੇ ਪ੍ਰਤੀ ਮੁਹੱਬਤ ਦਿਖਾਉਂਦੇ ਹੋਏ ਨੇ ਜੀ ਜੀ ਇੱਕ ਵੀਡੀਓ ਬਣਾ ਕੇ ਯੂਟਿਊਬ 'ਤੇ ਪਾਇਆ ਸੀ ਉਹਦਾ ਨਾਮ ਸੀ ਗ੍ਰੇਟ ਪੰਜਾਬੀ ਪੀਪਲ ਅੱਛਾ ਜੀ ਹਾਂਜੀ ਉਹ ਇੱਕ ਸਿਰਕੱਢ ਸ਼ਖਸੀਅਤਾਂ ਦੀ ਲਿਸਟ ਸੀ ਜੀ ਮੈਨੂੰ ਐਂ ਲੱਗਦਾ ਸੀ ਵੀ ਸਾਡੇ ਕੋਲ ਇੱਕ ਦੋ ਰੋਲ ਮਾਡਲਸ ਨੇ ਭਗਤ ਸਿੰਘ ਲੈ ਕੇ ਜਾਂ ਕੁਛ ਹੋਰ ਜੀ ਦੋ ਚਾਰ ਬੰਦੇ ਨੇ ਜੀ ਤਾਂ ਮੈਨੂੰ ਲੱਗਦਾ ਸੀ ਵੀ ਸਾਨੂੰ ਹਰ ਕਿੱਤੇ ਵਿੱਚ ਸਾਡੇ ਰੋਲ ਮਾਡਲਸ ਹੋਣੇ ਚਾਹੀਦੇ ਨੇ ਜੀ ਉਹ ਮੈਂ ਲਿਸਟ ਬਣਾ ਕੇ ਯੂਟਿਊਬ 'ਤੇ ਪਾਈ ਉਹਦਾ ਨਾਮ ਗ੍ਰੇਟ ਪੰਜਾਬੀ ਪੀਪਲ ਸੀ ਜੀ ਅਤੇ ਉਹਨੂੰ ਫੀਡਬੈਕ ਕਾਫੀ ਲੋਕਾਂ ਨੇ ਸਰਾਇਆ ਕਾਫੀ ਲੋਕਾਂ ਨੇ ਤਾਰੀਫ ਕੀਤੀ ਜੀ ਜੀ ਅਤੇ ਫਿਰ ਉਸ ਤੋਂ ਬਾਅਦ ਵਿੱਚ ਮੈਨੂੰ ਕਹਿੰਦੇ ਯਾਰ ਵੀ ਤਾਂ ਸਲਾਈਡ ਸ਼ੋਅ ਸੀ ਵੀਡੀਓ ਤਾਂ ਹੈ ਨਹੀਂ ਜੀ ਪਰ ਉਹ ਮੈਂ ਐਕਚੁਅਲੀ ਵੀਡੀਓ ਨੂੰ ਸੋਚ ਕੇ ਨਹੀਂ ਸੀ ਬਣਾਇਆ ਜੀ ਫਿਰ ਮੈਂ ਆਪਣੇ ਆਪ ਨੂੰ ਇੱਕ ਕਦਮ ਅੱਗੇ ਲੈ ਕੇ ਜਾਂਦੇ ਹੋਏ ਮੈਂ ਕਿਹਾ ਵੀ ਪੰਜਾਬੀ ਸਾਹਿਤ ਨੂੰ ਥੋੜ੍ਹੇ ਕ੍ਰੀਏਟਿਵ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਜਾਏ ਜੀ ਜੀ ਸੋ ਸ਼ਿਵ ਕੁਮਾਰ ਬਟਾਲਵੀ ਹੋਣਾ ਦਾ ਮੈਂ ਭਗਤਾਂ ਉਹਨਾਂ ਦੀ ਇੱਕ ਨਜ਼ਮ ਹੈ ਬੜੀ ਖੂਬਸੂਰਤ ਜੋਬਨ ਰੁੱਤੇ ਮਰਨਾ ਜੀ ਜੀ ਸ਼ਿਵ ਕੁਮਾਰ ਹੋਣਾ ਨੂੰ ਜਿੰਨਿਆਂ ਨੇ ਗਾਇਆ ਅੱਜ ਤੱਕ ਉਹਨਾਂ ਨੇ ਸਾਰਿਆਂ ਨੇ ਰੋਣ ਧੋਣ ਵਾਲੇ ਅੰਦਾਜ਼ 'ਚ ਗਾਇਆ ਜੀ ਜੀ ਜਾਂ ਇਹ ਕਹਿ ਲਈਏ ਵੀ ਬੜੇ ਗਜ਼ਲਗੋ ਬੜੇ ਮੌਸੀਕੀ ਵਾਲੇ ਅੰਦਾਜ਼ 'ਚ ਗਾਇਆ ਮੈਨੂੰ ਇੱਦਾਂ ਨਹੀਂ ਲੱਗਦਾ ਮੈਂ ਉਹਨਾਂ ਦੇ ਨਾਲ ਇਤਫਾਕ ਨਹੀਂ ਰੱਖਦਾ ਜੀ ਮੈਨੂੰ ਐਂ ਲੱਗਦਾ ਸ਼ਾਇਰੀ ਕੋਈ ਉਦਾਸ ਨਹੀਂ ਹੁੰਦੀ ਜੀ ਸ਼ਾਇਰੀ 'ਚ ਕੋਈ ਜੋਸ਼ ਸ਼ਾਇਰੀ ਸਿਰਫ ਖੂਬਸੂਰਤ ਹੁੰਦੀ ਹੈ ਜੀ ਤਾਂ ਮੈਨੂੰ ਉਹਨਾਂ ਦੀ ਸ਼ਾਇਰੀ ਬੜੀ ਖੂਬਸੂਰਤ ਲੱਗਦੀ ਸੀ ਜੀ ਤਾਂ ਆਪਾਂ ਨੇ ਉਹਨੂੰ ਸੈਲੀਬ੍ਰੇਟ ਕਰ ਲਿਆ ਜੀ ਜੀ ਢੋਲ ਤੂੰਬੀ ਦੇ ਉੱਤੇ ਅੱਛਾ ਕੇ ਮੈਂ ਫਲਿੰਟ ਸਟੇਸ਼ਨ ਲੈ ਗਿਆ ਜੀ ਚਿਮਟਾ ਜੀ ਤੇ ਰਾਤ ਨੂੰ ਨੱਚ ਕੇ ਆਪਾਂ ਵੀਡੀਓ ਬਣਾ ਲਿਆ ਜੀ ਜੀ ਤੇ ਇਸੇ ਤਰੀਕੇ ਨਾਲ ਫਿਰ ਬਾਅਦ ਦੇ ਵਿੱਚੋਂ ਪਾਸ਼ ਉਹਨਾਂ ਦੀ ਇੱਕ ਨਜ਼ਮ ਜੀ ਕਰਦੇ ਕਰਦੇ ਦੋ ਚਾਰ ਬਣਾ ਕੇ ਇੱਦਾਂ ਮੇਰੇ ਕੋਲ ਇਹ ਕੰਟੈਂਟ ਇੰਨਾ ਜ਼ਿਆਦਾ ਸੀ ਹਜੇ ਵੀ ਬਹੁਤ ਹੈਗਾ ਜੀ ਤੇ ਮੈਨੂੰ ਐਂ ਲੱਗਦਾ ਸੀ ਵੀ ਯਾਰ ਇੱਕ ਦੋ ਤਾਂ ਕਾਫੀ ਨਹੀਂ ਹੈਗੇ ਜੀ ਜੀ ਤੇ ਇਹਦਾ ਪੂਰਾ ਬਕਾਇਦਾ ਗੁਲਦਸਤਾ ਹੋਣਾ ਚਾਹੀਦਾ ਜੀ ਜੀ ਹੁਣ ਆਪਾਂ ਰਹਿੰਦੇ ਆਸਟ੍ਰੇਲੀਆ ਦੇ ਵਿੱਚ ਆ ਜੀ ਠੀਕ ਹੈ ਨਾ ਤੇ ਇੱਥੇ ਦੀ ਜੋ ਜ਼ਿੰਦਗੀ ਹੈ ਜੀ ਉਹਦੇ ਬਾਰੇ ਵੀ ਗੱਲਾਂ ਤੇ ਆ ਸਾਡੇ ਜਿਵੇਂ ਤੁਸੀਂ ਮਹਿਕਮੇ ਬਾਰੇ ਟੈਕਸੀ ਗੀਤ ਹੋ ਗਿਆ ਟੱਪੇ ਹੋ ਗਏ ਜੀ ਤੇ ਹੋਰ ਕੁਛ ਤੁਹਾਡਾ ਇਖਲਾਕ ਹੁੰਦਾ ਇੱਕ ਗੀਤ ਘਰ ਜੀ ਹੁਣ ਅਸੀਂ ਪਰਦੇਸੀਆਂ ਦਾ ਸਾਡਾ ਘਰ ਕਿੱਥੇ ਹੈ ਜੀ ਸੋ ਇੱਦਾਂ ਦੇ ਕਈ ਖਿਆਲਾਤ ਮੇਰੇ ਕੋਲ ਇਕੱਠੇ ਸੀ ਉਹਨਾਂ ਦੇ ਗੀਤ ਵੀ ਸੀ ਸੋ ਮੈਨੂੰ ਲੱਗਿਆ ਵੀ ਮੈਂ ਕਿਹਾ ਵੀ ਇਹਨੂੰ ਇੱਕ ਗੁਲਦਸਤੇ ਵਾਂਗੂ ਪੇਸ਼ ਕਰਨਾ ਚਾਹੀਦਾ ਜੀ ਉੱਥੋਂ ਫਿਰ ਇਹ ਆਈਡੀਆ ਉੱਭਰ ਕੇ ਆਇਆ ਜੀ ਸ਼ੋਅ ਦਾ ਜੀ ਜੀ ਜਿਸ ਦਾ ਨਾਮ ਰੱਖਿਆ ਇੱਕ ਪਰਦੇਸੀ ਪੰਜਾਬੀ ਇੱਕ ਪਰਦੇਸੀ ਪੰਜਾਬੀ ਕੀ ਬਾਤ ਇੱਕ ਸ਼ੋਅ ਜੋ ਕੰਪਲੀਟਲੀ ਡੈਡੀਕੇਟਡਲੀ ਪਰਦੇਸੀਆਂ ਲਈ ਹੈ ਜੀ 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 ਸਾਡੀ ਇੱਥੇ ਦੀ ਜ਼ਿੰਦਗੀ ਵਾਸਤੇ ਜੀ ਕੁਛ ਤਾਂ ਸਾਡੇ ਐਂਟਰਟੇਨਮੈਂਟ ਦੀਆਂ ਗੱਲਾਂ ਨੇ ਮਨੋਰੰਜਨ ਹੈ ਹੁਣ ਗੀਤ ਸੰਗੀਤ ਹੁੰਦਾ ਤਾਂ ਮਨੋਰੰਜਨ ਹੀ ਹੈ ਜੀ ਪਰ ਬਤੌਰ ਐਜ਼ ਐਨ ਆਰਟਿਸਟ ਜੋ ਤੁਹਾਡੀ ਇੱਕ ਪਰਸਨੈਲਿਟੀ ਹੈ ਜੀ ਮੈਨੂੰ ਐਂ ਲੱਗਦਾ ਕਿ ਵੀ ਆਰਟਿਸਟ ਨੇ ਆਪਣੇ ਸਾਹਿਤ ਵੱਲ ਵੀ ਕੰਟਰੀਬਿਊਸ਼ਨ ਕਰਨੀ ਹੁੰਦੀ ਹੈ ਕਰਨੀ ਚਾਹੀਦੀ ਉਹਨੂੰ ਜੀ ਤੇ ਉਹ ਪ੍ਰੋਫੈਸਰ ਮੋਹਨ ਸਿੰਘ ਹੋਣਾ ਦੇ ਉਹ ਇੱਕ ਕੰਟੈਂਪਰੇਰੀ ਸ਼ਾਇਰ ਨੇ ਪੰਜਾਬ ਦੇ ਜੀ ਜੀ ਉਹਨਾਂ ਦੀ ਇੱਕ ਕਵਿਤਾ ਬੜੀ ਖੂਬਸੂਰਤ ਹੈ ਜੀ ਜੀ ਇੱਕ ਬੂਟਾ ਅੰਬੀ ਦਾ ਜੀ ਜੀ ਹੈ ਜੀ ਹਾਂਜੀ ਉਹ ਮੈਨੂੰ ਬਹੁਤ ਪਸੰਦ ਸੀ ਕਾਲਜ ਦੇ ਸਮੇਂ ਤੋਂ ਤੇ ਮੈਂ ਉਸ ਕਵਿਤਾ ਨੂੰ ਸੈਕਸੋਫੋਨ ਦੇ ਨਾਲ ਪਰਫਾਰਮ ਕੀਤਾ ਸ਼ੋਅ ਦੇ ਵਿੱਚ ਜੀ ਉਹ ਸਾਡਾ ਪੰਜਾਬੀ ਲਿਟਰੇਚਰ ਜੀ ਤੇ ਉਸ ਤੋਂ ਇਲਾਵਾ ਸਾਡਾ ਇੰਟਲੈਕਟ ਵੀ ਹੁਣ ਮੈਨੂੰ ਇਹ ਬੜਾ ਦਿਲ ਦੇ ਵਿੱਚ ਸੀ ਕਿ ਯਾਰ ਮੇਰਾ ਘਰ ਖੋ ਗਿਆ ਜੀ ਬਿਨਾਂ ਪੀਤਿਓ ਰੱਬ ਜਾਣੇ ਕਿਉਂ ਸ਼ਰਾਬੀ ਹੋ ਗਿਆ ਕੋਈ ਲੱਭ ਕੇ ਲਿਆ ਦੋ ਮੇਰਾ ਘਰ ਖੋ ਗਿਆ ਕਿਆ ਬਾਤ ਤੇ ਉਹ ਗੀਤ ਘਰ ਲੱਭਣ ਬਾਰੇ ਸੀ ਆ ਪਰਦੇਸੀ ਕੌਮੀ ਸਾਥ ਨਿਭਾਏ ਬਹੁਤ ਨੇ ਜੀ ਆਪਣੀ ਪਛਾਣ ਲਈ ਗੁਰਦੁਆਰੇ ਬਣਾਏ ਬਹੁਤ ਨੇ ਜੀ ਪਰ ਖੰਡਾ ਇੱਕ ਸਟਾਈਲ ਮਾਰਦਾ ਟੈਟੂ ਹੋ ਗਿਆ ਕੋਈ ਲੱਭ ਕੇ ਲਿਆ ਦੋ ਮੇਰਾ ਸਿਦਕ ਖੋ ਗਿਆ ਕਿਆ ਬਾਤ ਕਿਆ ਬਾਤ ਦਾਦਾ ਤੇਰਾ ਚੱਲਿਆ ਲਾਹੌਰੋਂ ਆਇਆ ਮਾਲਵੇ ਜੀ ਤੂੰ ਆ ਗਿਆ ਆਸਟ੍ਰੇਲੀਆ ਸੋਚਦਾ ਡਾਲਰ ਕਮਾ ਲਵੇ ਜੀ ਕਿੱਥੋਂ ਚੱਲਿਆ ਕਿੱਥੇ ਆ ਕੇ ਕਿੱਥੇ ਦਾ ਹੋ ਗਿਆ ਕੋਈ ਲੱਭ ਕੇ ਲਿਆ ਦੋ ਮੇਰਾ ਦੇਸ਼ ਖੋ ਗਿਆ ਕਿਆ ਕੰਮ ਕਾਜੀ ਪਰਿਵਾਰ ਹੋਏ ਖਾਸ ਕੋਈ ਪੁੱਛ ਪ੍ਰਤੀਤ ਨਹੀਂ ਜੀ ਫੋਨ ਤੇ ਰਿਸ਼ਤੇ ਨਿਭ ਜਾਂਦੇ
ਕੋਈ ਲੱਭ ਕੇ ਲਿਆ ਦੋ, ਮੇਰਾ ਫੋਨ ਖੋ ਗਿਆ। ਨਹੀਂ ਬਹੁਤ, ਸੋ ਉਹ ਜਿੰਨੇ ਵੀ ਉਹ ਖਿਆਲਾਤ ਸੀ, ਚਾਹੇ ਉਹ ਤੁਹਾਡੇ ਇਖਲਾਕ ਦਾ ਹਿੱਸਾ ਨੇ ਜੀ, ਤੁਹਾਡੇ ਜਜ਼ਬਾਤ ਦਾ ਹਿੱਸਾ ਨੇ, ਜਿਵੇਂ ਗੀਤ ਮੈਂ ਆਪਣੇ ਬੇਬੇ ਜੀ ਹੋਣਾ ਬਾਰੇ ਲਿਖਿਆ, ਉਹ ਪੰਜਾਬੀ ਸਾਹਿਤ ਦਾ ਹਿੱਸਾ ਨੇ, ਉਹ ਕੋਈ ਰੋਮੈਂਸ ਹੈ, ਇੱਕ ਬਹੁਤ ਨਵੇਕਲੇ ਕੋਨਸੈਪਟ ਦੇ ਨਾਲ ਗੀਤ ਬਦਲਾ ਜੀ, ਤੇ ਉਹ ਉਹ ਪੰਜਾਬ ਦੇ ਇਤਿਹਾਸ ਨੂੰ ਜੀ, ਪੰਜਾਬ ਦੇ ਇਤਿਹਾਸ ਦੇ ਵਿੱਚ ਜਿੰਨੇ ਸਭ ਤੋਂ ਵੱਡੇ ਮੰਦਭਾਗੇ ਸਾਡੇ ਨਾਲ ਹਾਦਸੇ ਹੋਏ, 1919 ਦਾ ਜਲ੍ਹਿਆਂਵਾਲਾ ਬਾਗ, 1947 ਦੀ ਵੰਡ, 1984 ਦਾ ਕਤਲੇਆਮ ਜੀ, ਇਹ ਬਿਲਕੁਲ ਇਹ ਵਾਲਾ ਗੀਤ ਜ਼ਰੂਰ ਇੱਥੇ ਸਾਡੇ ਸਰੋਤੇ ਵੀ ਸੁਣਨਾ ਚਾਹੁੰਗੇ, ਅਤੇ ਮੇਰੇ ਵੀ ਆਪ, ਕਿਉਂਕਿ ਮੈਂ ਯੂਟਿਊਬ ਦੇ ਉੱਤੇ ਵੀ ਸੁਣਿਆ, ਉਸ ਦਿਨ ਵੀ ਆਪਣੀ ਗੱਲਬਾਤ ਚੱਲ ਰਹੀ ਸੀ, ਅਤੇ ਗੀਤ ਨੂੰ ਬੜੇ ਢੰਗ ਆ ਤੁਹਾਡਾ, ਬੜਾ ਅੱਛਾ ਤਰੀਕਾ ਆ ਇਹ ਜਿਹੜਾ ਇਹਨੂੰ ਬਿਆਨ ਕਰਨ ਦਾ, ਪਰ ਮੇਰਾ ਇਹ ਗੀਤ ਤਾਂ ਮੈਂ ਤੁਹਾਡੇ ਕੋਲ ਸਾਰੇ ਸੁਣਿਆ। ਮਨਦੀਪ ਜੀ, ਇਹ ਮੇਰੇ ਕਹਿਣ ਦਾ ਮਤਲਬ ਸੀਗਾ, ਉਹ ਜਿਹੜਾ ਸ਼ੋਅ ਜਦੋਂ ਤੁਸੀਂ ਲੈ ਕੇ ਆਏ, ਕਿੰਨੀਆਂ ਕੁ ਤੁਹਾਨੂੰ ਔਕੜਾਂ ਆਈਆਂ ਸ਼ੋਅ ਕਰਨ ਦੇ ਵਿੱਚ? ਪਹਿਲੀ ਵਾਰ ਕੀ ਮੇਨ ਔਕੜਾਂ ਸੀਗੀਆਂ? ਹਾਂਜੀ, ਪਹਿਲੀ ਵਾਰ ਤਾਂ ਕਾਫੀ ਜ਼ਿਆਦਾ ਤੁਹਾਨੂੰ ਮੁਸ਼ਕਿਲ ਲੱਗਦਾ ਜੀ, ਕਿਉਂਕਿ ਮੈਂ ਕਦੇ ਕੀਤਾ ਨਹੀਂ ਜੀ, ਅਤੇ ਮੈਂ ਕਦੇ ਉਹਨਾਂ ਲੋਕਾਂ ਦੇ ਨਾਲ ਇਨਵੋਲਵ ਵੀ ਨਹੀਂ ਹੋਇਆ ਜੀ ਜਿਹੜੇ ਕਰਾਉਂਦੇ ਨੇ ਜੀ ਜੀ, ਜਿਵੇਂ ਕਈ ਵਾਰੀ ਤੁਹਾਡੇ ਔਰਗਨਾਈਜ਼ਰ ਜਾਂ ਪ੍ਰਮੋਟਰਸ ਹੁੰਦੇ ਨੇ ਜੀ ਜੀ, ਹੋਰ ਆਪਣੇ ਕਈ ਮਿੱਤਰ ਪਿਆਰੀ ਹੁੰਦੇ ਨੇ ਜੀ ਜੀ, ਪਰ ਮੈਂ ਕਦੇ ਉਹਨਾਂ ਦੇ ਨਾਲ ਐਕਟਿਵਲੀ ਇਨਵੋਲਵ ਨਹੀਂ ਹੋਇਆ ਜੀ, ਸੋ ਤੋਂ ਪਹਿਲੀ ਗੱਲ ਤਾਂ ਮੈਨੂੰ ਰੂਪ ਰੇਖਾ ਦਾ ਨਹੀਂ ਸੀ ਪਤਾ ਜੀ ਵੀ ਇਹ ਕਰਨਾ ਕਿਵੇਂ ਆ ਅਤੇ ਕਿੱਥੇ ਆਪਾਂ ਕਰਨਾ। ਹਾਂਜੀ ਹਾਂਜੀ, ਦੂਸਰੀ ਗੱਲ ਮੇਰੇ ਦਿਮਾਗ ਦੇ ਵਿੱਚ ਜੋ ਕੌਨਸੈਪਟ ਸੀ ਜੀ, ਉਹ ਬਹੁਤ ਨਵੇਕਲਾ ਅਤੇ ਵੱਖਰਾ ਸੀ। ਬਿਲਕੁਲ, ਮੈਂ ਇਹ ਚਾਹੁੰਦਾ ਸੀਗਾ, ਕਿਉਂਕਿ ਜ਼ਿਆਦਾਤਰ ਜਿਹੜੇ ਸਾਡੇ ਪੰਜਾਬੀ ਮੇਲੇ ਹੁੰਦੇ ਨੇ ਜੀ, ਉਹ ਜ਼ਿਆਦਾ ਕਮਿਊਨਿਟੀ ਹਾਲਸ 'ਚ ਹੋਣਗੇ ਜੀ, ਗਰਾਊਂਡਸ 'ਚ ਹੋ ਜਾਣਗੇ ਜੀ, ਠੀਕ ਹੈ ਨਾ ਜੀ, ਟਾਊਨ ਹਾਲਸ 'ਚ ਹੋ ਜਾਣਗੇ ਜੀ। ਮੈਂ ਚਾਹੁੰਦਾ ਸੀ ਵੀ ਪੰਜਾਬੀਅਤ ਨੂੰ ਆਸਟ੍ਰੇਲੀਅਨ ਵੇ ਆਫ ਲਾਈਫ ਦਾ ਹਿੱਸਾ ਬਣਾਇਆ ਜਾਏ ਜੀ। ਹੁਣ ਗੋਰਿਆਂ ਦਾ ਜਿਹੜਾ ਵੇ ਆਫ ਲਾਈਫ ਹੈ, ਉਹ ਆਪਣਾ ਨੋਰਮਲ ਪੱਬ ਕਲੱਬਾਂ 'ਚ ਜਾਂਦੇ ਨੇ ਜੀ, ਠੀਕ ਹੈ ਨਾ ਜੀ, ਸਾਡਾ ਉਹ ਕਲਚਰਲ ਉਹਨਾਂ ਹਿੱਸਾ ਨਹੀਂ ਹੈਗਾ ਜੀ। ਪਰ ਮੈਨੂੰ ਇਹ ਸੀਗਾ ਵੀ ਇਹਨੂੰ ਕਿਸੇ ਤਰੀਕੇ ਦੇ ਨਾਲ ਫਿਊਜ਼ ਕੀਤਾ ਜਾਏ ਜੋ ਇੱਥੇ ਦੀ ਨੋਰਮਲ ਜ਼ਿੰਦਗੀ ਹੈ, ਕੱਲ੍ਹ ਨੂੰ ਸਾਡੇ ਬੱਚੇ ਨੇ ਜਾਂ ਜਿਸ ਵੀ ਤਰੀਕੇ ਨਾਲ ਵੀ ਪੰਜਾਬੀ ਦਾ ਇੱਕ ਇੰਜੈਕਸ਼ਨ ਉੱਧਰ ਨੂੰ ਲਾ ਦਿੱਤਾ ਜਾਏ ਜੀ, ਅਤੇ ਉਹ ਮੇਰੇ ਸਾਜ਼ ਦੇ ਨਾਲ ਫਿੱਟ ਵੀ ਪੈਂਦਾ ਸੀਗਾ ਜੀ। ਸੋ ਮੈਂ ਉਹਨੂੰ ਇੱਕ ਜੈਜ਼ ਬਾਰ ਦੇ ਵਿੱਚ ਔਰਗਨਾਈਜ਼ ਕਰਨਾ ਚਾਹੁੰਦਾ ਸੀ ਜੀ ਜੀ ਜੀ, ਅਤੇ ਕੁਛ ਕੁ ਸੱਜਣਾਂ ਦੇ ਨਾਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜੀ ਜੀ, ਉਹ ਕਹਿੰਦੇ ਯਾਰ ਭਰਾ ਸਾਨੂੰ ਤਾਂ ਇਸ ਮਾਮਲੇ ਦੀ ਕੋਈ ਨੌਲੇਜ ਨਹੀਂ। ਬਿਲਕੁਲ, ਕਾਫੀ ਜਦੋਂ ਤੁਸੀਂ ਸਟੂਡੈਂਟ ਲਾਈਫ 'ਚ ਹੁੰਦੇ ਹੋ, ਬਹੁਤ ਘੱਟ ਤੁਸੀਂ ਬਾਰ ਜਾਂ ਇੱਦਾਂ ਦੀਆਂ ਥਾਵਾਂ ਦੇ ਉੱਤੇ ਜਾਂਦੇ ਹੋ, ਅਤੇ ਜੈਜ਼ ਮਿਊਜ਼ਿਕ ਕਿਤੇ ਨਾ ਕਿਤੇ ਆਪਾਂ ਮਤਲਬ ਪਸੰਦ ਤਾਂ ਕਰਦੇ ਹਾਂ, ਪਰ ਉਹ ਗੱਲ ਇਹ ਆ ਜਾਂਦੀ ਨਾ ਕਿ ਰੋਟੀ ਰੋਟੀ ਹੁੰਦੀ ਹੈ, ਅਤੇ ਭੰਗੜੇ ਵਾਲਾ ਗੀਤ ਭੰਗੜੇ ਵਾਲਾ ਹੁੰਦਾ ਵਾ, ਗੱਲ ਉਹੀ ਮੁੱਕਦੀ ਹੈ ਵੀ ਗੱਲ ਸਾਡੀ ਫਿਰ ਗਰਾਰੀ ਜਿਹੜੀ ਭੰਗੜੇ 'ਤੇ ਆ ਕੇ ਅੜਦੀ ਹੈ। ਹਾਂਜੀ ਹਾਂਜੀ, ਅਤੇ ਇਹ ਇੱਕ ਵੱਖਰਾ ਤੁਹਾਡਾ ਬਹੁਤ ਵੱਖਰਾ ਕੋਨਸੈਪਟ ਸੀਗਾ, ਲਾਈਵ ਪਰਫਾਰਮੈਂਸ ਦੇਣੀ, ਫਿਰ ਇਹਦਾ ਮਿਊਜ਼ਿਕ ਵੀ ਤੁਸੀਂ ਆਪ ਕੰਪੋਜ਼ ਕੀਤਾ? ਹਾਂਜੀ ਹਾਂਜੀ, ਸਾਰਾ ਕੁਛ ਮੈਂ ਆਪ ਕੀਤਾ। ਹਾਂ, ਕਿਉਂਕਿ ਮੈਂ ਬੁਨਿਆਦ ਤੋਂ ਲੈ ਕੇ ਆਖਿਰ ਤੱਕ ਸਾਰਾ ਕੁਛ ਇਕੱਲਿਆਂ ਨੇ ਕੀਤਾ ਜੀ। ਹਾਂਜੀ ਜੀ, ਯਾਰਾਂ ਮਿੱਤਰਾਂ ਦਾ ਵੀ ਸਾਥ ਸੀ ਦੋਸਤਾਂ, ਕਿਸੇ ਦਾ ਸਾਥ ਨਹੀਂ ਸੀ? ਅੱਛਾ ਜੀ, ਮੈਂ ਇਕੱਲੇ ਨੇ ਕੀਤਾ। ਕਿਆ ਬਾਤ ਹੈ ਜੀ, ਮੈਂ ਤਾਂ ਕਿਆ ਕਹੋਗੇ ਵੀ ਨਹੀਂ, ਦੋਸਤਾਂ ਦਾ ਬੜਾ ਵਧੀਆ ਸਾਥ। ਨਹੀਂ, ਮੇਰੀ ਕੋਈ ਈਗੋ ਜਾਂ ਹਉਮੈ ਨਹੀਂ ਹੈਗੀ ਜੀ ਜੀ ਜੀ, ਪਰ ਕਿਉਂਕਿ ਜੋ ਕੌਨਸੈਪਟ ਸੀਗਾ ਜੀ, ਉਹ ਕਿਸੇ ਬਾਰੇ ਉਹਨੂੰ ਪਤਾ ਨਹੀਂ ਸੀਗਾ, ਕੋਈ ਸਾਡੇ ਇੱਥੇ ਸ਼ੋਜ਼ ਹੁੰਦੇ ਨਹੀਂ ਬਾਰਸ ਦੇ ਕਲੱਬ ਦੇ ਵਿੱਚ ਜੀ, ਉਹ ਨਾਈਟ ਕਲੱਬਿੰਗ ਕਰ ਦਿੰਦੇ ਨੇ ਪਰ ਲਾਈਵ ਪਰਫਾਰਮੈਂਸ ਨਹੀਂ ਹੁੰਦੀ ਜੀ, ਉਹ ਪਿੱਛੋਂ ਮਿਊਜ਼ਿਕ ਲਾ ਦਿੰਦੇ ਨੇ ਜੀ, ਪਰ ਉਹ ਲਾਈਵ ਆਪ ਨਹੀਂ ਗਾਉਂਦੇ ਜੀ। ਸੋ ਇੱਕ ਚੀਜ਼ ਹੋ ਰਿਹਾ ਮਨਦੀਪ ਜੀ, ਕਿਉਂਕਿ ਹੁਣ ਜਿਵੇਂ ਤੁਸੀਂ ਜੈਜ਼ ਬਾਰ ਦੇ ਵਿੱਚ ਪਰਫਾਰਮ ਕੀਤਾ, ਜਿੰਨਾ ਆਪਾਂ ਸੁਣਿਆ ਸਾਰਾ ਤੁਸੀਂ ਪੰਜਾਬੀ ਗਾਇਆ, ਇੱਕ ਠੀਕ ਸੈਕਸੋਫੋਨ ਇੱਕ ਜ਼ਰੂਰ ਤੁਹਾਡੇ ਕੋਲ ਇੰਸਟਰੂਮੈਂਟ ਆ ਜਿਹਦੇ ਬਾਰੇ ਗੋਰੇ ਜਾਣਦੇ ਆ, ਨਾ ਤਾਂ ਤੁਹਾਡੀ ਬੋਲੀ ਸੀ ਅਤੇ ਨਾ ਉਹਨਾਂ ਨੂੰ, ਅਤੇ ਉੱਥੇ ਤੁਹਾਨੂੰ ਉਹ ਜਿਹੜੇ ਉੱਥੇ ਮਿਊਜ਼ਿਕ ਨੂੰ ਕੰਟਰੋਲ ਕਰਨ ਵਾਲੇ ਸੀ, ਉਹਨਾਂ ਦੇ ਨਾਲ ਵੀ ਕਾਫੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੋਊਗਾ ਜੀ। ਹਾਂਜੀ, ਉਹ ਮੈਨੂੰ ਫਿਰ ਕਿਉਂਕਿ ਮੈਂ ਕਈ ਵਾਰੀ ਜੈਜ਼ ਬਾਰ ਜਾ ਕੇ ਵਜਾਉਂਦਾ ਰਹਿੰਦਾ ਸੀਗਾ ਜੀ ਜੀ, ਇੱਕ ਦੋ ਜਗ੍ਹਾ ਦੇ ਉੱਤੇ ਜੀ, ਅਤੇ ਉਹ ਮੈਨੂੰ ਉੱਥੋਂ ਇਹ ਆਈਡੀਆ ਹੋ ਗਿਆ ਸੀਗਾ ਕਿ ਵੀ ਇੱਕ ਦੋ ਬਕਾਇਦਾ ਤੁਹਾਡੇ ਕੋਲ ਸਾਊਂਡ ਪ੍ਰੋਫੈਸ਼ਨਲ ਉਹਨੂੰ ਡੀਲ ਕਰਨ ਵਾਲਾ ਟੈਕਨੀਕਲ ਤੁਹਾਨੂੰ ਇੱਕ ਬੰਦਾ ਚਾਹੀਦਾ ਜੀ ਜੀ। ਸੋ ਫਿਰ ਮੈਂ ਉਸ ਤੋਂ ਬਾਅਦ ਵਿੱਚ ਉਹ ਲੱਭ ਕੇ ਉਹਨਾਂ ਨੂੰ ਹਾਇਰ ਕੀਤਾ ਜੀ, ਸਾਊਂਡ ਵਾਸਤੇ ਅਲੱਗ ਜੀ, ਵੀਡੀਓ ਵਾਸਤੇ ਅਲੱਗ ਜੀ, ਅਤੇ ਹੁਣ ਦੂਸਰੀ ਔਰ ਸਭ ਤੋਂ ਵੱਡੀ ਜਿਹੜੀ ਔਕੜ ਇਹ ਆਈ ਕਿ ਕੋਈ ਮਿਊਜ਼ੀਸ਼ੀਅਨਸ ਨਹੀਂ ਸੀ ਹੈਗੇ ਜੀ, ਵੀ ਜਿਵੇਂ ਢੋਲੀ ਚਾਹੀਦਾ, ਕੋਈ ਹੋਰ ਤੁਹਾਨੂੰ ਤਬਲਾ ਪਲੇਅਰ ਚਾਹੀਦਾ, ਕੋਈ ਤੁਹਾਨੂੰ ਗਿਟਾਰ ਵਜਾਉਣ ਵਾਲਾ ਚਾਹੀਦਾ ਜੀ। ਸੋ ਵੈਸੇ ਵੀ ਜਿਹੜੀਆਂ ਮੇਰੀਆਂ ਕੰਪੋਜੀਸ਼ਨਸ ਨੇ ਉਹ ਫੁੱਲ ਬਲੋਨ ਕੰਪੋਜੀਸ਼ਨਸ ਨੇ, ਜਿਵੇਂ ਕੋਈ ਕਿਸੇ ਫਿਲਮ ਦਾ ਹਿੱਸਾ ਹੋਊਗਾ, ਜਿਵੇਂ ਇੱਕ ਫੁੱਲ ਟਰੈਕ ਹੁੰਦਾ ਜੀ ਜੀ। ਸੋ ਉਹਦਾ ਹੱਲ ਇਹ ਕੀਤਾ ਕਿ ਆਪਣੇ ਇੱਥੇ ਮੈਲਬਨ 'ਚ ਇੱਕ ਥੋੜ੍ਹਾ ਜਿਹਾ ਕਲਚਰ ਵੀ ਆ ਕੈਰੀਓਕੇ ਸਟਾਈਲ ਸਿੰਗਿੰਗ ਜੀ ਜੀ, ਕੈਰੀਓਕੇ ਸਟਾਈਲ ਸਿੰਗਿੰਗ ਹੁੰਦੀ ਆ ਵੀ ਤੁਸੀਂ ਪਿੱਛੇ ਇੱਕ ਹਿੱਟ ਗੀਤ ਦਾ ਮਿਊਜ਼ਿਕ ਲਾ ਦਿੰਦੇ ਹੋ ਜੀ, ਅੱਗੇ ਤੁਹਾਡੇ ਸਾਹਮਣੇ LCD ਹੁੰਦਾ ਜੀ, ਤੁਸੀਂ ਉੱਥੋਂ ਪੜ੍ਹ ਪੜ੍ਹ ਕੇ ਗਾਈ ਜਾਂਦੇ ਹੋ, ਬੋਲੀ ਜਾਂਦੇ ਹੋ ਜੀ, ਠੀਕ ਹੈ ਜੀ, ਅਤੇ ਮੈਂ ਉਹ ਕੌਨਸੈਪਟ ਨੂੰ ਆਪਣੇ ਅਕੋਰਡਿੰਗਲੀ ਢਾਲ ਲਿਆ ਜੀ।
ਹੁਣ ਸੰਗੀਤ ਮੈਂ ਆਪਣਾ ਤਿਆਰ ਕਰ ਲਿਆ ਜੋ ਮੇਰਾ ਓਰਿਜਿਨਲ ਮਿਊਜ਼ਿਕ ਹੈ ਜੀ ਠੀਕ ਹੈ ਜੀ ਗੀਤ ਸਾਰੇ ਮੈਂ ਆਪ ਲਿਖੇ ਨੇ ਮੈਨੂੰ ਬਾਏ ਹਾਰਟ ਯਾਦ ਸੀ ਸੋ ਕਿਸੇ ਐਲਸੀਡੀ ਦੀ ਲੋੜ ਨਹੀਂ ਜੀ ਜੀ ਠੀਕ ਹੈ ਜੀ ਜੀ ਸੋ ਮੈਂ ਉਹਨੂੰ ਐਜ਼ ਅ ਬੈਕਿੰਗ ਟਰੈਕ ਯੂਜ਼ ਕਰ ਲਿਆ ਜੀ ਤੇ ਜਦੋਂ ਮੈਂ ਸੰਗੀਤ ਉਹਦਾ ਤਿਆਰ ਕੀਤਾ ਜੀ ਜਦੋਂ ਮੈਂ ਮਾਸਟਰਸ ਤਿਆਰ ਕੀਤੇ ਉਹਨਾਂ ਦੇ ਵਿੱਚ ਮੈਂ ਆਪਣੀ ਆਵਾਜ਼ ਦੀ ਔਰ ਸਾਜ਼ ਦੀ ਜਗ੍ਹਾ ਛੱਡਤੀ ਜੀ ਜੀ ਸੋ ਜੋ ਸੈਕਸੋਫੋਨ ਦੀ ਪਰਫਾਰਮੈਂਸ ਹੈ ਔਰ ਜੋ ਗਾਉਣ ਦੀ ਪਰਫਾਰਮੈਂਸ ਹੈ ਉਹ ਲਾਈਵ ਹੋ ਗਈ ਜੀ ਠੀਕ ਹੈ ਜੀ ਉਹ ਲਾਈਵ ਪਰਫਾਰਮੈਂਸ ਦਾ ਹਿੱਸਾ ਵੀ ਹੋ ਗਿਆ ਤੇ ਜਿਹੜੇ ਮਿਊਜ਼ੀਸ਼ੀਅਨਸ ਮੈਨੂੰ ਇੱਕ ਤਰੀਕੇ ਨਾਲ ਮੁਸ਼ਕਿਲ ਦਾ ਹਿੱਸਾ ਸੀ ਉਹ ਵੀ ਮੁਸ਼ਕਿਲ ਹੱਲ ਹੋ ਗਈ ਜੀ ਤੇ ਉਸ ਤੋਂ ਬਾਅਦ ਦੇ ਵਿੱਚੋਂ ਫਿਰ ਜਿਹੜਾ ਉਹਨੂੰ ਇੱਕ ਤਰੀਕੇ ਨਾਲ ਔਰਗਨਾਈਜ਼ ਕਰਕੇ ਜਾਂ ਫੇਸਬੁੱਕ ਦੇ ਉੱਤੇ ਈਵੈਂਟ ਕ੍ਰੀਏਟ ਕਰਕੇ ਤੁਸੀਂ ਦੋਸਤਾਂ ਮਿੱਤਰਾਂ ਨੂੰ ਜਿੰਨਾ ਕੁ ਆਪਣੇ ਵੱਲੋਂ ਕਹਿ ਸਕਦੇ ਹੋ ਦੱਸ ਸਕਦੇ ਹੋ ਜੀ ਵੀ ਤੁਸੀਂ ਸਾਰੇ ਜ਼ਰੂਰ ਆਇਓ ਮੈਂ ਵੈਨਿਊ ਵੀ ਛੋਟਾ ਰੱਖਿਆ ਸੀਗਾ ਸੋਚ ਕੇ ਵੀ ਕਿਹਨੇ ਮੈਨੂੰ ਸੁਣਨ ਆਉਣਾ ਹੈ ਨਾ ਵੀ ਲਾਈਕ ਮੈਂ ਤਾਂ ਕੋਈ ਖਾਸ ਮਸ਼ਹੂਰ ਵੀ ਨਹੀਂ ਤੇ ਕੋਈ ਜ਼ਿਆਦਾ ਮੇਰਾ ਸਰਕਲ ਵੀ ਨਹੀਂ ਕੋਈ ਯਾਰ ਮਿੱਤਰ ਕੋਈ ਆ ਜਾਣ ਉਹ ਬੜੀ ਵੱਡੀ ਗੱਲ ਹੋਊਗੀ ਪਰ ਖੁਸ਼ਕਿਸਮਤੀ ਇਹ ਕਿ ਉਹ ਜਿਹੜਾ ਵੈਨਿਊ ਸੀ ਉੱਥੇ ਜਗ੍ਹਾ ਸੀਗੀ ਕੋਈ 20-25 ਜਣਿਆਂ ਦੀ ਛੋਟਾ ਜਿਹਾ ਬਾਰ ਸੀਗਾ ਜੀ ਜੀ ਤੇ 47 ਬੰਦੇ ਜੀ ਟਰਨਡ ਅਪ ਦੈਟ ਈਵਨਿੰਗ ਕਿਆ ਬਾਤ ਤੇ ਜਿਹੜੀ ਸਭ ਤੋਂ ਵੱਡੀ ਮੈਨੂੰ ਅਚੀਵਮੈਂਟ ਲੱਗੀ ਸ਼ੋਅ ਦੇ ਦੌਰਾਨ ਜੀ ਕੋਈ ਵੀ ਸੱਜਣ ਉੱਥੋਂ ਉੱਠ ਕੇ ਨਹੀਂ ਗਿਆ ਕਿਸੇ ਵੀ ਸੱਜਣ ਨੇ ਕੋਈ ਪ੍ਰੋਬਲਮ ਨਹੀਂ ਕੀਤੀ ਜੀ ਤਾੜੀਆਂ ਚੀਅਰਸ ਕਮੈਂਟਸ ਹੂਟਿੰਗ ਉਹ ਲਗਾਤਾਰ ਮੇਰਾ ਹੌਸਲਾ ਵਧਾਉਂਦੀਆਂ ਰਹੀਆਂ ਜੀ ਇੱਕ ਮੇਰਾ ਫਰੈਂਡ ਆਇਆ ਉਹਦੇ ਨਾਲ ਉਹ ਆਪਣੀ ਬੀਵੀ ਦੇ ਨਾਲ ਕਿਤੇ ਖਾਣਾ ਖੁਣਾ ਖਾਣ ਜਾ ਰਹੇ ਸੀ ਸ਼ਾਮ ਨੂੰ ਤੇ ਉਹਦੇ ਨਾਲ ਉਹਦਾ ਕੋਈ ਹੋਰ ਮਿੱਤਰ ਹੋਣਾ ਕਪਲਸ ਦੋਨੋਂ ਚੱਲੇ ਹਨਾ ਮੀਆਂ ਬੀਵੀ ਤੇ ਫੈਮਿਲੀ ਆਊਟਿੰਗ ਤੇ ਉਹ ਕਹਿੰਦਾ ਯਾਰ ਮੇਰਾ ਇੱਕ ਦੋਸਤ ਹੈਗਾ ਆਪਾਂ ਇਹਨੂੰ 2 ਮਿੰਟ ਸੁਣਦੇ ਜਾਈਏ ਕਿ ਉਹ ਗੁੱਸਾ ਨਾ ਕਰ ਜੇ ਜੀ ਜੀ ਵੀ ਆਏ ਨਹੀਂ ਹਾਂਜੀ ਉੱਥੇ ਆਏ ਬੈਠੇ ਤੇ ਜਿਹੜਾ ਉਹਦਾ ਦੋਸਤ ਨਾਲ ਆਇਆ ਸੀ ਮੈਂ ਉਹਨੂੰ ਜਾਣਦਾ ਨਹੀਂ ਸੀ ਉਹ ਇੰਨਾ ਜ਼ਿਆਦਾ ਉੱਥੇ ਮਤਲਬ ਪੰਪਡ ਅਪ ਹੋ ਗਿਆ ਸੁਣ ਕੇ ਗੀਤ ਵਗੈਰਾ ਉਹ ਸਟੇਜ ਤੇ ਆ ਗਿਆ ਜੀ ਮੈਨੂੰ ਲੱਗਿਆ ਮੈਂ ਕਹਿੰਦੀ ਪੀਤੀ ਪੂਤੀ ਹੋ ਗਈ ਨੇ ਕੰਮ ਖਰਾਬ ਕਰ ਦੇਣਾ ਹੁਣ ਜਿਵੇਂ ਸਾਡੀ ਕਈ ਵਾਰੀ ਹੋ ਜਾਂਦਾ ਉਹ ਸਟੇਜ ਤੇ ਆਇਆ ਤੇ ਉਹ ਕਹਿੰਦਾ ਵੀ ਮੈਂ ਤਾਂ ਜ਼ਿੰਦਗੀ ਦੇ ਵਿੱਚ ਇਹ ਪਰਫਾਰਮੈਂਸ ਇਦਾਂ ਦੇਖਿਆ ਨਹੀਂ ਉਹ ਕਹਿੰਦਾ ਮੈਂ ਸ਼ੈਂਪੇਨ ਆਰਡਰ ਕਰਦਾ ਸਾਰਿਆਂ ਵਾਸਤੇ ਕਿਆ ਬਾਤ ਉਹਨੇ ਉੱਥੇ ਸ਼ੈਂਪੇਨ ਮੈਂ ਤਾਂ ਹੈਰਾਨ ਹੀ ਹੋ ਗਿਆ ਵੀ ਇੰਨਾ ਜ਼ਿਆਦਾ ਜੀ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਾਰੇ ਕਹਿਣ ਲੱਗੇ ਵੀ ਦੁਬਾਰਾ ਬਦਲਾ ਮਤਲਬ ਬਹੁਤ ਜ਼ਿਆਦਾ ਸਟੈਂਡਿੰਗ ਓਵੇਸ਼ਨਸ ਜੀ ਤੇ ਇੱਕ ਹੋਰ ਜਿਹੜਾ ਅਚੀਵਮੈਂਟ ਦਾ ਜਿਹੜਾ ਮੈਂ ਮੀਲ ਪੱਥਰ ਮੰਨਦਾ ਅਗਲੇ ਦਿਨ ਸ਼ੋਅ ਤੋਂ ਬਾਅਦ 'ਚ ਮੈਂ ਸੌਂ ਕੇ ਉੱਠਿਆ ਤੇ ਮੈਂ ਈਮੇਲ ਦੇਖੀ ਮੈਨੇਜਰ ਦੀ ਆਈ ਹੋਈ ਜੀ ਜਿੱਥੇ ਜਿਹੜੀ ਜਗ੍ਹਾ ਦੇ ਉੱਤੇ ਉਹ ਕੀਤਾ ਸੀਗਾ ਪਹਿਲਾਂ ਥੋੜ੍ਹੀ ਨਾਂ ਨੁੱਕਰ ਕਰ ਰਿਹਾ ਸੀਗਾ ਉਹਨੂੰ ਪਤਾ ਨਹੀਂ ਸੀਗਾ ਇੰਡੀਅਨ ਕਮਿਊਨਿਟੀ ਦਾ ਵੀ ਪਤਾ ਨਹੀਂ ਕੀ ਕਰਨਗੇ ਕੀ ਨਹੀਂ ਕਰਨਗੇ ਕਿਤੇ ਤੋੜ ਭਾਨੀ ਨਾ ਕਰਨ ਜੀ 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 ਤੇ ਅਗਲੇ ਦਿਨ ਉਹਦੀ ਈਮੇਲ ਆਈ ਉਹ ਕਹਿੰਦਾ ਵੀ ਬਹੁਤ ਅੱਛਾ ਕਰਾਊਡ ਸੀ ਜੀ ਫੈਮਿਲੀ ਵਾਲਾ ਕਰਾਊਡ ਸੀ ਤੇਰੀ ਪਰਫਾਰਮੈਂਸ ਬਹੁਤ ਅੱਛੀ ਸੀ ਜੀ ਅਸੀਂ ਜਿਹੜਾ ਨੋਰਮਲ ਇੱਕ ਸ਼ਾਮ ਦੇ ਵਿੱਚ ਇੱਥੇ ਸੇਲ ਕਰਦੇ ਹਾਂ ਖਾਣ ਪੀਣ ਸਮਾਨ ਦੀ ਉਸ ਤੋਂ 3 ਗੁਣਾ ਜ਼ਿਆਦਾ ਹੋਈ ਹੈ ਕਿਆ ਬਾਤ ਤੇ ਵੀ ਵੁੱਡ ਲਾਈਕ ਟੂ ਹੈਵ ਅ ਰੈਗੂਲਰ ਪਰਫਾਰਮਰ ਫਰੋਮ ਯੂ ਜੀ ਤੁਸੀਂ ਚੂਜ਼ ਕਰੋ ਥਰਸਡੇ ਫਰਾਈਡੇ ਸੈਟਰਡੇ ਕਿਹੜਾ ਟਾਈਮ ਤੁਹਾਨੂੰ ਐਲੋਕੇਟ ਕਰੀਏ ਕਿਆ ਬਾਤ ਤੇ ਹੁਣ ਜਿਹੜੇ ਉੱਥੇ ਦੇ ਰੈਗੂਲਰ ਮੈਲਬਨ ਦੇ ਜੈਜ਼ ਵਜਾਉਣ ਵਾਲੇ ਗੋਰੇ ਨੇ ਜੀ ਉਹਨਾਂ ਦੇ ਮੁਕਾਬਲੇ ਉਹਨੇ ਮੈਨੂੰ ਟਾਈਮ ਸਲੋਟ ਆਫਰ ਕੀਤਾ ਮੇਰੀ ਚੋਇਸ ਦਾ ਕਿਆ ਬਾਤ ਤਾਂ ਮੇਰੇ ਲਈ ਤਾਂ ਉਹ ਮਤਲਬ ਐਂ ਸੀ ਵੀ ਮਤਲਬ ਇਹ ਟਰੋਫੀ ਮੈਨੂੰ ਕੋਈ ਮਿਲ ਗਈ ਹੋਵੇ ਨਹੀਂ ਤੇ ਮੈਂ ਈਮੇਲ ਮਤਲਬ ਮੈਂ ਦਿਖਾਈ ਮੈਂ ਕਿਹਾ ਵੀ ਆਹ ਦੇਖੋ ਹੈ ਤੇ ਜਿਹੜੇ ਸਾਰਿਆਂ ਨੇ ਦਿਖਾਈ ਜਿਹੜੇ ਕਹਿੰਦੇ ਨੇ ਉਹ ਯਾਰ ਖੁਰਪਿਆ ਕਿਤੇ ਕਿਰਪਾ ਫਿਰ ਇਹ ਨਹੀਂ ਉਹ ਗੱਲ ਬਣਨੀ ਇੱਥੋਂ ਨਹੀਂ ਉਹ ਕੁਛ ਨਿਕਲਣਾ ਸ਼ਾਬਾਸ਼ ਹੈ ਜੀ ਤੁਹਾਡੇ ਬਹੁਤ ਵਧੀਆ ਗੱਲ ਹੈ ਜਦੋਂ ਵੈਸੇ ਵੀ ਜਦੋਂ ਬੰਦਾ ਜਦੋਂ ਕੋਈ ਇੱਦਾਂ ਦਾ ਵਧੀਆ ਕੰਮ ਕਰ ਲੈਂਦਾ ਵਾ ਅਤੇ ਉਸ ਤੋਂ ਬਾਅਦ ਪਹਿਲਾਂ ਤਾਂ ਇਹ ਹੁੰਦਾ ਨਾ ਵੀ ਇਹ ਇੱਕ ਪਾਗਲਪਨ ਹੈ ਮੈਂ ਇਹਨੂੰ ਪਾਗਲਪਨ ਕਹੂੰਗਾ ਕਿ ਇੱਕ ਪਾਗਲਪਨ ਆ ਇੱਕ ਇਸ ਹੱਦ ਤੱਕ ਜਾਣਾ ਆਪਣੇ ਵੱਲੋਂ ਸਾਰੇ ਪੈਸੇ ਲਾਉਣੇ ਅਤੇ ਆਪਣੇ ਵੱਲੋਂ ਸਾਰਾ ਕੁਝ ਡਿਜ਼ਾਇਨ ਕਰਨਾ ਅਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਹੁੰਦਾ ਕਿ ਸ਼ਾਇਦ ਇਹ ਡੁੱਬੀ ਨਹੀਂ ਜਾਵੇ ਹਾਂਜੀ ਹਾਂਜੀ ਵੀ ਇਹ ਵੀ ਮਨ ਦੇ ਵਿੱਚ ਲੱਗਿਆ ਮੈਨੂੰ ਤੁਹਾਡੀ ਉਹ ਗੱਲ ਬੜੀ ਅੱਛੀ ਲੱਗੀ ਜਦੋਂ ਮੈਂ ਤੁਹਾਨੂੰ ਆਪਾਂ ਔਫ ਏਅਰ ਗੱਲ ਕਰ ਰਹੇ ਸੀ ਅਤੇ ਮੈਂ ਸਰੋਤਿਆਂ ਜ਼ਰੂਰ ਦੱਸਣਾ ਚਾਹੂੰਗਾ ਜੀ ਮੈਂ ਇਹਨਾਂ ਨੂੰ ਪੁੱਛਿਆ ਕਿ ਜੀ ਜਦੋਂ ਤੁਸੀਂ ਸ਼ੋਅ ਪਲੈਨ ਕੀਤਾ ਅਤੇ ਤੁਸੀਂ ਕੀ ਸੋਚ ਕੇ ਕੀਤਾ ਮਨਦੀਪ ਹੋਣਾ ਬੜਾ ਵਧੀਆ ਮੈਨੂੰ ਜਵਾਬ ਦਿੱਤਾ ਮੈਨੂੰ ਕਹਿੰਦੇ ਜੀ ਵੀ ਕੋਈ ਯੂਰਪ ਘੁੰਮਣ ਜਾਂਦਾ ਅਤੇ ਕੋਈ ਚਲੋ ਇੰਡੀਆ ਘੁੰਮਣ ਚੱਲ ਜਾਂਦਾ ਕੋਈ ਕਿਤੇ ਘੁੰਮਣ ਚੱਲ ਜਾਂਦਾ ਕਹਿੰਦੇ ਵੀ ਮੇਰਾ ਯੂਰਪ ਦਾ ਗੇੜਾ ਇਹੋ ਹੀ ਸੀਗਾ ਗੱਲ ਵੱਖਰੀ ਆ ਵੀ ਕਿ ਲੋਕ ਉੱਥੋਂ ਫੋਟੋਆਂ ਖਿੱਚ ਕੇ ਲਿਆਉਂਦੇ ਆ ਅਤੇ ਕਹਿੰਦੇ ਮੈਂ ਆਹ 7-8 ਵੀਡੀਓ ਬਣਾ ਲਿਆਇਆ ਵਾਂ ਅਤੇ ਮੇਰੀ ਇਹੋ ਕਮਾਈ ਆ ਅਤੇ ਜੇ ਕਹਿੰਦੇ ਵੀ ਨਾ ਚੰਗਾ ਜਾਂਦਾ ਤਾਂ ਵੀ ਤਾਂ ਕਹਿੰਦਾ ਵੀ ਲੋਕ ਜੇ ਯੂਰਪ ਦੇ ਦੌਰੇ 'ਤੇ ਜਾਣ ਜਾਂ ਘੁੰਮਣ ਜਾਣ ਹੋ ਸਕਦਾ ਕੋਈ ਉੱਥੇ ਸੱਟ ਪੇਟ ਲੱਗ ਜਾਵੇ ਤਾਂ ਵੀ ਤਾਂ ਮੁੜਦਾ ਹੀ ਆ ਕਹਿੰਦੇ ਮੈਂ ਮਨ ਪਹਿਲਾਂ ਬਣਾਈ ਬੈਠਾ ਏ ਸ਼ਾਬਾਸ਼ ਹੈ ਜੀ ਤੁਹਾਡੀ ਦਲੇਰੀ ਦੇ ਬਹੁਤ ਵਧੀਆ ਗੱਲ ਆ ਆਪਾਂ ਬ੍ਰੇਕ ਦਾ ਵੀ ਟਾਈਮ ਹੋ ਗਿਆ ਪਰ ਬ੍ਰੇਕ ਤੋਂ ਪਹਿਲਾਂ ਉਹ ਜਿਹੜਾ ਤੁਹਾਡਾ ਘਰ ਗਾਣਾ ਆ ਉਹ ਬਹੁਤ ਸੰਜੀਦਾ ਆ ਬਹੁਤ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਇੱਥੇ ਦੇ ਵੀ ਕਾਫੀ ਜਿਹੜੇ ਘਰ ਨੂੰ ਲੈ ਕੇ ਕਿਉਂਕਿ ਅਕਸਰ ਹੀ ਅਸੀਂ ਫੇਸ 'ਚੋਂ ਨਿਕਲਦੇ ਹਾਂ ਨਾ ਪਰਮਾਨੈਂਟ ਹੋ ਗਏ ਉਹ ਤੋਂ ਬਾਅਦ ਅਗਲਾ ਫੇਸ ਹੁੰਦਾ ਹੁਣ ਘਰ ਸੋ ਘਰ ਕੰਸੈਪਟ ਹੀ ਕੁਛ ਹੋਰ ਹੁੰਦਾ ਸਾਡੇ ਦਿਮਾਗਾਂ ਦੇ ਵਿੱਚ ਪਰ ਅਸਲੀਅਤ ਦੇ ਵਿੱਚ ਘਰ ਦੀ ਗੱਲਬਾਤ ਕੁਛ ਹੋਰ ਆ ਜਿਹੜੀ ਤੁਸੀਂ ਆਪਣੇ ਗੀਤ 'ਚ ਪੇਸ਼ ਕੀਤੀ ਆ ਬ੍ਰੇਕ ਤੋਂ ਪਹਿਲਾਂ ਤੁਸੀਂ ਉਹ ਘਰ ਗੀਤ ਜ਼ਰੂਰ ਸੁਣਾਓ ਜੀ ਅਤੇ ਫਿਰ ਮੈਂ ਲਊਂਗਾ ਇੱਕ ਬ੍ਰੇਕ ਹਾਂਜੀ ਪਲੀਜ਼
ਘਰ ਦਾ ਜੋ ਕਾਨਸੈਪਟ ਹੈ, ਘਰ ਦੀ ਜੋ ਪਰਿਭਾਸ਼ਾ ਹੈ, ਉਹ ਹਰ ਬੰਦੇ ਦੀ ਆਪਣੀ ਹੈ ਜੀ। ਕੋਈ ਬੰਦਾ ਘਰ ਖਰੀਦ ਕੇ ਉਹਨੂੰ ਘਰ ਲੱਗਦਾ, ਕੋਈ ਬੰਦੇ ਨੂੰ ਜਿਹੜਾ ਧਾਰਮਿਕ ਹੈ ਉਹਨੂੰ ਦਰਬਾਰ ਸਾਹਿਬ ਆਪਣਾ ਘਰ ਲੱਗਦਾ, ਕੋਈ ਬੰਦਾ ਬਹੁਤ ਅਟੈਚਡ ਆਪਣੀ ਰੂਟਸ ਦੇ ਨਾਲ ਉਹਨੂੰ ਪੰਜਾਬ ਆਪਣਾ ਪਿੰਡ ਘਰ ਲੱਗਦਾ, ਜਿਹੜੇ ਘਰ ਚ ਜੰਮਿਆ ਪਲਿਆ ਮਾਂ ਬਾਪ ਦੇ ਜੀ। ਤੋਂ ਇਸ ਕਰਕੇ ਅੱਜ ਕੱਲ ਕਈ ਟੈਕਸਾਂ ਵੀ ਲੋਕ ਨੇ ਉਹਨਾਂ ਨੂੰ ਡਿਜੀਟਲ ਆਪਣੇ ਤਰੀਕੇ ਨਾਲ ਘਰ ਲੱਗਦਾ ਜੀ। ਸੋ ਮੈਂ ਰਿਸਰਚ ਸੀ ਉਹ ਜੀ, ਤੇ ਉਹ ਰਿਸਰਚ ਦਾ ਗੀਤ ਬਣਾਇਆ ਹੋਇਆ, ਰਿਸਰਚ ਬੇਸਡ ਗੀਤ ਕੋਈ ਬਣਾਉਂਦਾ ਨਹੀਂ ਜੀ। ਤੋ ਉਹ ਇੱਕ ਆਪਣੇ ਆਪ ਦੇ ਚ ਇੱਕ ਨਵਾਂ ਜੌਨਰੇ ਹੈ ਜੀ, ਉਹਦੀਆਂ ਦੋ ਲਾਈਨਾਂ ਜੀ। ਬਿਨਾ ਪੀਤਿਓਂ ਰੱਬ ਜਾਣੀ ਕਿਉਂ ਸ਼ਰਾਬੀ ਹੋ ਗਿਆ, ਕੋਈ ਲੱਭ ਕੇ ਲਿਆ ਦੋ ਮੇਰਾ ਘਰ ਖੋ ਗਿਆ। ਆ ਪਰਦੇਸੀ ਕੌਮੀ ਸਾਥ ਨਿਭਾਏ ਬਹੁਤ ਨੇ, ਆਪਣੀ ਪਛਾਣ ਲਈ ਗੁਰਦੁਆਰੇ ਬਣਾਏ ਬਹੁਤ ਨੇ, ਪਰ ਖੰਡਾ ਇੱਕ ਸਟਾਈਲ ਮਾਰਦਾ ਟੈਟੂ ਹੋ ਗਿਆ, ਕੋਈ ਲੱਭ ਕੇ ਲਿਆ ਦੋ ਮੇਰਾ ਸਿਦਕ ਖੋ ਗਿਆ। ਸੋਚਿਆ ਸੀ ਮੈਂ ਡਾਲਰ ਜੋੜ ਕੇ ਘਰ ਇੱਕ ਬਣਾਊਂਗਾ, ਸਭ ਤੋਂ ਸੋਹਣੀ ਨਿਰੀ ਰਕਾਨ ਪੰਜਾਬੋਂ ਲਿਆਊਂਗਾ। ਐਨੀਆਂ ਲੜੀਆਂ ਮੱਖੀਆਂ ਸਾਰਾ ਸ਼ਹਿਦ ਚੋ ਗਿਆ, ਕੋਈ ਲੱਭ ਕੇ ਲਿਆ ਦੋ ਮੇਰਾ ਸੁਫਨਾ ਖੋ ਗਿਆ। ਕੰਮ ਕਾਜੀ ਪਰਿਵਾਰ ਹੋਏ ਖਾਸ ਕੋਈ ਪੁੱਛ ਪ੍ਰਤੀਤ ਨਹੀਂ, ਫੋਨ ਤੇ ਰਿਸ਼ਤੇ ਨਿਭ ਜਾਂਦੇ ਨਾਲ ਰਹਿਣ ਦੀ ਰੀਤ ਨਹੀਂ, ਹਰ ਰਿਸ਼ਤਾ ਇੱਕ ਨੰਬਰ ਦੀ ਥਾਂ ਮਹਿਫੂਜ਼ ਹੋ ਗਿਆ, ਕੋਈ ਲੱਭ ਕੇ ਲਿਆ ਦੋ ਮੇਰਾ ਫੋਨ ਖੋ ਗਿਆ। ਬਹੁਤ ਵਧੀਆ, ਨਹੀਂ ਨਹੀਂ ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਸੀਗਾ ਤੁਹਾਡਾ ਇਹ ਵੀ ਗੀਤ। ਘਰ ਘਰ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਫੋਨ ਤੱਕ ਲਿਆਂਦਾ ਅਤੇ ਕਿਸ ਤਰੀਕੇ ਦੇ ਨਾਲ ਤੁਸੀਂ ਵਾਕਈ ਇਹਨਾਂ ਰਿਸ਼ਤਿਆਂ ਨੂੰ ਵੀ ਬਿਆਨ ਕੀਤਾ। ਮਨਦੀਪ ਜੀ ਸੈਕਸੋਫੋਨ ਵੀ ਵਜਾਉਂਦੇ ਨੇ, ਮਨਦੀਪ ਜੀ ਗਾਣੇ ਵੀ ਲਿਖਦੇ ਨੇ, ਮਨਦੀਪ ਜੀ ਗਾਉਂਦੇ ਵੀ ਨੇ, ਮਨਦੀਪ ਜੀ ਇਹਨਾਂ ਦਾ ਮਿਊਜ਼ਿਕ ਵੀ ਕੰਪੋਜ਼ ਕਰਦੇ ਨੇ। ਲਗਭਗ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਇੱਕ ਗੀਤ ਨੂੰ ਲਿਖਣ ਤੋਂ ਲੈ ਕੇ ਅਖੀਰ ਪ੍ਰੋਡਕਟ ਬਣਾਉਣ ਤੱਕ, ਜਦ ਤੱਕ ਕਿ ਸਰੋਤੇ ਉਹਨੂੰ ਸੁਣਨ, ਅਖੀਰ ਤੱਕ ਅਖੀਰਲੀ ਮੰਜ਼ਿਲ ਤੱਕ ਲੈ ਕੇ ਜਾਣ ਲਈ, ਉਹ ਸਾਰੇ ਕੰਮ ਮਨਦੀਪ ਜੀ ਆਪ ਕਰਦੇ ਨੇ ਅਤੇ ਬਾਅਦ ਦੇ ਵਿੱਚ ਆਪ ਲਾਈਵ ਪਰਫੋਰਮ ਕਰਕੇ ਅਤੇ ਆਪਣੇ ਸਰੋਤਿਆਂ ਨੂੰ ਵੀ ਸੁਣਾਉਂਦੇ ਨੇ ਜੀ। ਅਤੇ ਯੂਟਿਊਬ ਦੇ ਉੱਤੇ ਇਹਨਾਂ ਦੇ ਜਿਹੜੇ ਵੀਡੀਓਜ਼ ਆ ਇਹ ਵੀ ਅਕਸਰ ਹੀ ਆਉਂਦੇ ਰਹਿੰਦੇ ਆ, ਅਪਲੋਡ ਕਰਦੇ ਰਹਿੰਦੇ ਆ। ਹਾਂਜੀ ਮਨਦੀਪ ਜੀ, ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬੜੀ ਮਿਹਰਬਾਨੀ ਮਨਦੀਪ ਜੀ, ਆਪਣੀ ਗੱਲਬਾਤ ਚੱਲ ਰਹੀ ਸੀ ਪਹਿਲਾਂ ਵੀ ਤੁਹਾਡੇ ਸ਼ੋਜ਼ ਨੂੰ ਲੈ ਕੇ, ਉਸ ਤੋਂ ਬਾਅਦ ਜੇ ਆਪਾਂ ਤੁਹਾਡੇ ਗੀਤਾਂ ਦੀ ਗੱਲਬਾਤ ਕਰਦੇ ਹਾਂ, ਇੱਕ ਤੁਹਾਡਾ ਗੀਤ ਸੀਗਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਬਦਲਾ। ਹਾਂਜੀ, ਉਹ ਉਹਨੂੰ ਵੀ ਕਾਫੀ ਸਰੋਤਿਆਂ ਨੇ ਸਰਾਇਆ, ਉਦਣ ਦੇਖਣ ਵਾਲੇ ਜਿਹੜੇ ਦਰਸ਼ਕ ਸੀ ਉਹਨਾਂ ਨੇ ਵੀ ਬਹੁਤ ਪਸੰਦ ਕੀਤਾ, ਉਹ ਅਗਰ ਤੁਸੀਂ ਗੀਤ ਸੁਣਾ ਦਿਓ ਪਲੀਜ਼। ਹਾਂਜੀ ਜ਼ਰੂਰ, ਸੁਣਾਉਣ ਤੋਂ ਪਹਿਲਾਂ ਮੈਂ ਇਹਦੀ ਥੋੜ੍ਹੀ ਜੀ ਜੀ ਕਹਾਣੀ ਇੰਟਰੋਡਕਸ਼ਨ। ਹਾਂਜੀ, ਕਿਉਂਕਿ ਤੁਹਾਡੇ ਹਰ ਗੀਤ ਦੀ ਇੱਕ ਚੀਜ਼ ਮੈਂ ਦੇਖੀ ਹੈ ਕਿ ਕਹਾਣੀ ਆ, ਇੰਟਰੋਡਕਸ਼ਨ ਹੈ ਜੀ। ਹਾਂਜੀ ਹਾਂਜੀ ਜੀ ਜੀ, ਮੈਂ ਉਹਨਾਂ ਦਿਨਾਂ ਦੇ ਵਿੱਚ ਪਾਸ਼ ਪੰਜਾਬੀ ਸ਼ਾਇਰ ਨੇ ਕਾਫੀ ਕ੍ਰਾਂਤੀਕਾਰੀ ਖਿਆਲਾਂ ਦੇ ਜੀ ਉਹਨਾਂ ਨੂੰ ਪੜ੍ਹ ਰਿਹਾ ਸੀਗਾ ਅਤੇ ਉਹਨਾਂ ਦੀ ਇੱਕ ਨਜ਼ਮ ਹੈ ਬੜੀ ਖੂਬਸੂਰਤ ਜੀ, ਘਾ ਜੀ ਜੀ, ਮੈਂ ਘਾ ਹਾਂ ਜੀ, ਮੈਂ ਫੇਰ ਉਗਾਊਂਗਾ ਜੀ, ਚਾਹੇ ਬੰਬ ਡੇਗ ਦਿਓ ਵਿਸ਼ਵ ਵਿਦਿਆਲਿਆ ਉੱਤੇ ਜੀ, ਮਲੀਆ ਮੇਟ ਕਰ ਦਿਓ ਸੈਕਟਰੀਏਟ ਦੀ ਇਮਾਰਤ ਜੀ, ਮੇਰਾ ਕੀ ਕਰੋਗੇ, ਕਿਆ ਬਾਤ ਹੈ, ਮੈਂ ਫੇਰ ਉਗਾਊਂਗਾ ਮੈਂ ਘਾ। ਠੀਕ, ਕਿਸੇ ਨਾ ਕਿਸੇ ਦਿਨ ਸੰਗਰੂਰ ਤੋਂ ਬਠਿੰਡੇ ਜਾਂਦੀ ਸਵਾਰੀ ਜੀ ਕੰਡਕਟਰ ਨੂੰ ਪੁੱਛ ਲਏਗੀ ਜੀ, ਉਹ ਜਿੱਥੇ ਘਾਹ ਦਾ ਜੰਗਲ ਆਉਂਦਾ ਮੈਨੂੰ ਉੱਥੇ ਲਾ ਦਿਓ, ਕਿਆ ਬਾਤ, ਮੈਂ ਘਾ ਹਾਂ, ਮੈਂ ਤੁਹਾਡੇ ਸਾਰੇ ਕੀਤੇ ਕਿਰਾਏ ਤੇ ਉਗਾਊਂਗਾ, ਕਿਆ ਬਾਤ। ਤਾਂ ਮੈਂ ਇੰਨਾ ਜ਼ਿਆਦਾ ਉਹਨਾਂ ਦੀ ਇਸ ਨਜ਼ਮ ਤੋਂ ਜੀ ਪ੍ਰਭਾਵਿਤ ਹੋਇਆ ਜੀ, ਮੈਂ ਕਿਹਾ ਵੀ ਯਾਰ ਕਮਾਲ ਹੈ ਸ਼ਾਇਰ ਦੀ ਸੋਚ, ਇੱਕ ਘਾਹ ਨੂੰ ਇੰਨਾ ਜ਼ਿਆਦਾ ਤਾਕਤਵਰ ਜੀ ਇੱਕ ਸ਼ਾਇਰ ਹੀ ਦਿਖਾ ਸਕਦਾ ਜੀ। ਸੋ ਹੁਣ ਮੈਨੂੰ ਮੁਹੱਬਤ ਬਹੁਤ ਸੀ ਪੰਜਾਬੀਅਤ ਦੇ ਨਾਲ ਜੀ, ਅਤੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਇਹ ਦੇਖਣ ਨੂੰ ਮਿਲਦਾ ਜੀ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਮੰਦਭਾਗੇ ਹਾਦਸੇ ਹੋਏ ਜੀ, ਜਿਨ੍ਹਾਂ ਦੇ ਨਾਲ ਸਾਨੂੰ ਸਾਡੇ ਇਤਿਹਾਸ ਦੇ ਵਿੱਚ ਇੱਕ ਜ਼ਖਮ ਵਾਂਗੂ ਨੇ ਜੀ ਜੀ, ਉਹਨਾਂ ਹਾਦਸਿਆਂ ਤੋਂ ਅਸੀਂ ਉੱਭਰੇ ਤਾਂ ਹੈਗੇ ਹੀ ਹਾਂ ਜੀ, ਅਤੇ ਉਹਨਾਂ ਦੇ ਜਵਾਬ ਵੀ ਦਿੱਤਾ ਜੀ ਜੀ, ਜਿਵੇਂ 1919 ਦਾ ਜ਼ਿਲ੍ਹਿਆਂ ਵਾਲਾ ਬਾਗ ਜੀ, ਅਤੇ ਉਹਦਾ ਜਵਾਬ ਊਧਮ ਸਿੰਘ ਹੋਣਾ ਨੇ ਦਿੱਤਾ ਜੀ, 1947 ਦੀ ਸਾਡੀ ਵੰਡ ਜੀ, ਅਤੇ ਉਸ ਤੋਂ ਬਾਅਦ 'ਚ ਪੰਜਾਬੀਆਂ ਦੀ ਪੀੜ੍ਹੀ ਦੇਖੋ ਦਿੱਲੀ ਦੇ ਵਿੱਚ, ਪ੍ਰਦੇਸ਼ ਦੇ ਵਿੱਚ ਕਿੰਨੇ ਲੋਕ ਆਏ ਸੈਟਲ ਹੋਏ, ਇੰਗਲੈਂਡ 'ਚ ਕਿੰਨੇ, ਹੈ ਨਾ, ਸੈਕਿੰਡ ਜਨਰੇਸ਼ਨ ਹੈ, ਥਰਡ ਜਨਰੇਸ਼ਨ ਹੈ ਜੀ, ਅਤੇ ਉਹ ਕੋਈ ਉਹ ਨਹੀਂ ਕਰ ਸਕੇ ਸਾਨੂੰ ਉਜਾੜ,
ਤੇ ਤੀਸਰਾ ਸਾਡਾ 84 ਦਾ ਜਦੋਂ ਹੋਇਆ ਕਤਲੇਆਮ ਜੀ, ਉਹਦੇ ਨਾਲ ਕੋਈ ਸਿੱਖ ਕੌਮ ਠੀਕ ਹੈ ਢਾਹ ਮਾੜੀ ਮੋਟੀ ਲੱਗਦੀ, ਪਰ ਉਹ ਹਜੇ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਜੀ ਜੀ। ਸੋ ਉਹ ਜਿੰਨੇ ਸਾਡੇ ਉਹਨਾਂ ਚੋਂ ਸਾਡਾ ਕਮਬੈਕ ਕੀਤਾ ਜੀ, ਉਹ ਇੱਕ ਕਮਬੈਕ ਨੂੰ ਮੈਂ ਉਸ ਨਜ਼ਮ ਤੋਂ ਮੁਤਾਸਿਰ ਹੋ ਕੇ ਆਪਦੀ ਸ਼ਾਇਰੀ ਦੇ ਵਿੱਚ ਜੀ ਉਹਦੀ ਕੰਪੋਜੀਸ਼ਨ ਕੀਤੀ ਜੀ, ਤੇ ਉਹਦੇ ਮੈਂ ਤੁਹਾਨੂੰ ਕੁਝ ਚੰਦ ਬੋਲ ਜੀ ਜੀ ਪਲੀਜ਼। ਕੁਝ ਅੱਖਰ ਪੰਜਾਬੀ ਦੇ ਇਕੱਠੇ ਹੋਏ, ਕੁਝ ਬੁੱਢੇ ਔਰਤਾਂ ਤੇ ਬੱਚੇ ਹੋਏ, ਦਿਲੋਂ ਜਜ਼ਬੇ ਆਜ਼ਾਦੀ ਲਈ ਮੱਚੇ ਹੋਏ, ਸਾਰੇ ਜ਼ਿਲ੍ਹਿਆਂ ਵਾਲੇ ਬਾਗ 'ਚ ਧੱਕੇ ਹੋਏ, 19 ਵਿੱਚ ਡਿਸ਼ਕਿਆਂ 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 ਹੋ ਡਿਸ਼ਕਿਆਂ, ਇੱਕ ਅੱਖਰ ਉੱਥੇ ਉਦੋਂ ਬੱਚਾ ਸੀ, ਹੋਇਆ ਗੱਭਰੂ ਜਵਾਨ ਸਿੰਘ ਸੱਚਾ ਸੀ, ਗਿਆ ਲੰਡਨ ਇਰਾਦਾ ਉਹਦਾ ਪੱਕਾ ਸੀ, ਸਾਡੀ ਲਿਪੀ ਗੁਰਮੁਖੀ ਦਾ ਉਹ ਯੱਕਾ ਸੀ, ਊਧਮ ਕਹਿੰਦਾ ਡਿਸ਼ਕਿਆਂ ਡਿਸ਼ਕਿਆਂ ਡਿਸ਼ਕਿਆਂ, ਪਾਪੀਆ ਡਿਸ਼ਕਿਆਂ 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 ਉਹ ਡਿਸ਼ਕਿਆਂ 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 ਉਹ ਡਿਸ਼ਕਿਆਂ। ਪੰਜ ਸਫਿਆਂ ਦੀ ਰੰਗਲੀ ਕਿਤਾਬ ਨੂੰ, ਸਾਡੀ ਬੋਲੀ ਸਾਡੇ ਵਿਰਸੇ ਸਾਡੇ ਰਿਵਾਜ਼ ਨੂੰ, ਲੱਖਾਂ ਘਰਾਂ ਉੱਤੇ ਡੋਲਿਆ ਤੇਜ਼ਾਬ ਨੂੰ, ਤਿੰਨ ਸਫੇ ਵਿੱਚੋਂ ਪਾੜਤੇ ਪੰਜਾਬ ਨੂੰ, 47 ਵਿੱਚ ਡਿਸ਼ਕਿਆਂ 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 ਹੋ ਡਿਸ਼ਕਿਆਂ। ਕੁਝ ਸਫੇ ਉੱਡ ਕੇ ਪਰਦੇਸ ਆਏ, ਨਵੀਂ ਪੀੜ੍ਹੀ ਨਵੀਂ ਸੋਚ ਨਵੇਂ ਅੱਖਰ ਪਾਏ, ਖੇਡਾਂ ਮੇਲੇ ਖਾੜੇ ਸਾਰੀ ਦੁਨੀਆ 'ਤੇ ਲਾਏ, ਅਸੀਂ ਸਫਾ ਸਫਾ ਜੋੜ ਕੇ ਪੰਜਾਬ ਬਣਾਏ, ਪਰਦੇਸੀਆਂ ਨੇ ਡਿਸ਼ਕਿਆਂ 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 ਉਹ ਸਦਕੇ ਡਿਸ਼ਕਿਆਂ 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 ਬਈ ਬੱਲੇ ਡਿਸ਼ਕਿਆਂ 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 ਉਹ ਡਿਸ਼ਕਿਆਂ। ਕਿੱਸਾ ਕਲਮ ਤੋਂ ਲੈ ਕੇ ਕਿਰਪਾਨ ਦਾ, ਸਾਡੇ ਦੇਸ਼ ਲਈ ਕੀਤੇ ਯੋਗਦਾਨ ਦਾ, ਬੇਅਦਬੀ ਤੇ ਧੱਕਾ ਹੁਕਮਰਾਨ ਦਾ, ਡੋਲ ਕੇਸਰੀ ਸਿਆਹੀ ਨੂੰ ਮੁਕਾਣ ਦਾ, 84 ਵਿੱਚ ਡਿਸ਼ਕਿਆਂ 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 ਹੋ ਡਿਸ਼ਕਿਆਂ। ਕਿੱਥੋਂ ਮੁੱਕਣਾ ਸੀ ਕੇਸਰੀ ਸਿਆਹੀ ਨੇ, ਸਾਡੇ ਸਾਰਿਆਂ 'ਚ ਸੰਤ ਸਿਪਾਹੀ ਨੇ, ਉਹਦੀ ਅਣਖ ਤੇ ਉਹਦੀ ਵਡਿਆਈ ਨੇ, ਸਾਡੇ ਖੂਨ ਵਿੱਚ ਖੰਡੇ ਦੀ ਲਿਖਾਈ ਨੇ, ਸਿੰਘਾਂ ਨੇ ਡਿਸ਼ਕਿਆਂ 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 ਜੱਗ ਜਾਣਦਾ ਡਿਸ਼ਕਿਆਂ 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 ਛੱਡੀ ਰਾਣੀ ਡਿਸ਼ਕਿਆਂ 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 ਉਹ ਡਿਸ਼ਕਿਆਂ। ਸਾਨੂੰ ਵੰਡ ਲਓ ਚਾਹੇ ਸਾਨੂੰ ਉਜਾੜ ਲਓ, ਚਾਹੇ ਨਸ਼ੇ ਦਾ ਆਦੀ ਕਰ ਵਿਗਾੜ ਲਓ, ਚਾਹੇ ਸਾਹਿਤ ਤੇ ਲਿਖ ਤਾਂ ਵਿਸਾੜ ਲਓ,
ਜੋ ਉਖਾੜ ਸਕਦੇ ਹੋ ਤੁਸੀਂ ਉਖਾੜ ਲੋ ਬਾਈ ਜਾਏ ਡਿਸ਼ਕੀਆਂ 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 ਓ ਡਿਸ਼ਕੀਆਂ ਬੋਲੀ ਵਿਰਸਾ ਅਲੱਗ ਹੋ ਕੇ ਵੀ ਛੁੱਟਦੇ ਨਹੀਂ ਕੰਮ ਸਮੇਂ ਨਾਲ ਹੋਣੇ ਨੇ ਉਹ ਰੁਕਦੇ ਨਹੀਂ ਐਡੀ ਛੇਤੀ ਵੀ ਪੰਜਾਬੀ ਸ਼ਾਇਰ ਮੁੱਕਦੇ ਨਹੀਂ ਬੰਦੇ ਅੱਜ ਵੀ ਹੈਗੇ ਨੇ ਜਿਹੜੇ ਝੁੱਕਦੇ ਨਹੀਂ ਪੰਜਾਬੀਆਂ ਨੇ ਡਿਸ਼ਕੀਆਂ 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 ਉਹ ਭੰਗੜੇ 'ਚ ਡਿਸ਼ਕੀਆਂ 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 ਬਾਈ ਮਿਊਜ਼ਿਕ 'ਚ ਡਿਸ਼ਕੀਆਂ 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 ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਇਹ ਮਨਦੀਪ ਜੀ ਵਾਕਈ ਭਾਵੇਂ ਕਿਸੇ ਨੂੰ ਇਹ ਡਿਸ਼ਕਿਆਂ ਵਾਲੀ ਗੱਲ 'ਤੇ ਹਾਸਾ ਆਵੇ, ਪਰ ਇੱਕ ਚੀਜ਼ ਸੱਚਾਈ ਆ ਕਿ ਤੁਸੀਂ ਹਰ ਵਾਰੀ ਜਿਹੜੀ ਇਹ ਡਿਸ਼ਕਿਆਂ ਦਾ ਮਤਲਬ ਆ ਵੱਖਰਾ ਕੱਢਿਆ, ਹਰ ਵਾਰੀ ਉਹਦਾ ਇੱਕ ਜਿਹੜਾ ਰੂਹ ਸੀਗੀ ਉਹਦੇ ਵਿੱਚ ਇੱਕ ਵੱਖਰਾ ਇੱਕ ਅੰਦਾਜ਼ ਸੀਗਾ, ਉਹਦਾ ਬਿਆਨ ਇੱਕ ਵੱਖਰਾ ਸੀਗਾ, ਉਹਦਾ ਇੱਕ ਮਤਲਬ ਵੱਖਰਾ ਸੀਗਾ, ਉਹਦੀ ਇੱਕ ਮੀਨਿੰਗ ਵੱਖਰਾ ਆਉਂਦਾ ਆ ਹਰ ਵਾਰੀ ਜਿਹੜੀ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਇਸ ਢੰਗ ਦੇ ਨਾਲ। ਵਾਕਈ ਸੱਚਾਈ ਹੈ ਜੀ, ਪੰਜਾਬੀ ਜਦੋਂ ਵੀ ਕਹਿੰਦੇ ਨੇ ਵੀ ਪਿੱਛੇ ਗਏ ਨੇ ਪੰਜਾਬੀ, ਕਿ ਇਹ ਕੌਮ ਨੂੰ ਇਹ ਵਰਦਾਨ ਹੈ ਜੀ, ਇਹ ਕੌਮ ਬਹਾਦਰਾਂ ਦੀ ਕੌਮ ਗਿਣੀ ਗਈ ਆ, ਜਦੋਂ ਵੀ ਕਿਤੇ ਵੀ ਇਹਨਾਂ ਨੂੰ ਢਾਹ ਵੱਜੀ ਆ ਤਾਂ ਫਿਰ ਇਹ ਉੱਠ ਕੇ ਖੜੇ ਹੋਏ ਨੇ। ਸ਼ਾਬਾਸ਼ ਇਹਨਾਂ ਦੇ ਜੀ, ਪ੍ਰਦੇਸ਼ਾਂ ਦੇ ਵਿੱਚ ਵੀ ਹਰ ਜਗ੍ਹਾ ਇਹ ਉੱਠ ਕੇ ਖੜੇ ਨੇ ਜੀ। ਸਾਡੀ ਆਦਤ ਹੈ ਜੀ ਟੌਪ ਦੀ ਚੀਜ਼ ਨੂੰ ਹੱਥ ਪਾਉਣਾ ਜੀ ਜੀ, ਚਾਹੇ ਉਹ ਵਰਲਡ ਦੀਆਂ ਸਿਵਲ ਵਾਰ ਸੀ ਜੀ, ਚਾਹੇ ਤੂੰ ਸਾਡੀ ਪੰਜਾਬ ਰੈਜੀਮੈਂਟ ਸਿੱਖ ਰੈਜੀਮੈਂਟ ਸੀ ਜੀ, ਚਾਹੇ ਹੁਣ ਪ੍ਰਦੇਸ਼ ਹੁਣ ਕੈਪੀਟਲ ਸੋਸਾਇਟੀ ਹੈ ਜੀ, ਕੈਪੀਟਲ ਜ਼ਮਾਨਾ ਆ ਗਿਆ ਜੀ, ਹੁਣ ਅਸੀਂ ਟੌਪ ਦੀ ਚੀਜ਼ ਇਸ ਵੇਲੇ ਵੈਸਟਰਨ ਮੁਲਕ ਨੇ ਜੀ, ਕੱਲ ਨੂੰ ਕੁਛ ਹੋਰ ਹੋ ਜੂਗਾ ਅਸੀਂ ਉਧਰ ਨੂੰ ਹੋ ਜਾਣਾ, ਸਾਡੀ ਅਸੀਂ ਟੌਪ ਦੀ ਚੀਜ਼ ਨੂੰ ਹੱਥ ਪਾਉਂਦੇ ਹਾਂ ਜੀ ਜੀ। ਕਿਆ ਬਾਤ ਹੈ ਜੀ, ਕਿਆ ਬਾਤ ਨਹੀਂ, ਠੀਕ ਹੈ ਜੀ, ਠੀਕ ਆ। ਇਹ ਇੱਕ ਸ਼ਾਇਰ ਦਾ ਵੇਖੋ ਸੋਚਣ ਦਾ ਤਰੀਕਾ ਹੁੰਦਾ, ਇੱਕ ਪੋਇਟ ਦਾ ਸੋਚਣ ਦਾ ਤਰੀਕਾ ਹੁੰਦਾ, ਕਿਸ ਢੰਗ ਦੇ ਨਾਲ ਉਹ ਆਪਣੇ ਲਫ਼ਜ਼ਾਂ ਨੂੰ ਕਿਸ ਢੰਗ ਦੇ ਨਾਲ ਇੱਕ ਗੀਤ 'ਚ ਪਰੋ ਦਿੰਦਾ, ਅਤੇ ਜਦੋਂ ਗੀਤ ਬਣ ਕੇ ਆਉਂਦਾ ਜੀ ਵਾਕਿਆ ਫਿਰ ਡਿਸ਼ਕਿਆਂ ਹੀ ਹੋ ਜਾਂਦਾ ਜੀ। ਮਨਦੀਪ ਜੀ, ਜਦੋਂ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਤੁਰਦੇ ਹਾਂ, ਅਤੇ ਤੁਸੀਂ ਗੀਤ ਜਦੋਂ ਲਿਖਦੇ ਹੋ ਫਿਰ ਕਿਤੇ ਇਕਾਂਤ 'ਚ ਜਾ ਕੇ ਲਿਖਦੇ ਹੋ ਕਿ ਜਾਂ ਮਤਲਬ ਜਦੋਂ ਵੀ ਆ ਗਿਆ ਬਸ ਆ ਗਿਆ ਜੀ? ਕੋਈ ਸਿਰ ਪੈਰ ਨਹੀਂ ਜੀ। ਅੱਛਾ ਜੀ, ਕੋਈ ਸਮਾਂ ਨਹੀਂ ਜੀ, ਕੋਈ ਇਹ ਨਹੀਂ ਵੀ ਮਤਲਬ ਇਕਾਂਤ ਚਾਹੀਦਾ ਜੀ, ਮਹਿਫਿਲ ਚਾਹੀਦੀ ਹੈ ਜੀ, ਖਿਆਲ ਹੈ ਜੀ, ਮਤਲਬ ਉਹ ਜਿਵੇਂ ਕਹਿੰਦੇ ਵੀ ਪਰਿੰਦੇ ਉੱਡਦੇ ਆਉਂਦੇ ਨੇ ਜੀ, ਕਈ ਬਹਿ ਜਾਂਦੇ ਨੇ ਜੀ, ਕਈ ਉੱਡ ਕੇ ਨਿਕਲ ਜਾਂਦੇ ਨੇ ਜੀ ਜੀ, ਉਦਾਂ ਹੀ ਗੀਤਾਂ ਦੇ ਖਿਆਲ ਨੇ ਜੀ। ਕੋਈ ਕਈ ਵਾਰੀ ਤੁਹਾਨੂੰ ਆਈਡੀਆ ਆਇਆ ਹੁੰਦਾ ਪਰ ਤੁਹਾਡੇ ਕੋਲ ਅੱਖਰ ਨਹੀਂ ਜੁੜਦਾ ਜੀ, ਅਤੇ ਧੱਕੇ ਨਾਲ ਤੁਸੀਂ ਅੱਖਰ ਜੋੜੋ, ਉਹ ਦਿਲ ਨੂੰ ਨਹੀਂ ਲੱਗਦਾ ਹੈਗਾ ਵੀ ਯਾਰ ਇਹ ਤਾਂ ਮੈਂ ਧੱਕਾ ਕਰ ਰਿਹਾ ਜੀ ਜੀ। ਸੋ ਇੱਦਾਂ ਹੀ ਕੋਈ ਇਹਦਾ ਕੋਈ ਕੋਈ ਫਿਕਸਡ ਫਾਰਮੂਲਾ ਨਹੀਂ ਹੈਗਾ ਜੀ, ਤੁਹਾਡਾ ਇੱਕ ਕਈ ਵਾਰੀ ਇੱਦਾਂ ਹੁੰਦਾ ਸੌਣ ਲੱਗੋ ਜੀ, ਉਹ ਕੋਈ ਉਹਦੇ ਏੜਬੁੰਜੀ ਸ਼ੁਰੂ ਹੋ ਜਾਂਦੀ ਹੈ ਜੀ, ਉਹ ਸਾਰੀ ਨੀਂਦ ਖਰਾਬ ਹੋ ਜਾਂਦੀ ਹੈ ਜੀ ਜੀ। ਅਤੇ ਹੋਰ ਤਾਂ ਹੋਰ, ਰੀਸੈਂਟਲੀ ਤਾਂ ਮੇਰੇ ਨਾਲ ਆਹ ਹੋਇਆ ਕਿ ਵੀ ਮੈਂ ਸੁਪਨੇ 'ਚ ਵੀ ਇੱਕ ਗੀਤ ਲਿਖਿਆ। ਅੱਛਾ ਜੀ, ਤੋ ਮੈਂ ਬਾਅਦ ਜਦੋਂ ਉੱਠਿਆ ਮੈਨੂੰ ਯਾਦ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਉਹ ਕਿਹੜਾ ਗੀਤ ਸੀਗਾ ਸਾਨੂੰ ਪਤਾ ਲੱਗੇ ਯਾਰ, ਬੰਦੇ ਨੇ ਸਭ ਕੌਨਸ਼ੀਅਸ ਮਾਇੰਡ ਦੇ ਵਿੱਚ ਇੱਕ ਚੀਜ਼ ਲਿਖੀ, ਮੈਂ ਸੁਪਨੇ ਦੇ ਵਿੱਚ ਇੱਕ ਗੀਤ ਲਿਖਿਆ ਜਦੋਂ ਮੈਂ ਉੱਠਿਆ ਮੈਨੂੰ ਯਾਦ ਸੀ। ਕਿਆ ਬਾਤ ਹੈ ਮਨਦੀਪ ਜੀ, ਇੱਕ ਚੀਜ਼ ਤਾਂ ਹੈਗੀ ਆ ਤੁਹਾਡੇ ਬਾਰੇ ਕਿ ਵਾਕਿਆ ਤੁਸੀਂ ਬੜਾ ਬੇਬਾਕ ਲਿਖਦੇ ਹੋ, ਅਤੇ ਜਿੰਨਾ ਵੀ ਤੁਸੀਂ ਲਿਖਦੇ ਹੋ ਸੋਸਾਇਟੀ ਦੇ ਨਾਲ ਰਲਦਾ ਮਿਲਦਾ ਲਿਖਦੇ ਹੋ। ਇੱਕ ਚੀਜ਼ ਮੈਂ ਤੁਹਾਡੇ ਕੋਲ, ਜਿਹੜਾ ਮੇਰਾ ਇੱਕ ਸਵਾਲ ਆ ਤੁਹਾਨੂੰ ਆਉਂਦਾ, ਕਿਉਂਕਿ ਮੈਂ ਜਿੰਨਾ ਵੀ ਤੁਹਾਨੂੰ ਤੁਹਾਡੇ ਕੋਲ ਸੁਣਿਆ ਵੀ ਹੈ, ਤੁਸੀਂ ਗੀਤ ਕਿਸੇ ਨੂੰ ਦਿੰਦੇ ਨਹੀਂ ਆਪਣੇ, ਤੁਸੀਂ ਗੀਤ ਆਪਣੇ ਆਪ ਹੀ ਗਾਉਂਦੇ ਹੋ। ਹਾਂਜੀ, ਅਤੇ ਉਹਦਾ ਕੀ ਕਾਰਨ ਹੈ? ਪਹਿਲੀ ਗੱਲ ਤਾਂ ਕੋਈ ਮੈਂ ਐਡੀ ਵੱਡੀ ਸ਼ਖਸੀਅਤ ਨਹੀਂ ਜੀ ਕਿ ਵੀ ਕੋਈ ਮੈਨੂੰ ਅਪਰੋਚ ਕਰੇ ਜਾਂ ਮੇਰਾ ਕੋਈ ਐਡਾ, ਹੁਣ ਚਲੋ ਸਤਿਗੁਰਾਂ ਦੀ ਬੜੀ ਕਿਰਪਾ ਹੈ ਜੀ ਕਿ ਨਾਮ ਹੋ ਰਿਹਾ, ਪਰ ਮੇਰੀ ਕੋਈ ਇੰਨੀ, ਪਹਿਲਾਂ ਤਾਂ ਇੱਕ ਕਾਰਨ ਉਹ ਸੀਗਾ ਜੀ, ਦੂਸਰਾ ਇੱਕ ਕੁਛ ਖਾਸ ਮਤਲਬ ਕੁਛ ਜੋ ਮਿੱਤਰ ਨਾਲ ਸੀ ਥੋੜ੍ਹਾ ਬਹੁਤਾ ਜੋ ਗਾਉਣਾ ਪਸੰਦ ਕਰਦੇ ਨੇ ਜੀ, ਉਹ ਜਿਹੜੀ ਉਹਨਾਂ ਦੀ ਸਿਲੈਕਸ਼ਨ ਹੈ ਉਹ ਬਹੁਤ ਕਮਰਸ਼ੀਅਲ ਹੈ ਜੀ, ਉਹਨਾਂ ਨੂੰ ਲੱਗਦਾ ਵੀ ਉਹੀ ਯੂਨੋ ਅੱਖ ਮੋਟੀ ਛਾਤੀ ਚੌੜੀ ਮਤਲਬ ਸਾਰਾ ਕੁਛ ਜੀ, ਉਹਨਾਂ ਨੂੰ ਉਹੀ ਲੱਗਦਾ, ਮੈਂ ਉੱਦਾਂ ਦਾ ਮੇਰਾ ਦਿਮਾਗ 'ਚ ਨਹੀਂ ਆਉਂਦਾ ਜੀ। ਅਤੇ ਫਿਰ ਇੱਕ ਹੋਰ ਇਹਦੇ ਪਿੱਛੇ ਥਿਊਰੀ ਮੈਨੂੰ ਇੱਦਾਂ ਵੀ ਲੱਗਦਾ ਕਿ ਤੁਹਾਡੀ ਜਦੋਂ ਤੁਸੀਂ ਆਪਦੇ ਗੀਤ ਨੂੰ ਆਪ ਪੇਸ਼ ਕਰਦੇ ਹੋ ਜੀ, ਉਹ ਤੁਸੀਂ ਹੁੰਦੇ ਹੋ ਜੀ, ਜਦੋਂ ਕੋਈ ਤੁਹਾਡੇ ਗੀਤ ਨੂੰ ਪੇਸ਼ ਕਰਦਾ ਜੀ ਉਹ ਵੀ ਤੁਸੀਂ ਹੁੰਦੇ ਹੋ ਜੀ, ਪਰ ਪੇਸ਼ਕਾਰ ਉਹ ਹੈ ਜੀ, ਲੋਕਾਂ ਨੂੰ ਉਹ ਨਜ਼ਰ ਆਉਂਦਾ ਜੀ। ਜੇ ਬੰਦਾ ਮਤਲਬ ਹਿੰਮਤ ਕਰ ਸਕੇ ਜੀ, ਇਨਸਾਫ਼ ਕਰ ਸਕੇ ਜੀ, ਕਿਉਂਕਿ ਦੇਖੋ ਗਾਉਣਾ ਇੱਕ ਵੱਖਰੀ ਕਲਾ ਆਪਦੇ ਆਪ ਦੇ ਵਿੱਚ ਜੀ, ਸੁਰਾਂ 'ਤੇ ਰਹਿਣਾ, ਸੁਰਾਂ ਦੇ ਨਾਲ ਖੇਡਣਾ ਜੀ, ਅਤੇ ਗੀਤਕਾਰੀ ਆਪਣੀ ਇੱਕ ਵੱਖਰੀ ਕਲਾ ਜੀ, ਸ਼ਾਇਰੀ ਇੱਕ ਆਪਣਾ ਵੱਖਰਾ ਅੰਦਾਜ਼ ਰੱਖਦੀ ਜੀ, ਅਤੇ ਉਹ ਬਹੁਤ ਔਖਾ ਕੰਮ ਹੈ। ਵੈਸੇ ਮੈਂ ਆਪਣੇ ਆਪ ਨੂੰ ਕੋਈ ਗਵੱਈਆ ਜਾਂ ਸਿੰਗਰ ਨਹੀਂ ਕੰਸਿਡਰ ਕਰਦਾ ਜੀ, ਅਤੇ ਮੈਂ ਆਪਣੇ ਆਪ ਨੂੰ ਇੱਦਾਂ ਕਹਿ ਸਕਦਾ ਵੀ ਇੱਕ ਸਧਾਰਨ ਬੰਦਾ ਜਿਸ ਨੂੰ ਲਿਖਣ ਦਾ, ਵਜਾਉਣ ਦਾ,
ਸ਼ੌਂਕ ਹੈ ਤਿਆਰ ਕਰਨ ਦਾ ਤੇ ਥੋੜਾ ਜਿਹਾ ਉਹਦੇ ਨਾਲ ਇਨਸਾਫ ਕਰਨ ਦੀ ਕੋਸ਼ਿਸ਼ ਕਰਦਾ ਜੀ। ਇਹ ਮੈਂ ਆਪਣੇ ਆਪ ਨੂੰ ਅਕਸਰ ਕਹਿ ਦਿੰਦਾ ਹੁੰਦਾ ਜੀ, ਪਰ ਜਿੱਥੋਂ ਤੱਕ ਗੱਲ ਇਹ ਆ ਜਾਏ ਵੀ ਕੋਈ ਹੋਰ ਗਾਵੇ ਜਾਂ ਕੁਛ ਹੋਰ ਕਰੇ ਜੀ, ਕਿਉਂਕਿ ਮੇਰੇ ਨਾਲ ਪ੍ਰੋਬਲਮ ਇਹ ਹੈ ਮੈਨੂੰ ਕੰਪਰੋਮਾਈਜ਼ ਨਹੀਂ ਪਸੰਦ। ਕੀ ਬਾਤ, ਮੈਨੂੰ ਐਂ ਲੱਗਦਾ ਵੀ ਜਿਵੇਂ ਮੈਂ ਉਹਦੇ 'ਚ ਅੱਖਰ ਨਹੀਂ ਚੇਂਜ ਕਰ ਸਕਦਾ ਜੀ, ਕੋਈ ਮੈਨੂੰ ਕਹੇ ਵੀ ਆਹ ਲਾਈਨ ਕੱਟ ਕੇ ਇਹਨੂੰ ਇੱਦਾਂ ਕਰ ਦਈਏ ਜੀ, ਤਾਂ ਮੇਰੇ ਕੋਲੋਂ ਹੁੰਦਾ ਨਹੀਂ ਜੀ। ਤੇ ਮੇਰਾ ਜਿਹੜਾ ਚਾਹ ਚੜਿਆ ਹੁੰਦਾ ਕਿ ਬਾਈ ਗਾਊਗਾ ਜਾਂ ਕੋਈ ਆਹ ਬੰਦਾ ਪਸੰਦ ਕਰ ਰਿਹਾ ਜਾਂ ਉਹ ਹੈ, ਉਹ ਮੇਰਾ ਚਾਹ ਠੰਡਾ ਹੋ ਜਾਂਦਾ, ਕਿਉਂਕਿ ਜਿਹੜੀ ਓਰਿਜਨੈਲਿਟੀ ਹੈ ਉਹ ਉਹਦੀ ਖਤਮ ਹੋ ਜਾਂਦੀ ਹੈ। ਸੋ ਇਸ ਕਰਕੇ ਕਦੇ ਉਦਾਂ ਦਾ ਸਬੱਬ ਨਹੀਂ ਹੋਇਆ ਜੀ। ਇਹ ਆ ਵੇਖੋ ਜੀ, ਸਾਨੂੰ ਇੱਕ ਮੈਸੇਜ ਵੀ ਆਇਆ ਵਾ ਸਿੰਘ ਬਿਕਰਮ ਸਿੰਘ ਹੋਣਾ ਦਾ ਜੀ, ਔਰ ਇਹਨਾਂ ਨੇ ਨਿਊਜ਼ੀਲੈਂਡ ਤੋਂ ਮੈਸੇਜ ਕੀਤਾ ਜੀ। ਹਾਂਜੀ, ਕਹਿੰਦੇ ਜੀ ਐਕਸੀਲੈਂਟ ਇੰਟਰਵਿਊ, ਸਿਰਾ ਆ ਜੀ ਬਾਈ ਜੀ ਦੀ ਸੋਚ। ਧੰਨਵਾਦ ਆ ਜੀ ਬਿਕਰਮ ਜੀ, ਤੁਹਾਡਾ ਮੈਸੇਜ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਐਡੀ ਦੂਰੋਂ ਤੁਸੀਂ ਸਾਡਾ ਪ੍ਰੋਗਰਾਮ ਸੁਣ ਰਹੇ ਹੋ ਉਹਦਾ ਵੀ ਧੰਨਵਾਦ, ਅਤੇ ਤੁਸੀਂ ਬਾਈ ਜੀ ਹੋਣਾ ਦੀ ਸੋਚ ਵਾਕਈ ਜੀ ਬੜੀ ਅੱਛੀ ਸੋਚ ਆ ਜੀ, ਬੜੀ ਮਿਹਰਬਾਨੀ। ਨਹੀਂ ਜੀ, ਮਿਹਰਬਾਨੀ ਸਾਡੀ, ਤੁਸੀਂ ਸਾਡੇ ਕੋਲ ਆਏ, ਸਾਨੂੰ ਇੰਨਾ ਟਾਈਮ ਦਿੱਤਾ। ਹੁਣ ਅਗਲਾ ਪ੍ਰੋਜੈਕਟ ਕਦੋਂ ਆ ਰਿਹਾ ਜੀ, ਅਗਲਾ ਅਸੀਂ ਕਦੋਂ ਲਾਈਵ ਪਰਫੋਰਮੈਂਸ ਤੁਹਾਡੀ ਵੇਖ ਰਹੇ ਹਾਂ? ਕਿਉਂਕਿ ਮੈਨੂੰ ਇੰਨਾ ਪਤਾ ਵਾ ਕਿ ਤੁਹਾਡੇ ਬਾਰੇ ਕਿ ਨਾ ਤਾਂ ਤੁਸੀਂ ਕੋਈ ਕੈਸਟ ਕੱਢਣੀ ਆ, ਯੂਟਿਊਬ ਦੇ ਉੱਤੇ ਤੁਹਾਡੀ ਵੀਡੀਓ ਆ ਜਾਣੀ ਆ, ਪਰ ਮਨਦੀਪ ਜੀ ਕਦੋਂ ਅਗਲਾ ਫਿਰ ਲਾਈਵ ਪਰਫੋਰਮੈਂਸ ਕਦੋਂ ਕਰ ਰਹੇ ਹੋ? ਵੈਸੇ ਤਾਂ ਕੁਝ ਸੱਜਣਾ ਮਿੱਤਰਾਂ ਨੇ ਕੋਸ਼ਿਸ਼ ਕੀਤੀ ਆ ਕਿ ਆਪਾਂ ਇੱਥੇ ਸ਼ੋਅ ਕਰਦੇ ਹਾਂ, ਲਾਈਵ ਕਰਦੇ ਹਾਂ, ਇੱਦਾਂ ਨਿਊਜ਼ੀਲੈਂਡ ਤੋਂ ਕਈ ਮਿੱਤਰਾਂ ਨੇ ਬਹੁਤ ਮੁਹੱਬਤ ਪਿਆਰ ਸਤਿਕਾਰ ਦਿੱਤੀ ਆ ਜੀ। ਆ ਤੁਹਾਡੇ ਹੁਣ ਮੈਂ ਜਦੋਂ ਬਾਹਰ ਬੈਠਾ ਸੀ ਤਾਂ ਉੱਥੋਂ ਇੱਕ ਵਿਕਰਮ ਮਾਨ ਹੋਣੀ ਨੇ ਉਹ ਅਕਸਰ ਕਰਦੇ ਰਹਿੰਦੇ ਨੇ ਫੋਨ ਤੇ, ਉਹ ਕਹਿੰਦੇ ਵੀ ਤੁਸੀਂ ਆਓ ਇੱਥੇ ਅਸੀਂ ਸ਼ੋਅ ਕਰਾਂਗੇ ਜੀ। ਮਲੇਸ਼ੀਆ ਤੋਂ ਇੱਕ ਸਾਡੇ ਸੱਜਣ ਨੇ ਹਰੀ ਸਿੱਧੂ ਭਾਅ ਜੀ, ਉਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਕਿਹਾ ਕਿ ਵੀ ਹਾਂ ਵੀ ਕਾਕਾ ਵੀ ਆ ਜਾ ਸਾਡੇ ਕੋਲ ਇੱਥੇ ਜੀ ਜੀ। ਤੇ ਉਹ ਮਤਲਬ ਮੈਂ ਐਕਚੁਅਲੀ ਕਮਰਸ਼ੀਅਲੀ ਨਹੀਂ ਸੋਚਦਾ ਜੀ, ਮੈਂ ਉਹਨੂੰ ਇਹ ਨਹੀਂ ਸੋਚਦਾ ਵੀ ਇੱਕ ਗੀਤ ਉਹਨੂੰ ਕੱਢ ਕੇ ਵੀਡੀਓ ਬਣਾ ਕੇ ਉਹਨੂੰ ਮਾਰਕੀਟ ਕਰਾਂ ਜੀ। ਮੇਰੀ ਤਾਸੀਰ ਹੈ, ਮੈਨੂੰ ਤੁਸੀਂ ਅੱਜ ਤੁਹਾਡੇ ਕੋਲ ਜਨਮ ਦਿਨ ਹੈ ਜੀ, ਤੁਸੀਂ ਮੈਨੂੰ ਕਹੋ ਮੈਂ ਤੁਹਾਨੂੰ ਮਤਲਬ ਜਨਮ ਦਿਨ ਦੇ ਉੱਤੇ ਅੱਧਾ ਘੰਟਾ ਮੈਂ ਤੁਹਾਡੇ ਕੀ। ਅੱਛਾ ਨਹੀਂ, ਅੱਛਾ ਇਹ ਵੀ ਚੀਜ਼ ਆਪਾਂ ਪਰਖਦੇ ਹਾਂ, ਨਹੀਂ ਰੁਕੋ ਹੁਣ ਮੈਂ ਸੋਰੀ ਤੁਹਾਡੀ ਗੱਲ ਕੱਢ ਰਿਹਾ, ਇਹ ਵੀ ਚੀਜ਼ ਆਪਾਂ ਲੱਗ ਜਾਂਦਾ ਹੁਣੇ ਪਤਾ, ਤੁਸੀਂ ਸਾਡੇ ਰੇਡੀਓ ਦੇ ਉੱਤੇ ਕੋਈ ਗੀਤ ਬਣਾਓ, ਰੇਡੀਓ ਦੇ ਉੱਤੇ ਗੀਤ ਜੀ, ਗੀਤ ਨਹੀਂ ਭਾਵੇਂ ਦੋ ਲੈਣੇ ਹੀ ਹੋ ਜਾਣ ਜੀ, ਬਣਾਓ। ਹਾਂਜੀ ਜੀ, ਇਹ ਹੁਣੇ ਪਤਾ ਲੱਗ ਜਾਣਾ ਜੀ ਇਹਨਾਂ ਦਾ। ਆਪਾਂ ਰੇਡੀਓ ਪੰਜਾਬੀ ਰੋਜ਼ ਸੁਣੀਦਾ, ਕਿਆ ਬਾਤ, ਪੱਕਾ ਰੇਡੀਓ ਪੰਜਾਬੀ ਰੋਜ਼ ਸੁਣੀਦਾ, ਆਪਾਂ ਰੇਡੀਓ ਹਾਂਜੀ ਰੋਜ਼ ਸੁਣੀਦਾ, ਕਿ ਸਾਡੀ ਬੋਲੀ ਸਾਡਾ ਮਾਣ ਬਈ, ਉਹ ਸਾਡੀ ਬੋਲੀ ਸਾਡਾ ਮਾਣ ਬਈ, ਉਹ ਵੀਰ ਮੇਰੇ ਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵਾਕਈ ਜੀ ਹਾਜ਼ਰ ਜਵਾਬ ਪਰਮਾਤਮਾ ਨੇ ਤੁਹਾਨੂੰ ਸੋਝੀ ਵੀ ਦਿੱਤੀ ਹੈ, ਬੜਾ ਹੀ ਸੋਹਣੇ ਤਰੀਕੇ ਦੇ ਨਾਲ ਤੁਸੀਂ ਹਾਂਜੀ ਰੇਡੀਓ ਵਿੱਚ ਵਰਤਿਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਸਾਡੇ ਸਟੂਡੀਓ 'ਚ ਆਏ, ਮਿੰਟ 7 ਕੀ ਰਹਿ ਗਏ ਆ ਜੀ, ਜਾਂਦੇ ਜਾਂਦੇ ਜਿਹੜੇ ਸਾਡੇ ਇੱਥੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ, ਕੋਈ ਜਾਂਦੇ ਕੋਈ ਆਪਣੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜੀ ਉਹਨਾਂ ਨੂੰ? ਹਾਂਜੀ, ਮੈਂ ਤੁਹਾਨੂੰ ਦੋ ਲਾਈਨਾਂ ਦੇ ਨਾਲ ਜੀ ਸੰਦੇਸ਼ ਦਿੰਦਾ ਜੀ ਜੀ। ਪਿੱਛੇ ਜੇ ਇੱਕ ਛੋਟਾ ਜਿਹਾ ਵਾਕਿਆ ਹੋਇਆ, ਇੱਕ ਯਾਰ ਦੋਸਤ ਉਹ ਹੁਣ ਟੈਕਸੀ ਛੱਡ ਕੇ ਟਰੱਕ ਚਲਿਆ ਗਿਆ ਜੀ, ਤਾਂ ਮੈਨੂੰ ਕਹਿੰਦਾ ਤੂੰ ਹਜੇ ਤੱਕ ਟੈਕਸੀ 'ਚ ਹੀ ਬੈਠਾ, ਤੇ ਉਹ ਮੈਨੂੰ ਖਿਆਲ ਇੱਕ ਆਇਆ ਕਿ ਉਮਰ ਬੀਤ ਗਈ ਸਾਰੀ ਬੇਕਦਰਾਂ 'ਚ ਰਹਿੰਦਿਆਂ, ਕਦੇ ਤਾਂ ਕੋਈ ਸਮਝੂਗਾ ਖੁਦ ਨੂੰ ਇਹ ਕਹਿੰਦਿਆਂ। ਕੀ ਬਾਤ ਹੈ, ਪਹਿਲਾਂ ਕਹਿੰਦੇ ਚੱਜ ਦੇ ਗੀਤ ਕੋਈ ਗਾਉਂਦਾ ਨਹੀਂ ਇੱਥੇ, ਜਦ ਕੋਈ ਗਾਵੇ ਉਸਨੂੰ ਸਰੋਤਾ ਥਿਆਉਂਦਾ ਨਹੀਂ ਇੱਥੇ, ਖੁਰਪਿਆ ਥੋੜੇ ਸਿੱਧੇ ਆਂ ਗੱਲ ਲਿਟਰਲੀ ਲੈ ਲੈਂਦੇ ਆਂ। ਸੋ ਜੇ ਕੋਈ ਮੇਰਾ ਵੀਰ ਸੁਣਦਾ ਹੈ ਤੇ ਤੁਸੀਂ ਪਰਿਵਾਰਿਕ ਮਨੋਰੰਜਨ ਪਸੰਦ ਕਰਦੇ ਹੋ, ਤੁਸੀਂ ਸੁਹਿਰਦ ਸ਼ਾਇਰੀ ਪਸੰਦ ਕਰਦੇ ਹੋ, ਤੁਸੀਂ ਚੱਜ ਦੀ ਗੱਲ ਪਸੰਦ ਕਰਦੇ ਹੋ ਐਂਡ ਆਫ ਦ ਡੇ, ਤਾਂ ਜ਼ਰੂਰ ਮਤਲਬ ਮੇਰਾ ਸਾਥ ਦਿਓ ਕਿ ਆਪਾਂ ਇਹਨੂੰ ਅੱਗੇ ਲੈ ਕੇ ਜਾ ਸਕੀਏ। ਮੈਂ ਇੱਕ ਪਰਦੇਸੀ ਪੰਜਾਬੀ 2 ਨੂੰ ਬਕਾਇਦਾ ਅਗਲੇ ਸਾਲ ਜਾਂ ਜਦੋਂ ਵੀ ਕਦੇ ਮੁਨਾਸਿਬ ਹੋਇਆ, ਜਦੋਂ ਵੀ ਮੇਰੇ ਕੋਲ ਫੰਡਸ ਹੋਏ ਜੀ, ਠੀਕ ਹੈ ਜੀ, ਠੀਕ ਹੈ ਜੀ ਜੀ, ਤੇ ਮੈਂ ਜ਼ਰੂਰ ਉਹ ਤੁਹਾਡੀ ਝੋਲੀ ਦੇ ਵਿੱਚ ਪਾਊਂਗਾ। ਨਹੀਂ ਜੀ, ਤੇ ਜਦੋਂ ਤੱਕ ਉਹ ਕੀ ਕਹਿੰਦੇ ਵੀ ਸ਼ਾਇਰੀ ਤੇ ਸੰਗੀਤ ਦੇ ਮੈਂ ਤੁਹਾਨੂੰ ਪੈਗ ਲਵਾਉਂਦਾ ਰਹੂੰਗਾ ਜੀ ਜੀ, ਜਦੋਂ ਤੱਕ ਜੇਬ 'ਚ ਪੈਸੇ ਦਿਮਾਗ 'ਚ ਫਤੂਰ ਰਿਹਾ ਜੀ, ਮੈਂ ਮੁੜ ਮੁੜ ਕੇ ਆਉਂਦਾ ਰਹੂੰਗਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵਾਕਿਆ ਜੀ ਮੁੜ ਮੁੜ ਕੇ ਆਉਂਦੇ ਰਹੋ ਤੇ ਜੁੜੇ ਰਹੋ ਤੁਸੀਂ ਸਾਡੇ ਰੇਡੀਓ ਨਾਲ ਵੀ, ਇਹ ਵੀ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਡੇ ਨਾਲ ਵੀ ਜੁੜੇ ਰਹੋਗੇ ਗੱਲਾਂ ਬਾਤਾਂ, ਕਿਉਂਕਿ ਪ੍ਰੇਮ ਜਿਹੜਾ ਪਿਆ ਆ ਇਹਨੂੰ ਆਪਾਂ ਅੱਗੇ ਲੈ ਕੇ ਆਈਏ ਜੀ, ਤੇ ਆਉਣ ਵਾਲੀ ਤੁਹਾਡੇ ਕੋਲ ਪ੍ਰੋਮਿਸ ਵੀ ਲੈ ਲੈਂਦੇ ਹਾਂ ਕਿ ਕਿਤੇ ਜਦੋਂ ਟਾਈਮ ਤੁਹਾਡੇ ਕੋਲ ਨਿਕਲਦਾ ਤੁਸੀਂ ਸਾਡੇ ਰੇਡੀਓ 'ਚ ਜ਼ਰੂਰ ਟਾਈਮ ਕੱਢੋਗੇ। ਬਿਲਕੁਲ ਬਿਲਕੁਲ ਜ਼ਰੂਰ, ਤੁਸੀਂ ਮੈਨੂੰ ਜਦੋਂ ਮਰਜ਼ੀ ਹਾਕ ਮਾਰੋ, ਦਾਸ ਹਾਜ਼ਰ ਹੈ। ਕਿਆ ਬਾਤ ਹੈ ਜੀ, ਕਿਆ ਇਹੀ ਗੱਲਾਂ ਹੁੰਦੀਆਂ ਨੇ ਜੀ ਇੱਕ ਲੇਖਕ ਦੀਆਂ, ਕਿਉਂਕਿ ਕਿੱਡੇ ਸੋਹਣੇ ਤਰੀਕੇ ਦੇ ਨਾਲ ਸਾਰਾ ਕੁਛ ਹੀ ਕਹਿ ਜਾਂਦੇ ਆ। ਅੱਛਾ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਆ ਹੁਣ ਇੱਥੇ ਸਮਾਪਤ ਹੋ ਰਿਹਾ, ਆਪਣੇ ਕੋਲ 5 ਮਿੰਟ ਰਹਿ ਗਿਆ, ਮੈਂ ਜ਼ਿਆਦਾ ਨਹੀਂ ਬੋਲੂੰਗਾ। ਅਕਸਰ ਹੀ ਇਹ ਗੱਲ ਆ ਜਾਂਦੀ, ਕਹਿੰਦੇ ਗੁਰਜੋਤ ਸੋਢੀ ਜ਼ਿਆਦਾ ਬੋਲ ਜਾਂਦਾ, ਇੰਟਰਵਿਊ ਵਾਲੇ ਘੱਟ ਬੋਲਦੇ। ਜਾਂਦੇ ਜਾਂਦੇ ਜੀ ਆਪਣਾ ਜਿਹੜਾ ਅਖੀਰ ਆ
ਆਪਾਂ ਉਸ ਨੋਟ ਤੇ ਲੈ ਚੱਲੀਏ ਜਿਹੜਾ ਤੁਹਾਡੇ ਪ੍ਰੋਗਰਾਮ ਦਾ ਉੱਥੇ ਲਾਈਵ ਪਰਫਾਰਮੈਂਸ ਦਾ ਅਖੀਰ ਹੋਇਆ ਸੀ, ਔਜ਼ੀ ਟੱਪੇ। ਔਜ਼ੀ ਟੱਪੇ ਤੁਹਾਡੇ ਬਹੁਤ ਪਸੰਦ ਕੀਤੇ ਗਏ ਆ, ਸੋ ਅਗਲੇ ਜਿਹੜੇ 5 ਮਿੰਟ ਨੇ ਤੁਹਾਡੇ ਨੇ ਜੀ, ਔਜ਼ੀ ਟੱਪੇ, ਤੇ ਤੁਸੀਂ ਸੁਣਦੇ ਰਹੋ ਜੀ ਤੁਹਾਡਾ ਆਪਣਾ ਰੇਡੀਓ, ਰੇਡੀਓ ਹਾਂਜੀ 1674 ਐਮ। ਮੇਰੇ ਵੱਲੋਂ ਗੁਰਜੋਤ ਸੋਢੀ ਵੱਲੋਂ ਇੱਥੇ ਅਲਵਿਦਾ ਆ, ਅੱਗੇ ਮਨਦੀਪ ਜੀ ਅਤੇ ਮਨਜੀਤ ਜੀ ਜੇ ਔਜ਼ੀ ਟੱਪੇ ਜੀ। ਮਨਦੀਪ ਜੀ ਹਾਂਜੀ, ਇਹ ਇੱਕ ਮੈਂ ਜਦੋਂ ਇਹ ਸ਼ੋਅ ਡਿਜ਼ਾਈਨ ਕਰਦਾ ਸੀ, ਇੱਕ ਮਿੰਟ ਮਨਦੀਪ ਜੀ, ਹੁਣ ਇਹ ਨਾ ਦੱਸਿਆ ਕਿ ਟੱਪਿਆਂ ਵਿੱਚ ਵੀ ਕਹਾਣੀ ਆ? ਨਹੀਂ ਭਾਜੀ, ਉਹ ਵੀ ਹੈਗੀ ਆ। ਜੀ 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 ਮੈਂ ਜਦੋਂ ਸ਼ੋਅ ਡਿਜ਼ਾਈਨ ਕੀਤਾ ਜੀ, ਤਾਂ ਉਸ ਵੇਲੇ ਮੇਰੇ ਦਿਮਾਗ ਦੇ ਵਿੱਚ ਇਹ ਸੀ, ਮੈਂ ਕਿਹਾ ਵੀ ਕਿਉਂਕਿ ਸਾਡੀ ਜੋ ਪੰਜਾਬੀ ਆਪਾਂ, ਸਾਨੂੰ ਢੋਲ ਚਾਹੀਦਾ, ਸਾਨੂੰ ਮਤਲਬ ਖਰੂ ਚਾਹੀਦਾ, ਸਾਨੂੰ ਖੱਪ ਖਾਣਾ ਚਾਹੀਦਾ ਜੀ, ਪਰ ਮੇਰੀ ਤਸੀਰ ਨਹੀਂ ਹੈਗੀ ਬੜਾ ਚੱਕਵਾਂ ਲਿਖਣ ਦੀ ਜੀ ਜੀ। ਮੈਨੂੰ ਨਾ ਉਹਦਾ ਲੌਜੀਕਲੀ ਔਰ ਮੀਨਿੰਗਫੁਲ ਹੋਣਾ ਜ਼ਿਆਦਾ ਜ਼ਰੂਰੀ ਲੱਗਦਾ ਜੀ, ਅਤੇ ਉਹ ਮੈਂ ਸੋਚਦਾ ਰਿਹਾ, ਮੈਂ ਕਿਹਾ ਯਾਰ ਚੱਕਵਾਂ ਜਾਂ ਗਾਣਾ, ਚੱਕਵਾਂ ਜਾਂ ਗਾਣਾ, ਅਤੇ ਉਹ ਮੇਰੇ ਕੋਲੋਂ ਕੁਝ ਖਾਸ ਜੁੜਿਆ ਨਹੀਂ ਜੀ। ਤਾਂ ਫਿਰ ਮੈਂ ਸੋਚਿਆ ਕਿ ਚਲੋ ਉਹ ਚੱਕਵਾਂ ਕੀ ਤਾਂ ਨਹੀਂ, ਪਰ ਕੁਝ ਚੱਕਵੀਆਂ ਗੱਲਾਂ ਜੀ ਜੀ ਉਹਨਾਂ ਨੂੰ ਆਪਾਂ ਟੱਪਿਆਂ ਦੇ ਵਿੱਚ ਇਕੱਠੇ ਕਰ ਲੈਂਦੇ ਹਾਂ ਜੀ। ਤਾਂ ਪੰਜਾਬ ਦਾ ਇੱਕ ਬਹੁਤ ਖੂਬਸੂਰਤ ਲੋਕ ਰੰਗ ਹੈ ਜੀ ਟੱਪੇ। ਇਹ ਅਸਲ ਦੇ ਵਿੱਚ ਪਹਿਲਾਂ 1959 ਦੇ ਬਲੈਕ ਐਂਡ ਵਾਈਟ ਇੱਕ ਪੰਜਾਬੀ ਫਿਲਮ ਆਈ ਸੀ ਜੀ, ਉਹਦੇ ਵਿੱਚ ਮੁਹੰਮਦ ਰਫੀ ਸਾਹਿਬ ਅਤੇ ਸ਼ਮਸ਼ਾਦ ਬੇਗਮ ਹੋਣਾਂ ਨੇ ਜੀ ਇਹ ਟੱਪੇ ਪਹਿਲੀ ਵਾਰ ਪੇਸ਼ ਕੀਤੇ ਸੀਗੇ। ਬੈਲ ਸਾਹਿਬ ਦਾ ਮਿਊਜ਼ਿਕ ਸੀਗਾ, ਫਿਰ ਉਸ ਤੋਂ ਬਾਅਦ ਵਿੱਚੋਂ ਹਿੰਦੀ ਫਿਲਮ ਦੇ ਵਿੱਚ ਵੀ ਉਹ ਓ ਪੀ ਨਈਅਰ ਸਾਹਿਬ ਨੇ ਇਹਨਾਂ ਨੂੰ ਕੰਪੋਜ਼ ਕੀਤਾ, ਜਿੱਥੋਂ ਇਹਨਾਂ ਟੱਪਿਆਂ ਨੂੰ ਬੜੀ ਮਕਬੂਲੀਅਤ ਮਿਲੀ ਜੀ। ਅਤੇ ਆਪਾਂ ਨੂੰ ਜਿਵੇਂ ਮੈਨੂੰ ਆਦਤ ਹੈ ਹਰ ਚੀਜ਼ ਨੂੰ ਆਪਣੇ ਸਾਂਚੇ 'ਚ ਢਾਲਣ ਦੀ ਜੀ, ਸੈਕਸੋਫੋਨ ਨੂੰ ਵੀ ਆਪਾਂ ਢਾਲ ਲਿਆ, ਆਪਾਂ ਸ਼ਾਇਰੀ ਨੂੰ ਵੀ ਢਾਲ ਲਿਆ, ਆਪਾਂ ਜੈਜ਼ ਸੰਗੀਤ ਨੂੰ ਸਾਰਾ, ਤਾਂ ਮੈਂ ਉਹ ਟੱਪਿਆਂ ਨੂੰ ਅੱਜ ਦੀ ਇੱਥੇ ਦੀ ਜਿਹੜੀ ਸਾਡੀ ਪਰਦੇਸੀ ਲਾਈਫ ਹੈ, ਖਾਸ ਤੌਰ 'ਤੇ ਆਸਟ੍ਰੇਲੀਆ ਦੇ ਸਾਡੇ ਮੈਲਬਰਨ ਸ਼ਹਿਰ ਦੀ, ਤੇ ਮੈਂ ਉਹ ਇੱਕ ਤਰੀਕੇ ਨਾਲ ਪਹਿਲਾਂ ਤਾਂ ਨਾਮ ਟੱਪੇ ਰੱਖਿਆ ਸੀਗਾ ਜੀ ਜੀ, ਫਿਰ ਆਪਣੇ ਇੱਥੇ ਸਲੈਂਗ ਹੈ ਔਜ਼ੀ ਜੀ ਜੀ, ਤੇ ਫਿਰ ਉਹਨੂੰ ਔਜ਼ੀ ਟੱਪੇ ਕਰ ਦਿੱਤਾ ਜੀ ਜੀ, ਤਾਂ ਉਹ ਮੈਂ ਤੁਹਾਨੂੰ ਪੇਸ਼ ਕਰਦਾ ਕੁਝ ਜੀ। ਹੋ ਮੁੰਡਾ ਜਦੋਂ ਦਾ ਹੈਪੀ ਯਾਰ ਹੋਇਆ, ਹੋ ਕਾਕਾ ਜਦੋਂ ਦਾ ਹੈਪੀ ਯਾਰ ਹੋਇਆ, ਕਿ ਰੋਜ਼ ਹੀ ਬੁਲਾਉਂਦਾ ਬੱਕਰੇ, ਉਹ ਰੋਜ਼ ਹੀ ਬੁਲਾਉਂਦਾ ਬੱਕਰੇ, ਉਹ ਵੀਰ ਮੇਰਿਆ, ਹੋ ਛੱਡ ਵਿਸਕੀ ਉਹ ਰੈੱਡ ਵਾਈਨ ਪੀਂਦਾ, ਉਹ ਛੱਡ ਵਿਸਕੀ ਉਹ ਰੈੱਡ ਵਾਈਨ ਪੀਂਦਾ, ਕਿ ਜੱਟ ਹੁਣ ਔਜ਼ੀ ਹੋ ਗਿਆ ਬਈ, ਔਜ਼ੀ 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 ਹੋ ਗਿਆ ਉਹ ਵੀਰ ਮੇਰਿਆ, ਉਹ ਕਹਿੰਦਾ ਇੰਡੀਆ ਵਿਆਹ ਕਰਵਾਉਣਾ, ਉਹ ਕਹਿੰਦਾ ਇੰਡੀਆ ਵਿਆਹ ਕਰਵਾਉਣਾ, ਅਤੇ ਹਨੀਮੂਨ ਨਿਊਜ਼ੀਲੈਂਡ ਬਾਈ, ਅਤੇ ਹਨੀਮੂਨ ਵਿਕਰਮ ਵੀਰੇ ਕੋਲੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਹੋ ਪਹਿਲਾਂ ਗੁੰਨਦੀ ਸੀ ਆਟਾ ਹੁਣ ਛੱਡਤਾ, ਕਿ ਪਹਿਲਾਂ ਗੁੰਨਦੀ ਸੀ ਆਟਾ ਹੁਣ ਛੱਡਤਾ, ਕਿ ਮੈਨੀਕਿਉਰ ਖਰਾਬ ਨਾ ਹੋ ਜਾਏ, ਉਹ ਨੇਲਸ ਖਰਾਬ ਨਾ ਹੋ ਜਾਣ ਵੀਰ ਮੇਰਿਆ। ਕਿਆ ਬਾਤ ਹੈ। ਹੋ ਪੂਰਾ ਰੱਜ ਕੇ ਹੈ ਮੇਕਅਪ ਲਗਾਉਂਦੀ, ਹੋ ਪੂਰੇ ਸਿਰੇ ਦੇ ਬ੍ਰਾਂਡ ਉਹ ਪਾਉਂਦੀ, ਬਈ ਜਾਣਾ ਚਾਹੇ ਸੇਫ ਵੇ ਹੋਵੇ, ਹੋ ਜਾਣਾ ਚਾਹੇ ਕੋਲਸ ਹੋਵੇ, ਉਹ ਵੀਰ ਮੇਰਿਆ। ਹੋ ਕੁੜੀ ਸਿਟੀਜ਼ਨ ਮੁੰਡਾ ਫਿਰੇ ਲੱਭਦੀ, ਬਈ ਔਜ਼ੀ ਸਿਟੀਜ਼ਨ ਮੁੰਡਾ ਫਿਰੇ ਲੱਭਦੀ, ਉਹ ਸ਼ਾਦੀ .com ਦੇ ਉੱਤੇ, ਉਹ ਸ਼ਾਦੀ .com ਦੇ ਉੱਤੇ, ਉਹ ਵੀਰ ਮੇਰਿਆ। ਪਾਰਲੀਮੈਂਟ ਵਿੱਚ ਭੰਗੜਾ ਵੀ ਪਾਵਾਂਗੇ, ਇੱਕ ਦਿਨ ਸਰਕਾਰ ਵੀ ਬਣਾਵਾਂਗੇ, ਹਜੇ ਤਾਂ ਅਸੀਂ ਪਹਿਲੀ ਪੀੜ੍ਹੀਆਂ, ਹਜੇ ਤਾਂ ਅਸੀਂ ਪਹਿਲੀ ਪੀੜ੍ਹੀਆਂ, ਉਹ ਵੀਰ ਮੇਰਿਆ। ਹੋ ਇੱਕ ਨਲੂਏ ਦਾ ਸਟੈਚੂ ਵੀ ਲਵਾਉਣਾ ਏ, ਹੋ ਬਾਬੇ ਨਲੂਏ ਦਾ ਸਟੈਚੂ ਵੀ ਲਵਾਉਣਾ ਏ, ਫੈਡਰੇਸ਼ਨ ਸਕੁਏਅਰ ਉੱਤੇ, ਫੈਡਰੇਸ਼ਨ ਸਕੁਏਅਰ ਉੱਤੇ, ਉਹ ਵੀਰ ਮੇਰਿਆ। ਅਸੀਂ ਬੇਬੀ ਦੀ ਹੈ ਲੋਹੜੀ ਮਨਾਈ, ਅਸੀਂ ਕਾਕੇ ਦੀ ਹੈ ਲੋਹੜੀ ਮਨਾਈ, ਵੀ ਬਾਰਬੇਕਿਊ ਵਿੱਚ ਰੱਖ ਕੇ, ਉਹ ਚੁੱਲ੍ਹਾ ਵਿੱਚ ਕਾਰ ਰੱਖ ਕੇ, ਉਹ ਵੀਰ ਮੇਰਿਆ। ਹੋ ਗੱਡੀ ਛਾਂਟ ਕੇ ਕੋਈ ਰੀਜ਼ਨੇਬਲ ਲੈ ਲਓ, ਹੋ ਗੱਡੀ ਛਾਂਟ ਕੇ ਕੋਈ ਠੀਕ ਠਾਕ ਲੈ ਲਓ, ਕਿ ਲੰਡੀ ਜੀਪ ਬਾਰਾਂ ਨਹੀਂ ਖਾਂਦੀ, ਉਹ ਲੰਡੀ ਜੀਪ ਬਾਰਾਂ ਨਹੀਂ ਖਾਂਦੀ, ਉਹ ਵੀਰ ਮੇਰਿਆ। ਹੋ ਆਏ ਮਹੀਨੇ ਹੀ ਪੰਜਾਬੀ ਖਾੜਾ ਲਾਉਂਦੇ ਨੇ, ਕੋਈ ਇੰਡੀਆ ਤੋਂ ਸਿੰਗਰ ਮੰਗਾਉਂਦੇ ਨੇ, ਇਹ ਕੀੜਾ ਏ ਪੰਜਾਬੀ ਹੋਣ ਦਾ, ਇਹ ਕੀੜਾ ਏ ਪੰਜਾਬੀ ਹੋਣ ਦਾ, ਉਹ ਵੀਰ ਮੇਰਿਆ। ਹੋ ਆਪਾਂ ਰੇਡੀਓ ਪੰਜਾਬੀ ਰੋਜ਼ ਸੁਣੀਦਾ, ਆਪਾਂ ਰੇਡੀਓ ਹਾਂਜੀ ਰੋਜ਼ ਸੁਣੀਦਾ, ਕਿ ਸਾਡੀ ਬੋਲੀ ਸਾਡਾ ਮਾਣ ਬਈ, ਉਹ ਗੁਰਜੀਤ ਸਾਡੇ ਵੱਡੇ ਵੀਰ ਜੀ, ਉਹ ਵੀਰ ਮੇਰਿਆ।
ਮੈਂ ਥੋੜ੍ਹਾ ਜਿਹਾ ਐਕਸਾਈਟਡ ਜ਼ਿਆਦਾ ਹੋ ਗਿਆ ਕਿਉਂਕਿ ਟੱਪਿਆਂ ਨੇ ਜੋਸ਼ ਭਰਤਾ ਅੰਦਰ। ਜੀ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਸਮਾਂ ਵੀ ਇੱਥੇ ਸਮਾਪਤ ਹੋ ਰਿਹਾ ਸਾਡਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਲਈ ਟਾਈਮ ਕੱਢਿਆ। ਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸੁਣਦੇ ਰਹੋ ਜੀ ਤੁਹਾਡਾ ਆਪਣਾ ਰੇਡੀਓ, ਰੇਡੀਓ ਹਾਂਜੀ 1674 AM।